ਸਤਿ ਸ਼੍ਰੀ ਅਕਾਲ ਨਮਸਕਾਰ ਜੀ ਆਇਆਂ ਨੂੰ ਮੈਂ ਹਾਂ ਪ੍ਰਭੂ ਚਾਵਲਾ ਅੱਜ ਅਸੀਂ ਸਿੱਧੀ ਗੱਲ ਕਰਾਂਗੇ ਪੰਜਾਬ ਕਾਂਗਰਸ ਪਾਰਟੀ ਦੇ ਪਹਿਲੀ ਕਤਾਰ ਦੀ ਲੀਡਰ ਬੀਬੀ ਰਾਜਿੰਦਰ ਕੌਰ ਬਟਲ ਨਾਲ ਤੁਹਾਡਾ ਸਟੂਡੀਓ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਇੱਕ ਗੱਲ ਦੱਸੋ ਤੁਸੀਂ ਮੁੱਖ ਮੰਤਰੀ ਵੀ ਰਹਿ ਚੁੱਕੇ ਹੋ ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਹੋ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹੋ ਲੀਡਰ ਦਾ ਆਪੋਜੀਸ਼ਨ ਵੀ ਰਹਿ ਚੁੱਕੇ ਹੋ ਹੁਣ ਤੁਹਾਡੀ ਲੀਡਰਸ਼ਿਪ ਨੂੰ ਤੁਹਾਨੂੰ ਰਿਜੈਕਟ ਕਰ ਛੱਡਿਆ ਕੁਝ ਨਹੀਂ ਬਣਾਇਆ ਕੀ ਕਾਰਨ ਹੈ ਇਹਦਾ ਇਹ ਨਹੀਂ ਹੈ ਕਿ ਪੋਲਿਟਿਕਸ ਵਿੱਚ ਕਦੇ ਕੋਈ ਰਿਜੈਕਟ ਨਹੀਂ ਹੁੰਦਾ ਹੁੰਦਾ ਜ਼ਿੰਮੇਵਾਰੀਆਂ ਤੇ ਡਿਊਟੀਆਂ ਵਕਤਨ-ਕੁਵਕਤਨ ਜਿਹੜੀਆਂ ਹੁੰਦੀਆਂ ਉਹ ਭਾਰਤੀ ਰਹਿੰਦੀ ਰਹਿੰਦੀ ਹੈ ਅੱਜ ਵੀ ਮੈਨੂੰ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੇ ਆ ਸਾਡੀ ਜਿਹੜੀ ਸਭ ਤੋਂ ਇੰਪੋਰਟੈਂਟ ਕਮੇਟੀ ਹੈ ਜਿਹੜਾ ਪੰਜਾਬ ਦਾ ਸੀ ਏਜੰਡਾ ਤੈਅ ਕਰਨਾ ਹੈ ਚੋਣ ਮੈਨੀਫੈਸਟੋ ਕਮੇਟੀ ਉਹਦੀ ਚੇਅਰਪਰਸਨ ਮੈਨੂੰ ਬਣਾਇਆ ਹੈ ਔਰ ਕਾਂਗਰਸ ਪਾਰਟੀ ਦੇ ਵਿੱਚ ਮੈਨੂੰ ਜਿਸ ਤਰ੍ਹਾਂ ਤੁਸੀਂ ਆਪ ਹੀ ਖੁਦ ਕਿਹਾ ਕਿ ਸਾਰੇ ਵਿਧਿਆਸੀ ਮੈਂ ਰਹੀ ਵੀ ਆ ਸਾਰੇ ਪਦ ਜਿੰਨੇ ਹੋ ਸਕਦੇ ਤੁਹਾਨੂੰ ਮਿਲੇ ਨੇ ਉਹ ਹੋਏ ਆ ਸੋ ਇਸ ਲਈ ਮੇਰੀ ਕੋਈ ਭੁੱਖ ਤੇ ਤਮੰਨਾ ਨਹੀਂ ਮੈਂ ਸਾਰੀਆਂ ਕੁਰਸੀਆਂ ਤੇ ਬੈਠ ਕੇ ਦੇਖ ਚੁੱਕੀ ਹਾਂ ਤੁਸੀਂ ਰਾਜਨੀਤੀ ਤਾਂ ਹੈਗੇ ਹਾਲੇ ਪਰ ਮੈਂ ਹੈਗੀ ਆ ਅੱਜ ਵੀ ਹੈਗੀ ਆ ਅੱਜ ਇੱਕੋ ਮਿਸ਼ਨ ਦੇ ਨਾਲ ਹੈਗੀ ਆ ਕਿ ਪੂਰੀ ਤਰ੍ਹਾਂ ਨਾਲ ਇੱਕ ਵਾਰ ਪੰਜਾਬ ਦੀ ਜਿਹੜੀ ਰੁਕੀ ਵੀ ਲਾਈਨ ਹੈ ਉਹਨੂੰ ਕਿਸ ਤਰ੍ਹਾਂ ਇਸ ਵਿਕਾਸ ਦੀ ਲਾਈਨ ਤੇ ਦੁਆਰਾ ਲੈ ਕੇ ਆਉਣਾ ਹੈ ਇਸ ਲਈ ਮੇਰੀ ਪਾਰਟੀ ਜਿੱਥੇ ਵੀ ਠੀਕ ਸਮਝਦੀ ਹੈ ਜਦੋਂ ਮੈਂ ਠੀਕ ਸਮਝਦੀ ਹਾਂ ਵਰਤਦਿਆਂ ਮੈਨੂੰ ਇਸ ਤਰ੍ਹਾਂ ਨਹੀਂ ਕਿ ਤੁਹਾਡਾ ਹੱਕ ਜਿੰਨਾ ਮਿਲਣਾ ਚਾਹੀਦਾ ਤੇ ਮਿਲਿਆ ਨਹੀਂ ਤੁਹਾਨੂੰ ਪਰ ਮੈਨੂੰ ਇਸ ਤੇ ਕੋਈ ਅਫਸੋਸ ਨਹੀਂ ਹੈ ਇਹ ਵੱਖਰੀ ਗੱਲ ਹੈਗੀ ਹੈ ਕਿ ਪਾਰਟੀ ਦੇ ਫੈਸਲੇ ਜਾਂ ਪਾਰਟੀ ਨੇ ਕਦੋਂ ਕਿੱਥੋਂ ਕੀ ਲੈਣਾ ਜਾਂ ਕਿ ਕਿਸੇ ਥਾਂ ਤੇ ਮੈਥੋਂ ਕੋਈ ਜ਼ਿਆਦਾ ਕਾਬਲ ਉਹਨਾਂ ਨੂੰ ਲੱਗੇ ਆ ਠੀਕ ਲੱਗੇ ਆ ਪਰ ਮੈਂ ਕਦੇ ਇਸ ਸ਼ਿਕਵੇ ਦਾ ਇਜ਼ਹਾਰ ਨਹੀਂ ਕੀਤਾ ਕਿ ਪੁਰਾਣੇ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਸਾਹਿਬ ਉਹਨਾਂ ਨੂੰ ਤਾਂ ਦੁਬਾਰਾ ਤੁਸੀਂ ਬਣਾ ਦੇਂਦੇ ਹੋ ਕਾਂਗਰਸ ਦੇ ਅਧਿਆਛ ਦੋ ਦੋ ਵਾਰੀ ਬਣ ਚੁੱਕੇ ਨੇ ਮੁੱਖ ਮੰਤਰੀ ਬਣ ਚੁੱਕੇ ਨੇ ਉਹਨਾਂ ਨੂੰ ਹੀ ਫਿਰ ਬਾਰ-ਬਾਰ ਕਰ ਦਿੰਦੇ ਨੇ ਉਹਨਾਂ ਨੂੰ ਲੱਗਦਾ ਉਹਨਾਂ ਦੀ ਛਵੀ ਕੋਈ ਤੁਹਾਡੇ ਤੋਂ ਚੰਗੀ ਹੈਗੀ ਹੈ ਦੇਖੋ ਇਹਦਾ ਬਾਰੇ ਤਾਂ ਮੈਂ ਕੋਈ ਜਵਾਬ ਨਹੀਂ ਦੇ ਸਕਾਂਗੀ ਨਾ ਦੇਣਾ ਚਾਹੁੰਦੀ ਆ ਲੇਕਿਨ ਮੈਂ ਇੱਕ ਚੀਜ਼ ਕਹਿਣੀ ਆ ਕਿ ਮੈਂ ਜਿਸ ਘਰਾਨੇ ਤੋਂ ਆਈ ਆ ਜਿਸ ਬੈਕਗ੍ਰਾਉਂਡ ਤੋਂ ਆਈ ਆ ਸੋ ਅਸੀਂ ਪਿੰਡਾਂ ਦੇ ਕੱਚੇ ਪੱਕੇ ਘਰਾਂ 'ਚ ਰਹਿਣ ਵਾਲੇ ਲੋਕ ਸਾਡੇ ਮਾਪੇ ਨੇ ਆਪਣੇ ਹਵੇਲੀਆਂ ਵਰਗੇ ਘਰ ਤਿਆਗਤੇ ਦੇਸ਼ ਦੀ ਆਜ਼ਾਦੀ ਵਾਸਤੇ ਸਾਡੇ ਜਨਮ ਰੋਲ ਤੇ ਬਚਪਨ ਰੋਲ ਤੇ ਸਾਡੀ ਚੰਗੀ ਅਜੀ 43 ਜੀ ਤੁਸੀਂ ਕਹਾਂਗੇ ਤੁਹਾਡੇ ਅੱਜ ਦੇ ਲੀਡਰ ਵਾਏ ਮਾਪੇ ਕਿ ਅਸੀਂ ਇਸ ਸਿਚੁਏਸ਼ਨ ਤੋਂ ਆ ਕੇ ਜ ਐਨੇ ਪਦਾਂ ਤੇ ਆ ਗਈਆਂ ਤਾਂ ਮੈਨੂੰ ਸੈਟੀਸਫਾਈ ਹੋਣਾ ਚਾਹੀਦਾ ਹੈ ਔਰ ਮੈਨੂੰ ਇਹ ਵੀ ਹੋਣਾ ਚਾਹੀਦਾ ਹੈ ਕਿ ਜ਼ਰੂਰ ਜਿੱਥੇ ਮੇਰੀ ਪਾਰਟੀ ਨੂੰ ਅਜੇ ਵੀ ਜ਼ਰੂਰਤ ਹੋਊਗੀ ਜਾਂ ਮੇਰੇ ਵਰਗੇ ਹੋਰ ਬਹੁਤ ਸਾਰੇ ਹੈ ਸ਼ਾਇਦ ਉਹਨਾਂ ਚ ਕੋਈ ਜ਼ਿਆਦਾ ਮੈਥੋ ਚੰਗੀਆਂ ਗੱਲਾਂ ਹੋਣ ਜਿਸ ਕਰਕੇ ਉਹਨਾਂ ਨੂੰ ਅੱਗੇ ਕਰਕੇ ਕੰਮ ਲੈਣਾ ਚਾਹੁੰਦੇ ਆ ਪਰ ਮੈਨੂੰ ਵੀ ਜਿੰਨਾ ਪਿਆਰ ਪਾਰਟੀ ਨੇ ਦਿੱਤਾ ਉਹ ਕੋਈ ਕੰਮ ਨਹੀਂ ਹੈ ਨਹੀਂ ਪਰ ਸਵਾਲ ਜੀ ਉਸ ਤੇ ਹੈ ਕਿ ਅਮਰਿੰਦਰ ਸਿੰਘ ਨੂੰ ਦੁਬਾਰਾ ਅਭਾਰ ਦੇਣਾ ਅਧਿਐਖ ਉਹਦੇ ਬਾਅਦ ਕੀ ਜਿਹੜਾ ਕੈਂਡੀਡੇਟ ਤੇ ਉਹਨਾਂ ਨੂੰ ਇਹਨਾਂ ਨੂੰ ਹਾਲੇ ਉਹਨਾਂ ਨੇ ਗੌਸ਼ਿਤ ਕੀਤਾ ਉਹਨਾਂ ਨੇ ਅਨਾਉਂਸ ਨਹੀਂ ਕੀਤਾ ਪਰ ਮੈਨੂੰ ਲੱਗਦਾ ਨਹੀਂ ਕਿ ਤੁਹਾਡੇ ਨਾਲ ਜਾਤੀ ਐਸ ਵਾਸੇ ਲੱਗਦੀ ਹੈ ਕਿ ਤੁਸੀਂ ਪਹਿਲੇ ਮੁੱਖ ਮੰਤਰੀ ਉਸ ਤੋਂ ਰਹਿਏ ਉਹਦੇ ਬਾਅਦ ਤੁਸੀਂ ਉਪ ਮੁੱਖ ਮੰਤਰੀ ਉਹਦੇ ਬਾਅਦ ਬਣੇ ਪੰਜਾਬ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣਨ ਦੇ ਬਾਅਦ ਤੁਸੀਂ ਉਪ ਮੁੱਖ ਮੰਤਰੀ ਬਣੇ ਇਹ ਇਹ ਵੀ ਜਾਤੀ ਹੈ ਤੁਹਾਡ ਕਿ ਮੈਂ ਮੁੱਖ ਮੰਤਰੀ ਰਹੀ ਹਾਂ ਥੋੜੀ ਟਰਮ ਲਈ ਔਰ ਕੈਪਟਨ ਅਮਰਿੰਦਰ ਸਿੰਘ ਰਹਿ ਹੈ ਫੁੱਲ ਟਰਮ ਲਈ ਸ਼ਾਇਦ ਉਹਨਾਂ ਨੂੰ ਉਸ ਫੁੱਲ ਟਰਮ ਦੇ ਵਿੱਚ ਮੇਰੇ ਨਾਲੋਂ ਜ਼ਿਆਦਾ ਤਜਰਬਾ ਹੋਵੇਗਾ ਤੇ ਇਸ ਕਾਰਨ ਕਰਕੇ ਕਿ ਉਹ ਆਪਣਾ ਜਾਣਦੇ ਹੈਗੇ ਐ ਐਡਮਿਨਿਸਟ੍ਰੇਟਿਵਲੀ ਉਹਨਾਂ ਨੂੰ ਮੇਥੋਂ ਜ਼ਿਆਦਾ ਨੰਬਰ ਉਹਨਾਂ ਦੇ ਹੋਣੇ ਐ ਤੇ ਉਹਨਾਂ ਨੂੰ ਚੁਣਿਆ ਗਿਆ ਲੇਕਿਨ ਅੱਜ ਮੈਂ ਸਮਝਦੀ ਹਾਂ ਕਿ ਅੱਜ ਜੋ ਕੈਪਟਨ ਅਮਰਿੰਦਰ ਸਿੰਘ ਦੀ ਪਪੂਲਾਰਿਟੀ ਪੰਜਾਬ ਦੇ ਵਿੱਚ ਹੈਗੀ ਐ ਤੁਹਾਡੇ ਤੋਂ ਜ਼ਿਆਦਾ ਜਿਸ ਤਰੀਕੇ ਨਾਲ ਸਾਰੇ ਵਰਗਾਂ ਦੇ ਲੋਕ ਅਸੀਂ ਦੇਖਦੇ ਆ ਮੈਂ ਵੀ ਸਮਝਦੀ ਆ ਸ਼ਾਇਦ ਤਜਰਬਾ ਉਹਨਾਂ ਦਾ ਜ਼ਿਆਦਾ ਸੀ ਇਸ ਕਰਕੇ ਹੈ ਤੁਸੀਂ ਆਪ ਆਪਣਾ ਲੀਡਰ ਮੰਨ ਲਿਆ ਉਹਨੂੰ ਮੈਂ ਨਹੀਂ ਦੇਖੋ ਲੀਡਰ ਤਾਂ ਜਦੋਂ ਪਾਰਟੀ ਨੇ ਜਿਹਨੂੰ ਬਣਾਇਆ ਪ੍ਰਤਾਪ ਸਿੰਘ ਬਾਜਵਾ ਬਣਾਇਆ ਸੀ ਕੁਰਸੀ ਨੂੰ ਅਸੀਂ ਮੰਨਦੇ ਆ ਸਟੇਟਸ ਨੂੰ ਅਸੀਂ ਲੀਡਰ ਮੰਨਦੇ ਆ ਉਹਦੇ ਤੇ ਕੌਣ ਲੀਡਰ ਆ ਕੇ ਬੈਠਦਾ ਹੈ ਕੌਣ ਇਨਸਾਨ ਬੈਠਦਾ ਹੈ ਕੌਣ ਬੈਠਦਾ ਹੈ ਕਿਹਦਾ ਪਾਰਟੀ ਫੈਸਲਾ ਕਰਦੀ ਹੈ ਮੈਂ ਡਿਸਿਪਲਿੰਡ ਸੋਲજર ਰਹੀ ਆਂ ਔਰ ਮੈਂ ਹਮੇਸ਼ਾ ਪਾਰਟੀ ਕਾਂਗਰਸ ਇਹ ਤੁਸੀਂ ਸੀਨੀਅਰਟੀ ਐ ਛੋੜ ਕੇ ਕਦੀ ਨਹੀਂ ਗਈ ਕਾਂਗਰਸ ਬਿਲਕੁਲ ਮੈਂ ਨਹੀਂ ਲਾਇਲ ਵਰਕਰ ਕਾਂਗਰਸ ਐ ਐਕਸ ਅਮਰਿੰਦਰ ਸਿੰਘ ਜੀ ਗਏ ਆਏ ਫਿਰ ਕਿਸੇ ਹੋਰ ਪਾਰਟੀ ਦੇ ਨਾਲ ਰਹੇ ਤਾਂ ਇਹਦਾ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਅਪੀਲ ਤੁਹਾਡੇ ਤੋਂ ਹਾਲੇ ਵੀ ਜ਼ਿਆਦਾ ਸਮਝਦੀ ਹੈ ਕਾਂਗਰਸ ਲੀਡਰਸ਼ਿਪ ਜੇ ਪੰਜਾਬ ਦੇ ਲੋਕਾਂ ਚ ਖਾਸ ਤੌਰ ਤੇ ਤੁਹਾਡੇ ਵਰਗੇ ਜੀ ਇੰਟੈਲੈਕਚੁਅਲ ਗਿਣੇ ਗੁਲਾਂ ਤੇ ਗਣਨ ਵਾਲੇ ਲੋਕ ਹੈ ਜੇ ਉਹਨਾਂ ਦੀਆਂ ਨਜ਼ਰਾਂ ਵਿੱਚ ਉਹਨਾਂ ਦੇ ਖਿਆਲ ਵਿੱਚ ਅੱਜ ਵੀ ਕੁਝ ਲੱਗਦਾ ਹੈ ਕਿ ਇਮਾਨ ਤੇ ਸਨਮਾਨ ਦੇ ਹੱਕਦਾਰ ਮੈਂ ਹੋਰ ਹੈਗੇ ਆ ਤਾਂ ਮੈਨੂੰ ਇਸ ਤੋਂ ਵੱਡੀ ਹੋਰ ਕੋਈ ਚੀਜ਼ ਦੀ ਲੋੜ ਨਹੀਂ ਪਰ ਇਹਨੇ ਸਾਰੇ ਫੈਕਸ਼ਨ ਤੁਹਾਡੇ ਗਰੁੱਪਵਾਦੀ ਇਹਨੀਆਂ ਇੱਕ ਬੱਟਲ ਫੈਕਸ਼ਨ ਹੈ ਬਾਜਵਾ ਫੈਕਸ਼ਨ ਹੈ ਅਮ੍ਰਿਤ ਦੇਸੀ ਫੈਕਸ਼ਨ ਹੈ ਇਹ ਕੋਈ ਫੈਕਸ਼ਨ ਜਿਹੜੇ ਬਣਾਏ ਨੇ ਕੋਈ ਕਾਂਗਰਸ ਤੋਂ ਠੀਕ ਗਲਤ ਨਹੀਂ ਹੈਗੀ ਨਾ ਦੇਖੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਸਾਡੇ ਚ ਗਰੁੱਪੀਜ਼ਮ ਬਹੁਤ ਰਿਹਾ ਹੈ ਈਵਨ ਮੇਰਾ ਵੀ ਡਿਫਰੈਂਸਸ ਆਫ ਓਪੀਨੀਅਨ ਬਹੁਤ ਹੱਦ ਤੱਕ ਰਿਹਾ ਹੈ ਕਿ ਕੈਪਟਨ ਉਹ ਤਾਂ ਪਾਰਟੀ ਹੁੰਦੇ ਨੇ ਪਰ ਲੇਕਿਨ ਅੱਜ ਦੀ ਘੜੀ ਅੱਜ ਦਾ ਜਿਹੜੀ ਸਟੇਜ ਹੈਗੀ ਹੈ ਇਸ ਸਟੇਜ ਤੇ ਜੇ ਸਭ ਤੋਂ ਘੱਟ ਗਰੁੱਪੀਜ਼ਮ ਹੈ ਸਭ ਤੋਂ ਘੱਟ ਸਾਡੇ ਫੈਕਸ਼ਨਾਂ ਜੋ ਹੈ ਤਾਂ ਉਹ ਕ ਬਾਕੀ ਪਾਰਟੀਆਂ ਦੇ ਕੰਪੈਰੀਟਿਵਲੀ ਤੁਸੀਂ ਹਰ ਰੋਜ਼ ਦੇਖਦੇ ਹੋ ਸਰਕਾਰੀਆ ਗਰੁੱਪ ਵੀ ਦੇਖਦੇ ਹੋ ਦੂਜੀਆਂ ਤੀਜੀਆਂ ਪਾਰਟੀਆਂ ਜਿਹੜੀਆਂ ਕੱਲ ਜੰਮੀਆਂ ਹਨ ਉਹਨਾਂ ਨੂੰ ਵੀ ਦੇਖਦੇ ਹੋ ਉਹਨਾਂ ਸਾਰਿਆਂ ਚ ਆਪੋਤਾਪੀ ਜਿੰਨੀ ਹੋ ਕੇ ਪਾਰਟੀਆਂ ਦੋ ਦੋ ਫਾੜ ਹੋ ਗਈਆਂ ਚਾਹੇ ਉਹ ਕਈ ਆਪ ਪਾਰਟੀ ਨੂੰ ਕਹੋ ਚਾਹੇ ਦੋ ਦੋ ਐਮਪੀ ਕੇ ਪਾਸੇ ਜਾ ਕੇ ਮੈਂ ਕਾਲੀ ਦਲ ਤੇ 2 ਐਮਐਲਏ ਛੱਡ ਕੇ ਚਲੇ ਗਏ ਬੀਜੇਪੀ ਦਾ ਸਾਡੇ ਜਿਹੜਾ ਹੈਗਾ ਇਸ ਵਕਤ ਕਿਸੇ ਨੇ ਨਹੀਂ ਪਾਰਟੀ ਸਾਡੀ ਛੱਡੀ ਹੈ ਜੀ ਤੁਹਾਡੇ ਪਾਰਟੀ ਤੁਹਾਡੇ ਬੰਦੇ ਵਰਕਰ ਕਾ ਵੀ ਛੱਡ ਕੇ ਆਪ ਹੀ ਚ ਗਏ ਨੇ ਛੋਟੇ ਛੋਟੇ ਲੈਵਲ ਤੇ ਵਰਕਰ ਜੇ ਫਰਜ਼ੀ ਆ ਕਿਸੇ ਪੱਖ ਤੇ ਲੱਗਦਾ ਉਹਨਾਂ ਨੂੰ ਕੋਈ ਥੋੜਾ ਦਾ ਫਿਊਚਰ ਦੂਜੇ ਪਾਸੇ ਜ਼ਿਆਦਾ ਹੈ ਕਈ ਵਾਰੀ ਅੱਜ ਕੱਲ ਦੀ ਸੋਚ ਜਿਹੜੀ ਸਮਾਜਿਕ ਸੋਚ ਹੈ ਉਹ ਇਹ ਆ ਗਈ ਹੈ ਕਿ ਮੈਨੂੰ ਕੀ ਮਿਲਦਾ ਹੈ ਪੁਰਾਣੀ ਸੋਚ ਹੁੰਦੀ ਸੀ ਕਿ ਮੈਂ ਕੀ ਦੇ ਸਕਦਾ ਮੈਂ ਉਹ ਸੋਚ ਦੀ ਮਾਲਕ ਹਾਂ ਉਸ ਟੱਬਰ ਦੇ ਪ੍ਰਦਰਸ਼ਚ ਪੜੀਆਂ ਜਿਵੇਂ ਮੇਰੇ ਮਾਪੇ ਕਹਿੰਦੇ ਸੀ ਦੇਸ਼ ਨੂੰ ਕੀ ਦੇ ਸਕਦੇ ਆ ਮੈਂ ਕਹਿੰ ਅੱਜਕੱਲ ਦੀ ਸੋਚ ਇਹ ਆ ਗਈ ਕਿ ਮੈਨੂੰ ਦੇਸ਼ ਤੋਂ ਕੀ ਮਿਲਦਾ ਮੈਨੂੰ ਪਾਰਟੀ ਤੋਂ ਕੀ ਮਿਲਦਾ ਉਹ ਜੇ ਕੁਝ ਇੱਥੇ ਨਹੀਂ ਮਿਲਦਾ ਤੇ ਸਦਾ ਦੂਜੇ ਪਾਸੇ ਜਾਂਦੇ ਨੇ ਲੇਕਿਨ ਜਿਹੜੇ ਕਮਿਟਿਡ ਲੋਕ ਹੈ ਉਹ ਮੈਜੋਰਟੀ ਅੱਜ ਵੀ ਸਾਡੇ ਨਾਲ ਹੈ ਜੇ ਕਾਂਗਰਸ ਪਾਰਟੀ ਕਿਸੇ ਐਮਐਲਏ ਨੇ ਛੱਡੀ ਪਹਿਲੀ ਵਾਰੀ ਹੋਇਆ ਪੰਜਾਬ ਵੀ ਕਿ ਦੋ ਵਾਰੀ ਆਕਾਲੀ ਦਲ ਦਿੱਤ ਕੇ ਕੋਈ ਪਾਰਟੀ ਦੋ ਵਾਰੀ ਜਿੱਤੀ ਨਹੀਂ ਜਿਉਣਾ ਤੁਸੀਂ ਅਡਕ ਸੀਗੇ ਉਸ ਲਈ ਮੈਂ ਇਸ ਗੱਲ ਦੇ ਉੱਤੇ ਵੀ 2010 7 ਔਰ 2012 ਇਹ ਤੁਹਾਡੀ ਲੀਡਰਸ਼ਿਪ ਚੁਣ ਆਵਾਰ ਗਏ ਮੇਰੀ ਇਸ ਗੱਲ ਦੇ ਵਿੱਚ ਵੀ ਇੱਕ ਥੋੜੀ ਡਿਫਰੈਂਟ ਰਾਇ ਹੈਗੀ ਐ ਇਸ ਤੋਂ ਪਹਿਲੀ ਵਾਰ ਠੀਕ ਹੈ ਉਹ ਜਿੱ ਲੇਕਿਨ ਦੂਜੀ ਵਾਰ ਦੀ ਜਿਹੜੀ ਸਰਕਾਰ ਕਾਲੀ ਦਲ ਨੇ ਬਣਾਈ ਹੈ ਤੇ ਜਿਹਨੂੰ ਜਿੱਤ ਕਹਿੰਦੇ ਆ ਅਸੀਂ ਜਿੱਤੇ ਆ ਤੂੰ ਵੋਟਰਾਂ ਨੂੰ ਤਾਂ ਮੰਨੋਗੇ ਨਾ ਤੁਸੀਂ ਨਹੀਂ ਮੈਂ ਇਹ ਕਹਿਨੀ ਆ ਉਹ ਵੋਟਰ ਕਿਸ ਤਰੀਕੇ ਨਾਲ ਆਇਆ ਉਹ ਸਰਕਾਰ ਖਰੀਦੀ ਗਈ ਹੈ ਨਾ ਤੂੰ ਨਹੀਂ ਪਰਚੇਸ ਕੀਤੀ ਹੈ ਨਹੀਂ ਸਰਕਾਰ ਦੇ ਐਮਐਲਏ ਤਾਂ ਉਹਨਾਂ ਦੀ ਮੈਜੋਰਟੀ ਆਈ ਨਾ ਐਸੇ ਕਰਕੇ ਨਾ ਵੋਟ ਪਰਚੇਸ ਕੀਤੀ ਹੈ ਨਹੀਂ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ ਪੈਸੇ ਤੁਹਾਡੇ ਕੋਲ ਘਾਟਾ ਤਾਂ ਨਹੀਂ ਆਗਾ ਅਸੀਂ ਇਸ ਮਾੜੇ ਪੈਸੇ ਹੁਣ ਵੋਟਾਂ ਕੀ ਇਹਨਾਂ ਦੀ ਜੇਕਰ ਛੇ ਕੰਪੀਟੀਸ਼ਨ ਹੋ ਜਾਇਆ ਹੈ ਕਾਂਗਰਸ ਪਾਰਟੀ ਕਦੇ ਕੰਪਰੋਮਾਈਜ਼ ਨਹੀਂ ਕਰਦੀ ਕਿਸੇ ਦੀ ਗਰੀਬੀ ਤੇ ਮਜ਼ਬੂਰੀਆਂ ਨੂੰ ਖਰੀਦਾ ਜਾਵੇ ਅਸੀਂ ਸਮਝਦੇ ਆ ਕਿ ਆਪਣੀ ਨੀ ਪਰਚੇਸ ਕੀਤੀ ਹੈ ਔਰ ਖੁਦ ਇਹਨਾਂ ਨੂੰ ਵੀ ਲੱਗਦਾ ਸੀ ਔਰ ਸਰਕਾਰ ਇਹਨਾਂ ਨੂੰ ਲੱਗਦਾ ਸੀ ਕਿ ਸਾਡੀ ਨਹੀਂ ਬਣਨੀ ਕਾਂਗਰਸ ਦੀ ਬਣੂ ਲੇਕਿਨ ਦੂਜੇ ਪਾਸੇ ਮੈਂ ਉਹਦਾ ਅਦਰ ਹੈਂਡ ਕਹਿਣਾ ਚਾਹੁੰਦੀ ਆ ਕਿ ਸਾਤੋਂ ਵੀ ਕੁਝ ਕਮੀਆਂ ਰਹੀਆਂ ਸਾਤੋ ਵੀ ਕੁਛ ਗਲਤੀਆਂ ਰਹੀਆਂ ਸਭ ਗਲਤੀਆਂ ਕੀ ਥਨ ਸਾਤੋ ਕੁਸ਼ਤਾ ਮੇ ਮੇ ਵੀ ਕਿ ਥੋੜੀ ਟਿਕਟਾਂ ਦੀ ਵੰਡ ਵਿੱਚ ਕੁਛ ਕਰਨੀ ਆ ਸਾਤੋ ਇਹ ਲੋਕਾਂ ਦਾ ਕਹਿਣਾ ਹੈ ਜੀ ਕਿ ਪਰਿਵਾਰਵਾਦ ਵੀ ਥੇੜਾ ਥੀਗਾ ਨਹੀਂ ਪਰਿਵਾਰਵਾਦ ਤਾਂ ਮੈਂ ਸੱਚੀ ਗੱਲ ਕਰਦਾ ਨਾ ਥੋੜਾ ਜਿਹਾ ਕਈ ਵਾਰੀ ਬੁਰਾ ਲੱਗ ਜਾਂਦਾ ਨਹੀਂ 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 ਬੁਰਾ ਨਹੀਂ ਠੀਕ ਹੈ ਕਈ ਵਾਰੀ ਆਪਣੇ ਜਵਾਈ ਸਾਹਿਬ ਨੂੰ ਪ੍ਰਮੋਟ ਕਰ ਰਹੇ ਸੀ ਕਈ ਵਾਰੀ ਆਪਣੇ ਪੁੱਤਰ ਨੂੰ ਪ੍ਰਮੋਟ ਕਰ ਰਹੇ ਸੀ ਅੱਜ ਵੀ ਜੇ ਜ਼ਰੂਰਤ ਪਾਉ ਤਾਂ ਕਰੂੰਗੀ ਉਹਦਾ ਕਾਰਨ ਅੱਜ ਦਾ ਇਹਦਾ ਕਾਰਨ ਇਹ ਹੈਗਾ ਕਿਉਂ ਕਰੂੰਗੀ ਇਹਦਾ ਜਵਾਬ ਦੇਣਾ ਚਾਹੁੰਦੀ ਆ ਮੈਂ ਮੈਂ ਪਰਿਵਾਰਵਾਦ ਦੀ ਪ੍ਰਫਾ ਦੇ ਖਿਲਾਫ ਆ ਗਈਆਂ ਕਿ ਨਹੀਂ ਹੋ ਜੇ ਕਿਸ ਨੇ ਦੇਸ਼ ਦੀ ਕੌਮ ਲਈ ਕੁਝ ਕੀਤਾ ਜਿਵੇਂ ਬਿਆਨ ਸਿੰਘ ਦਾ ਪਰਿਵਾਰ ਹੈ ਜੀ ਉੱਥੇ ਸੀ ਕਿ ਪਰਿਵਾਰਵਾਦ ਇੱਕ ਬੰਦਾ ਇਗਨੋਰ ਕੀਤਾ ਤੁਹਾਡੀ ਪਾਰਟੀ ਜ ਉਹਨਾਂ ਨੂੰ ਇਗਨੋਰ ਕੀਤਾ ਅੱਜ ਇੱਕ ਬੰਦਾ ਨਵਾਂ ਐਂਟਰ ਕਰਦਾ ਉਹ ਆਖੇ ਮੈਨੂੰ ਮਿਲ ਗਿਆ ਮੇਰੇ ਪੁੱਤ ਨੂੰ ਮਿਲੇ ਹੋਰ ਨੂੰ ਮਿਲੇ ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਦੇਸ਼ ਲਈ ਹੋਵੇ ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਅਥਾਰਟੀ ਅਗਰ ਹੋਵੇ ਤਾਂ ਮਿਸਿਊ ਹੋ ਦੋਣਾ ਕਿ ਮੈਂ ਅਧਿਖਸ਼ਕੀ ਹਾਂ ਪ੍ਰਧਾਨ ਹੈਗੀ ਆਂ ਮੈਂ ਆਪਣੇ ਪੁੱਤਰ ਨੂੰ ਟਿਕਟ ਦੇ ਛੱਡਿਆ ਆਪਣੇ ਜਵਾਇ ਨੂੰ ਪੁੱਤਰ ਆਪਣੀ ਡਾਕਟਰ ਨੂੰ ਟਿਕਟ ਦੇ ਵੈਸੇ ਕਰਕੇ ਕਹਿ ਰਹੀ ਆਂ ਤੁਸੀਂ ਕਹਿੰਦੇ ਫਿਰ ਅਗਰ ਮੈਂ ਪਹਿਲੀ ਗੱਲ ਤਾਂ ਮੇਰੀ ਪ੍ਰਧਾਨਗੀ ਵਿੱਚ ਮੈਂ ਕਦੇ ਦਿੱਤੀਆਂ ਨਹੀਂ ਮੇਰੀ ਪ੍ਰਧਾਨਗੀ ਵਿੱਚ ਪਾਵਰ ਯੂਜ਼ ਕੀਤਾ ਨੰਬਰ 1 ਨੰਬਰ 2 ਮੈਂ ਇਹ ਕਹਿੰਦੀ ਹੈਗੀ ਆ ਕਿ ਜੇ ਐਕਸੈਪਸ਼ਨ ਜੇ ਮੇਰੇ ਟੱਬਰ ਦੇ ਕੁਝ ਫੈਮਲੀਆਂ ਨੇ ਪੰਜਾਬ ਦੀਆਂ ਜਿਨ੍ਹਾਂ ਦੇ ਮੈਂਬਰ 6 ਤੋਂ 7 ਤੱਕਰ ਜੇਲ੍ਹਾਂ ਦੇ ਵਿੱਚ ਗਏ ਹੋਣ ਉਦੋਂ ਕਿਸੇ ਨੇ ਨਹੀਂ ਕਿਹਾ ਕਿ ਇੱਥੇ ਵੀ ਦੂਜੇ ਟਬਰਾਂ ਦੇ ਵੀ ਜਾਣੇ ਚਾਹੀਦੇ ਆ ਤੁਹਾਡੇ ਛੇ ਟਬਰ ਕਿਉਂ ਗਿਆ ਛੇ ਮੈਂਬਰ ਦੇ ਪਰਿਵਾਰ ਦੇ ਜੇ ਮੇਰੇ ਪਰਿਵਾਰ ਦੇ ਛੇ ਮੈਂਬਰ ਜੇਲ੍ਹ ਦੀ ਆਜ਼ਾਦੀ ਲਈ ਨਾਨੀ ਮਾਂ ਭੈਣ ਭਰਾ ਲੈ ਕੇ ਜਾ ਸਕਦੇ ਆ ਤੇ ਅੱਜ ਜਿਹੜਾ ਰਾਜ ਭਾਗ ਅਸੀਂ ਲਿਆ ਕੇ ਦਿੱਤਾ ਉਹਦੇ ਵਿੱਚ ਜੇ ਇੱਕ ਤੋਂ ਵੱਧ ਕਿਸੇ ਵਕਤ ਟਿਕਟ ਕਿੰਨਾ ਕਾਰਨਾ ਕਰਕੇ ਕਿਉਂ ਦਿੱਤੀ ਕਿਵੇਂ ਦਿੱਤੀ ਗਈ ਉਹਨੂੰ ਸੀ ਇਹ ਵਾਕਿਆ ਦਾ ਕਿਸ ਨਾਲ ਨਹੀਂ ਗੜਾ ਸਕਦੇ ਮੈਂ ਵੀ ਰਜਿੰਦਰ ਸਿੰਘ ਕੋਲ ਜੀ ਇੱਕ ਗੱਲ ਤੁਸੀਂ ਜੋ ਕਹਿ ਰਹੇ ਟੱਬਰ ਦੇ ਟੱਬਰ ਨੇ ਪੰਜਾਬੀ ਤੇ ਟੱਬਰਵਾਦੀ ਚੱਲ ਰਿਹਾ ਨਾ ਚਾਹੇ ਅਮਰਿੰਦਰ ਸਿੰਘ ਦਾ ਮੁੰਡਾ ਹੋਵੇ ਅਮਰਿੰਦਰ ਖੁਦ ਹੋਣਾ ਨਹੀਂ ਉਹਨਾਂ ਦੀ ਵਾਈਫ ਹੋਵੇ ਸਾਰੇ ਪੋਲਿਟਿਕਸ ਮੈਂ ਇਹੀ ਕਹਿ ਰਹੀ ਹਾਂ ਇਹ ਜਿਹੜਾ ਸੀਟ ਤੇ ਬਹਿ ਗਿਆ ਆਪਣੇ ਆਪ ਨੂੰ ਵੰਡੇ ਬਣਿਆ ਮੈਂ ਇਹੀ ਕਹਿ ਰਹੀ ਹਾਂ ਕਿ ਇਹਦੇ ਵਿੱਚ ਸਾਨੂੰ ਫਰਕ ਰੱਖਣਾ ਪਊਗਾ ਸਾਨੂੰ ਇੱਕ ਨਾਰਮਲ ਪਾਲਿਸੀ ਬਣਨੀ ਪਊਗੀ ਇੱਕ ਜਿਹੜੀ ਹੈ ਕਿ ਗਿਣਮੇ ਚੁੜਮੇ ਜਨਰਲ ਨਾ ਹੋਈ ਜਨਰਲ ਹੋ ਸਾਰੇ ਕਰਨ ਨੂੰ ਆਪਣੀ ਰੇਸ਼ਟਰ ਨੂੰ ਲਾਓ ਜੋ ਲਈ ਆ ਗਿਆ ਪਿੱਛੇ ਉਹ ਪਰਿਵਾਰ ਬਾਦ ਹੈ ਇਹ ਸਾਰਿਆਂ ਨੇ ਦਿੱਤਾ ਗਿਆ ਕੋਈ ਐਮਪੀ ਹੈ ਕੋਈ ਕੁਛ ਐਸਾ ਦਿੱਤਾ ਕੋ ਪਰਿਵਾਰਵਾਦ ਹੈ ਲੇਕਿਨ ਜੇ ਐਕਸੈਪਸ਼ਨ ਇੱਕ ਦੋ ਕੇਸਾਂ ਦੇ ਵਿੱਚ ਇਹ ਸੋਚ ਕੇ ਕਿ ਐਸਥਾਨ ਤੇ ਕੋਈ ਖਾਸ ਰਾਇਤ ਇਸ ਕਰਕੇ ਦਿੱਤੀ ਜਾ ਰਹੀ ਹੈ ਕਿਨਾਂ ਦੀ ਆ ਕੰਟਰੀਬਿਊਸ਼ਨ ਹੈ ਇਹਨਾਂ ਦਾ ਹੱਕ ਮੰਗਦਾ ਹੈ ਨਹੀਂ ਉਹ ਕਹਿੰਦਾ ਨਹੀਂ ਕਿ ਤੁਹਾਡੇ ਖਿਲਾਫ ਜਿਆਦਾ ਕੀਤਾ ਮੈਨੂੰ ਤੁਹਾਨੂੰ ਇੰਪੋਰਟੈਂਸ ਨਾ ਦੇਣ ਦਾ ਕਾਰਨ ਇਹ ਕਿ ਇਹ ਵੀ ਹੋਈ ਤੇ ਰਹਿ ਸਕਦਾ ਨਾ ਕਿ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਖਿਲਾਫ ਸਾਰੇ ਚਾਰਜ ਲੱਗੇ ਹਨ ਐਡੀ ਨੇ ਕੇਸ ਬਣਾਏ ਨੇ ਇਹ ਬਣਾਏ ਨੇ ਉਹਨੂੰ ਪ੍ਰੀਫਰੈਂਸ ਦੇਣਾ ਤੁਹਾਡੇ ਬਰਾਬਰ ਖੜੇ ਕਰਕੇ ਤੁਹਾਡੇ ਉੱਤੇ ਕੋਈ ਜ਼ਿਆਦਾ ਚਾਰਜ ਉਸਨਾਂ ਦੇ ਹੈਗੇ ਨਹੀਂ ਇਹ ਕਾਰਨ ਹੋ ਸਕਦਾ ਹੈ ਨਾ ਦੇਖੋ ਮੈਂ ਉਹਦੇ ਤੇ ਇਹਦੀ ਨੇ ਚਾਰਜਸ ਦਿੱਤੇ ਨੇ ਉਹ ਸਹੀ ਨੇ ਜਾਂ ਗਲਤ ਨੇ ਜਾਂ ਕੀ ਇਹ ਕੋਰਟ ਡਿਸਾਈਡ ਕਰੇਗਾ ਤਾਂ ਅਗਲਾ ਕੋਰਟ ਡਿਸਾਈਡ ਕਰੇਗਾ ਹਾਂ ਪਰ ਚਾਰਜ ਤਾਂ ਲੱਗੇ ਨਾ ਲੋੜਣਾ ਬੜਾ ਹੁੰਦਾ ਹੈ ਮੇਵੀ ਕੇ ਇਲਜ਼ਾਮਾਂ ਦਾ ਕਾਰਨ ਇਹ ਹੋਵੇ ਕਿ ਅੱਜ ਖਜ਼ਾਨਾ ਮੰਤਰੀ ਜਿਹੜਾ ਭਾਰਤ ਸਰਕਾਰ ਚ ਬੈਠਾ ਹੈ ਜੇਤਲੀ ਜੀ ਉਹ ਜੇਤਲੀ ਜੀ ਹਾਰੇ ਆ ਕੈਪਟਨ ਮੋਧ ਦਸਿਕ ਤੋਂ ਅੱਜ ਉਹ ਉੱਥੇ ਖਜ਼ਾਨੇ ਚ ਬੈਠੇ ਆ ਉਹ ਆਪਣੀ ਪਾਵਰ ਨੂੰ ਸ਼ਾਇਦ ਮਿਸਯੂਜ਼ ਕਰਦੇ ਹੋਣ ਸਚਾਈ ਕੁਝ ਹੋਰ ਹੀ ਹੋਵੇ ਰਿਐਲਿਟੀ ਕੁਝ ਹੋਰ ਹੀ ਹੋਵੇ ਇਸ ਲਈ ਜਾਮ ਲਾਉਣਾ ਬੜੀ ਸਖਾਲੀ ਗੱਲ ਹੈ ਤੁਹਾਨੂੰ ਅਮਰਿੰਦਰ ਸਿੰਘ ਤੇ ਬੜਾ ਵਿਸ਼ਵਾਸ ਹੋ ਗਿਆ ਲੱਗਦਾ ਮੈਨੂੰ ਵਿਸ਼ਵਾਸ ਨਹੀਂ ਮੈ ਤਾਂ ਕਹਿੰਦੀ ਆ ਕਿ ਇਹ ਦੇ ਹਾਲਾਤਾਂ ਵਿੱਚ ਮੈਂ ਕੁਝ ਦੇਖਿਆ ਨਿਕਲ ਕੇ ਕਿਉਂਕਿ ਪਹਿਲੇ ਤੁਸੀਂ ਲੜਦੇ ਰਹੇ ਉਹਦੇ ਨਾਲ ਜਿਹੜਾ ਕੁਝ ਪਿੱਛੇ ਪਿਆ ਲੜਾਈ ਵੀ ਰੱਖੀ ਹੈ ਲੜਾਈ ਵੀ ਰੱਖੀ ਤੁਸੀਂ ਐਸੇ ਤੁਹਾਡੇ ਥਾਂ ਤੇ ਜਿਵੇਂ ਅੱਜ ਗੱਲ ਕਰ ਰਹੇ ਸੀ ਇੱਕ ਇੰਟਰਵਿਊ ਵਿੱਚ ਮੇਰੇ ਡਿਫਰੈਂਸ ਆਪੀਨੀਅਨ ਦੇ ਵਿੱਚ ਮੈਂ ਪੂਰੀ ਲੜਾਈ ਸੀ ਮੇਰੀ ਜਿੱਥੇ ਕਿਤੇ ਵੀ ਕੋਈ ਗੱਲ ਮੈਨੂੰ ਲੱਗੀ ਹੈਗੀ ਹੈ ਕਿ ਇਹ ਪਾਰਟੀ ਦੇ ਖਿਲਾਫ ਪਾਰਟੀ ਦਾ ਨੁਕਸਾਨ ਹੋ ਸਕਦਾ ਹੈ ਸਾਨੂੰ ਨੁਕਸਾਨ ਹੋ ਸਕਦਾ ਸਾਨੂੰ ਨਹੀਂ ਗੱਲ ਕਰਨੀ ਚਾਹੀਦੀ ਮੇਰੇ ਉੱ ਲੇਕਿਨ ਜਿੱਥੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੈਨੂੰ ਵੀ ਬਜਾਏ ਪਿੱਛੇ ਛੱਡਣਾ ਪਵੇ ਮੈਂ ਉੱਥੇ ਨਾਲ ਖੜੀ ਆ ਕੇ ਪਰ ਦਿਸ ਦਿਸ ਇਜ਼ ਕਹਿ ਰਹੇ ਕਿ ਇੱਥੇ ਗੁੱਟਬਾਜੀ ਵੀ ਹੈ ਪਰਿਵਾਰਵਾਦ ਵੀ ਹੈ ਤੇ ਪਰ ਚੁਣਾਵ ਕਿਸੇ ਨੂੰ ਜਿੱਤਾਂਗੇ ਚੋਣਾਂ ਤੇ ਤੁਸੀਂ ਹਾਰ ਜਾਓਗੇ ਇਸ ਹਿਸਾਬ ਨਾਲ ਤੇ ਆਪਣੇ ਪਰਿਵਾਰ ਨੂੰ ਜਿਤਾਣ ਲੱਗੇ ਲੈ ਜਾਣਗੇ ਤੁਸੀਂ ਕਹੋ ਜੀ ਮੇਰੇ ਘਰ ਵਾਲੇ ਜਿੱਤ ਜਾਣ ਕੈਪਟਨ ਸਾਹਿਬ ਕਹਿੰਣਗੇ ਮੇਰੇ ਜਿੱਤ ਜਾਣ ਅੱਜ ਜਿਸ ਤਰ੍ਹਾਂ ਮੈਂ ਇਹ ਗੱਲ ਕਹੀ ਹੈਗੀ ਹੈ ਕਿ ਇਨ ਜਨਰਲ ਪਰਿਵਾਰਵਾਦ ਨਹੀਂ ਹੋਊਗਾ ਰੇਅਰਲੀ ਐਕਸੈਪਸ਼ਨਸ ਕੋਈ ਨਾ ਕੋਈ ਕੇਸਿਸ ਵਿੱਚ ਜੇਕਰ ਹਾਈ ਕਮਾਂਡ ਚਾਹੂਗੀ ਉਹ ਵੀ ਮੈਂ ਵੀ ਜਿਸ ਤਰ੍ਹਾਂ ਕਿਹਾ ਹੈਗਾ ਕਿ ਵਿਸ਼ਾ ਸਾਡੀਆਂ ਸ਼ੱਕ ਹੋ ਸਕਦੀਆਂ ਫੋਰਸ ਨਹੀਂ ਕਰਾਂਗੇ ਕਦੇ ਵੀ ਫੋਰਸ ਨਹੀਂ ਕਰਾਂਗੇ ਕਿ ਸਰ ਨੂੰ ਆਕ ਕੀਤਾ ਜਾਵੇ ਡਿਮਾਂਡ ਹੋ ਚਾਦੀ ਹੈ ਫੋਰਸ ਨਹੀਂ ਕਰਾਂਗੇ ਕਿ ਹਾਂਜੀ ਜ਼ਰੂਰ ਦਿੱਤਾ ਜਾਵੇ ਮੈਂ ਆਪਣੇ ਬੇਟੇ ਨੂੰ ਬਿਲਕੁਲ ਲੜਾਉਣ ਦੇ ਹੱਕ 'ਚ ਨਹੀਂ ਆ ਮੈਂ ਆਪਣੀ ਬੇਟੀ ਨੂੰ ਬਿਲਕੁਲ ਲੜਾਉਣ ਦੇ ਹੱਕ 'ਚ ਨਹੀਂ ਆ ਮੈਂ ਕੱਲੀ ਲੜ ਰਹੀ ਹੈਗੀ ਆ ਮੇਰੇ ਭਰਾ ਆਏ ਸੀਗੇ ਮੈਂ ਹੁੰਦੀ ਸੂਬੇ ਦੀ ਪ੍ਰਧਾਨ ਸੀ ਤੁਹਾਡੇ ਪਰਿਵਾਰ ਦੇ ਕੋਈ ਨਹੀਂ ਲੜੇਗਾ ਚੋਣਾਂ ਸਵਾਰੀ ਐਸ ਵਾਰ ਜਿਹੜਾ ਮੇਰਾ ਮੈਂਬਰ ਹੈ ਕੋਈ ਲੜੂਗਾ ਅਗਰ ਸਿਟਿੰਗ ਕਰਕੇ ਜਾਂ ਅਬਿਨੇਬਿਲਟੀ ਦੇ ਹਿਸਾਬ ਦੇ ਨਾਲ ਫਰਜ਼ੀ ਆ ਉੱਥੇ ਕੋਈ ਮੇਰਾ ਮੈਂਬਰ ਆਉਂਦਾ ਹੈਗਾ ਕਿ ਜਿੱਤ ਸਕਦਾ ਹੈਗਾ ਉੱਥੇ ਪਾਰਟੀ ਫੈਸਲਾ ਕਰਦੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਊ ਦੇਖੋ ਅੱਜ ਜਿਸ ਤਰ੍ਹਾਂ ਮੈਂ ਕਿਹਾ ਹੈਗਾ ਫੇਸ ਹੋਈ ਹੋਣੀ ਹੈ ਨਾ ਤੁਹਾਡੇ ਇਸ ਵਾਲੇ ਪਾਰਟੀ ਦੇ ਉਹਦਾ ਰੀਜ਼ਨ ਇਹ ਹੈਗਾ ਰਵੀਂਦਰ ਕੌਰ ਬੱਟਰ ਤਾਂ ਫੇਸ ਹੈ ਨਹੀਂ ਪਾਰਟੀ ਦੀ ਵੋਟ ਮੰਗੇ ਚਾਹਣਾ ਹੈ ਜਾਓਗੇ ਤੁਸੀਂ ਵੋਟ ਮੰਗੋਗੇ ਕੈਪਟਨ ਦੇ ਨਾਂ ਤੇ ਨਹੀਂ ਬਿਲਕੁਲ ਅਸੀਂ ਕੈਪਟਨ ਦੇ ਨਾਂ ਤੇ ਵੋਟ ਇਸ ਕਰਕੇ ਮੰਗ ਰਹੇ ਹਾਂ ਕਿ ਜਦੋਂ ਕੋਈ ਲੀਡਰ ਹੁੰਦਾ ਹੈ ਹੈੱਡ ਹੁੰਦਾ ਹੈ ਉਹਦੀ ਪਾਰਟੀ ਤੋਂ ਵੀ ਸਰਕਾਰ ਉਹਦੀ ਗਣੀ ਜਾਂਦੀ ਹੈ 2002 ਤੋਂ 2007 ਤੱਕ ਕੈਪਟਨ ਰਵੀਂਦਰ ਸਿੰਘ ਸਰਕਾਰ ਹੈ ਉਸ ਪਾਰਟੀ ਦੇ ਸਮੇਂ ਵਿੱਚ ਇਹਨਾਂ ਨੂੰ 5 ਸਾਲ ਮਿਲ ਗਏ ਸ਼ਾਇਦ ਮੈਨੂੰ 5 ਸਾਲ ਮਿਲਦੇ ਮੈਂ ਵੀ ਹੋਰ ਇਸ ਤੋਂ ਅੱਛੇ ਕੰਮ ਕਰ ਸਕਦੀ ਸੀ ਮੇਰੀ ਬੈਡ ਲੱਕ ਲਾਓ ਜਾ ਮੇਰੀ ਕਿਸਮਤ ਦੀਆਂ ਲਕੀਰਾਂ ਲਾਓ ਮੈਨੂੰ ਇਹ ਪੂਰਾ ਸਮਾਂ ਮਿਲਿਆ ਤਿੰਨ ਚਾਰ ਮਹੀਨੇ ਮਿਲਦੇ ਜਦੋਂ ਇਲੈਕਸ਼ਨ ਹੋਣ ਵਾਲੀ ਸੀਗੀ ਉਦੋਂ ਹੀ ਟਾਈਮ ਮਿਲਿਆ ਲੇਕਿਨ ਇਸ ਸਮੇਂ ਚ ਕੈਪਟਨ ਸਾਹਿਬ ਦੇ ਸਮੇਂ ਚ ਅੱਜ ਕਿਉਂ ਉਹਦੀ ਪਪੂਲਰਿਟੀ ਦੀ ਮੈਂ ਗੱਲ ਕਹੀ ਹੈ ਕਿਉਂ ਸਮਝ ਦੇ ਇਸ ਚ ਉਹਨਾਂ ਦੇ ਸਕਾਂਗੇ ਇਹਨਾਂ ਦੇ ਸਮੇਂ ਚ ਪੰਜ ਸੱਤ ਫੈਸਲੇ ਹੋਏ ਜਿਹੜੇ ਬਹੁਤ ਅੱਛੇ ਹੋਏ ਪਹਿਲਾਂ 240 ਤੋਂ ਜ਼ਿਆਦਾ 45000 ਸੀਟਾਂ ਵੀ ਲਾਇਆ ਹੈ ਨਾ ਇਹ ਵੀ ਤਾਂ ਬੰਨਣਾ ਪੈਗਾ ਐਮਐਲਏ ਉਹਨਾਂ ਨਾਲ ਨੇ ਪੰਜ ਜਨਤਾ ਉਹਨਾਂ ਨਾਲ ਇਹ ਵੀ ਤਾਂ ਠੀਕ ਗੱਲ ਹੈ ਨਾ ਮੈਂ ਹੀ ਕਹਿੰਨੀ ਆ ਨਾ ਇਸੇ ਕਰਕੇ ਐਮਐਲਏ ਵੀ ਨਾਲ ਆ ਇਸੇ ਕਰਕੇ ਚਾਹੇ ਕਿਸਾਨਾਂ ਦੀ ਕਿਸਾਨੀ ਦਾ ਫੈਸਲਾ ਹੋਇਆ ਚਾਹੇ ਜਵਾਨੀ ਦਾ ਫੈਸਲਾ ਹੋਇਆ ਚਾਹੇ ਰੋਜ਼ਗਾਰ ਤੇ ਇੰਡਸਟਰੀ ਲੈਵਲ ਦਾ ਫੈਸਲਾ ਹੋਇਆ ਅੱਜ ਕੰਪੈਰੀਜ਼ਨ ਕਰਕੇ ਦੇਖ ਲੈਣ ਸੁਖਵੀਰ ਸਿੰਘ ਬੈਠ ਜਾਵੇ ਸਾਡੇ ਕਿਸੇ ਪਾਰਟੀ ਦੇ ਬਲਾਰੇ ਨਾਲ ਅਸੀਂ ਉਹਨੂੰ ਇੱਕੋ ਹੀ ਪੁਆਇੰਟ ਦੇ ਉੱਤੇ ਉਹਨੂੰ ਫੇਲ ਕਰ ਸਕਦੇ ਹਾਂ ਕਿ ਕੰਪੈਰੀਟਿਵਲੀ ਅੱਜ ਮੈਂ ਨਹੀਂ ਕਹਿੰਦੀ ਕੱਲਾ ਮੀਡੀਆ ਨਹੀਂ ਕਹਿੰਦਾ ਜਿਹਦੇ ਤੋਂ ਗੱਲ ਕਰ ਰਹੀ ਸੀ ਜੀ ਮੀਡੀਆ ਕਰਦਾ ਮੀਡੀਆ ਸਾਡੇ ਵੇਲੇ ਵੀ ਹੁੰਦਾ ਹੈ ਜੇ মিডিਆ ਤਾਂ ਹੀ ਕੁਝ ਕਹਿੰਦਾ ਹੈ ਜੇ ਕਿਸੇ ਤਾਂ ਤੇ ਅੱਗ ਹੁੰਦੀ ਹੈ ਤੂੰ ਤਾਂ ਹੀ ਨਿਕਲਦਾ ਹੈਗਾ ਲੇਕਿਨ ਮੈਂ ਕਹਿੰਨੀ ਫੇਰ ਵੀ ਇਹਨਾਂ ਦੇ ਮੁਤਾਬਕ মিডিਏ ਤੇ ਨਾਜ਼ਕੀਨ ਕਰੋ ਸਾਡੇ ਤੇ ਨਾਜ਼ਕੀਨ ਕਰੋ ਅੱਜ ਪੰਜਾਬ ਦੇ ਮੈਂ 22 25 ਵੱਡੀਆਂ ਪਬਲਿਕ ਮੀਟਿੰਗਾਂ ਕਰਕੇ ਆਇਆ ਹਾਂ ਸਾਡੇ ਨਾਲੋਂ ਵੱਧ ਕਾਲੇ ਪੰਜਾਬ ਦੇ ਸਾਰੇ ਵਰਗ ਆ ਜਿਹੜੇ ਕਾਲੀ ਦਲ ਦੀ ਤੇ ਭਾਜਪਾ ਸਰਕਾਰ ਤੋਂ ਔਖੇ ਐ ਅੱਜ ਇਹਨਾਂ ਦੀ ਜਿਹੜੀ ਪਰਚੇਜ਼ਿੰਗ ਵਾਲੀ ਸ਼ਕਤੀ ਹੈ ਉਹ ਵੀ ਜ਼ੀਰੋ ਹੋ ਜਾਣੀ ਹੈ ਪੰਜਾਬ ਦੀ ਸਰਕਾਰ ਪਰਫਾਰਮੈਂਸ ਕਿਹੋ ਜਿਹੀ ਹੈ ਉਹ ਮੈਂ ਤੁਹਾਨੂੰ ਡਿਸਕਸ ਕਰਾਂਗਾ ਛੋੜੀ ਦੇਰ ਦੇ ਬਾਅਦ ਮੈਂ ਪਹਿਲੇ ਕਾਂਗਰਸ ਪਾਰਟੀ ਦੀ ਗੱਲ ਕਰ ਰਿਹਾ ਹਾਂ ਤੁਸੀਂ ਜਦੋਂ ਜਾਂਦੇ ਹੋ ਉੱਥੇ ਹਾਲੇ ਵੀ ਬਾਜਵਾਸਾ ਦਾ ਇਫੈਕਸ਼ਨ ਅਲੱਗ ਕਰਦਾ ਮੀਟਿੰਗਾਂ ਤੁਸੀਂ ਅਲੱਗ ਤੁਸੀਂ ਤੁਹਾਨੂੰ ਜਿਵੇਂ ਬਣਾ ਛੱਡਾ ਕਮੇਟੀ ਦਾ ਚੇਅਰਮੈਨ ਤੁਸੀਂ ਕਹਿ ਰਹੇ ਹੋ ਐਮ ਜੀ ਪੀ ਚੋਂਦਾ ਕਿ ਪੰਜਾਬ ਹਿੰਦੀ ਹੀ ਕੀ ਬੋਲ ਰਹੇ ਕਿ ਜੁੰਜੂਨਾ ਫੜਾ ਦਿਓ ਜਾਂ ਲਾਲੀਪਾਪ ਫੜਾ ਦਿਓ ਉਹਦੇ ਨਾਲ ਖੁਸ਼ ਹੋਣ ਦੇ ਬੰਦੇ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਪੰਜਾਬ ਦੇ ਵਿੱਚ ਅੱਜ 6 ਗਰੁੱਪ ਬਣਾਏ ਗਏ ਆ ਸਾਰੇ ਪੰਜਾਬ ਵਾਲੇ ਸਾਰੇ ਗਰੁੱਪਾਂ ਨੂੰ ਇੱਕ ਇੱਕ ਬਰਾਬਰੀ ਸਾਨੂੰ ਸਾਰੇ ਜਿਹੜੇ ਸੀਨੀਅਰ ਲੀਡਰ ਸੀਗੇ ਸਾਨੂੰ ਬਰਾਬਰ ਰੱਖ ਕੇ 6 ਹਿੱਸਿਆਂ ਚ ਪੰਜਾਬ ਵੰਡ ਕੇ ਇੱਕ ਇੱਕ ਗਰੁੱਪ ਦਾ ਇੱਕ ਇੱਕ ਲੀਡਰ ਅਸੀਂ ਬਣੇ ਪਿਆ ਉਧਰੋਂ ਮਰਿੰਦਰ ਸਿੰਘ ਵੀ ਲੀਡਰ ਬਣੇ ਪਿਆ ਸਾਰੇ ਅਸੀਂ ਕੰਮ ਕਰਦੇ ਹਾਂ ਪਰ ਲੀਡਰ ਤਾਂ ਇੱਕੋ ਹੀ ਹੁੰਦਾ ਨਾ ਪ੍ਰਧਾਨ ਤਾਂ ਇੱਕੋ ਹੀ ਹੈਗਾ ਪ੍ਰਧਾਨ ਤਾਂ ਇੱਕੋ ਹੀ ਹੈ ਤੁਹਾਡਾ ਪ੍ਰਧਾਨ ਉਹੀ ਰਹਿਣਾ ਹੈ ਬਾਕੀ ਸਾਰੇ ਆਪਣੇ ਆਪਣੇ ਪ੍ਰਧਾਨਾਂ ਤੋਂ ਮੜਦੇ ਨੇ ਇਹ ਜੀ ਗੱਲ ਅਸੀਂ ਇਹ ਬਿਲਕੁਲ ਨਹੀਂ ਸਮਝਦੇ ਅਸੀਂ ਕਹਿੰਦੇ ਹਾਂ ਕਿ ਅਸੀਂ ਪਾਰਟੀ ਦੇ ਉਹ ਲਾਇਲ ਸਿਪਾਹੀਆਂ ਜਿਹੜਿਆ ਨੇ ਸਮਝ ਕੇ ਕਿ ਪਾਰਟੀ ਦਾ ਮੈਂ ਕਹਿੰਦਾ ਸਿਪਾਹੀ ਹੋਣਾ ਅੱਜ ਉਸ ਤੋਂ ਵੱਡੀ ਗੱਲ ਹੋ ਸਕਦੀ ਹੈ ਜਿਨ੍ਹਾਂ ਨੇ ਜਿੱਥੇ ਜੋ ਡਿਊਟੀ ਮਿਲੀ ਉਹ ਨਿਭਾਈ ਪ੍ਰਤਾਪ ਸਿੰਘ ਬਾਜਵਾ ਵੀ ਉਸੇ ਗਰੁੱਪ ਦੇ ਵਿੱਚ ਆਉਂਦਾ ਹੈ ਦੂਲੋ ਵੀ ਉਸੇ ਗਰੁੱਪ ਚ ਆਉਂਦਾ ਹੈ ਮੈਂ ਵੀ ਉਸੇ ਗਰੁੱਪ ਚ ਆਉਂਦੀ ਆ ਕੇਪੀ ਵੀ ਆਉਂਦਾ ਸਾਰੇ ਅਸੀਂ ਪਾਰਟੀ ਦੀ ਕੰਮ ਕਰ ਰਹੇ ਹਾਂ ਸਾਰੇ ਪਾਰਟੀ ਦੇ ਜਿਹੜੇ ਟੌਪ ਲੀਡਰਸ਼ਿਪ ਹੈ ਅਗਰ ਮੈਂ ਪਿਛੜੇ ਜੋ ਲੋਕੀ ਨੇ ਦਲਿਤ ਵਰ ਦੇ ਜਿਹੜੇ ਟੌਪ ਦੇ 5 6 ਤੁਸੀਂ ਹੈਗੇ ਇਕੋ ਹੀ ਕਾਸਟ ਦੇ ਹੈਗੇ ਸਾਰੇ ਸਾਰੇ ਵੱਡੇ ਦਾਰੇ ਨਹੀਂ ਨਹੀਂ ਕੇਪੀ ਦੋ ਅਸੀਂ ਦਰ ਵਿਚੋਂ ਆਏ ਹਾਂ ਅੱਧਾ ਚਾਰਜ ਬਾਕੀ ਚਾਰ ਗਿਣੋ ਨਾ ਫਿਰ ਨਹੀਂ ਦੇਖ ਲਓ ਹਿੰਦੂਆਂ ਵਿੱਚੋਂ ਵੀ ਸਾਰੇ ਆਏ ਨੇ ਸਾਡੇ ਕਿਸ ਤਰੀਕੇ ਦੇ ਨਾਲ ਸਾਡਾ ਹਿੰਦੂ ਭਰਾ ਸਾਡਾ ਦਲਿਤ ਭਰਾ ਸਾਡਾ ਸਾਡੀ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਇਹ ਜਾਤਾਂ-ਗੁੱਟਾਂ ਵਿੱਚ ਵੰਡਣ ਦੀਆਂ ਗੱਲਾਂ ਜਿਹੜੀ ਮੈਂ ਸਮਝਦਿਆਂ ਮੇਰੀ ਨਿੱਜੀ رائے ਵੀ ਹੋ ਸਕਦੀ ਹੈ ਕਿ ਸਾਨੂੰ ਸੈਕੂਲਰ ਸੋਚ ਲੈ ਕੇ ਜਿਹਦੇ ਵਿੱਚ ਕੈਪੇਬਿਲਿਟੀ ਕਪੈਸਿਟੀ ਤੇ ਕੀ ਹੈਗਾ ਡਿਸਰਵ ਕਰਦਾ ਉਹ ਲੈ ਕੇ ਚੱਲਣਾ ਚਾਹੀਦਾ ਲੇਕਿਨ ਫਿਰ ਵੀ ਇੱਕ ਕਮਿਊਨਿਟੀ ਦੀ ਰਿਪਰੈਜ਼ੈਂਟੇਸ਼ਨ ਦੇਣਾ ਉਹਦਾ ਵੀ ਅਸੀਂ ਪੂਰਾ ਖਿਆਲ ਰੱਖਿਆ ਕਿਸੇ ਥਾਂ ਤੇ ਵੀ ਨਹੀਂ ਹੈ ਕਿ ਅਸੀਂ ਇਕੱਲੇ ਜੱਟ ਸਿੱਖ ਲੈ ਲਿਆ ਕਿਹੜੇ ਅਸੀਂ ਦੋ ਤਿੰਨ ਸਹਾਈਆਂ ਜੱਟ ਸਿੱਖ ਬਾਕੀ ਸਾਰੀ ਹੀ ਨਹੀਂ ਸਰਕਾਰਾਂ ਜਦੋਂ ਮੁੱਖ ਮੰਤਰੀ ਬਣਦੇ ਤਾਂ ਉਸਨੇ ਜੱਟ ਲੀਡਰੀ ਕੰਮ ਆਉਂਦੇ ਨਾ ਬਾਕੀ ਨਜ਼ਰ ਨਹੀਂ ਆਉਂਦੀ ਪੂਰੇ ਹਿੰਦੁਸਤਾਨ ਭਰ ਦੇ ਵਿੱਚੋਂ ਇੱਕੋ ਹੀ ਹੈ ਜਿਹ ਤੇ ਉਹ ਜਿਹਨੂੰ ਕਹਿੰਦੇ ਹੈਗੇ ਕਿ ਕਿੰਨੇ ਕਿੰਨੇ ਪਰਸੈਂਟ ਹੈਗੇ ਮੈਨੂੰ ਦੱਸੋ ਨਾ ਮੰਨਦੀ ਆ ਇੱਕੀ ਦਾ 2% ਕਾਲੀਆਂ ਨੂੰ ਵੀ ਡੱਟ ਮਿਲਦਾ ਤੁਹਾਨੂੰ ਵੀ ਡੱਟ ਮਿਲਦਾ 2% ਹੋਮਾਗੇ ਇੱਕੋ ਹੀ ਸਟੇਟ ਹੈ ਜੇ ਹੁਣ ਅਸੀਂ ਆਪਣੀ ਸਟੇਟ ਚ ਆਖੀਏ ਕਿ ਗੰਦੀ ਸਭ ਤੋਂ ਜ਼ਿਆਦਾ ਹੈ ਜੱਟਾਂ ਤੋਂ ਜ਼ਿਆਦਾ ਨੇ ਦੋ ਗੁਣਾ ਨੇ ਬਹੁਤ ਸਾਰੀਆਂ ਸਟੇਟਾਂ ਚ ਦਲ ਸਿਪ ਮਿਨਿਸਟਰ ਬਣੇ ਹੋਏ ਨੇ ਨਹੀਂ ਤਾਂ ਜੰਮੂ ਕਸ਼ਮੀਰ ਦੇ ਵਿੱਚ ਆ ਪਾਕੀ ਬਸਤਾਨ ਤੁਸੀਂ ਥਾਪੀ ਦੀ ਜੋ ਗੱਲ ਕੀਤੀ ਕਿ ਅਸੀਂ ਸਾਰੀਆਂ ਪਾਰਟੀਆਂ ਵਿੱਚ ਵਿਸ਼ਵਾਸ ਕਰਦੇ ਹਾਂ ਸਾਰੀ ਜਾਤੀਆਂ ਤੋਂ ਸਭ ਵਿਸ਼ਵਾਸ ਕਰਦੇ ਹਾਂ ਹਰ ਚੀਜ਼ ਕਰਦੇ ਹਾਂ ਪਰ ਇਹ ਕਿਸ ਤਰ੍ਹਾਂ ਹੈ ਕਿ ਹਰ ਪਾਰਟੀ ਦਾ ਆਦਮੀ ਚਾਹੁੰਦਾ ਕਿ ਜੱਟ ਹੀ ਦਲੀ ਵਿੱਚ Hindu ਆਪਣੀ ਸ਼ੀਲਾ ਢਿਕਸ਼ ਜੀ ਵੀ ਰਹੇ ਜਾਂ ਹੋਰ ਵੀ ਰਹੇ ਮੈਂ ਪੰਜਾਬ ਦੀ ਲੈ ਕੇ ਚੱਲ ਗਿਆ ਪੰਜਾਬ ਇੱਕ ਨਿੱਕੀ ਜਿਹੀ ਸਟੇਟ ਹੈ ਪੰਜਾਬ ਵਿੱਚ ਇਨਜਸਟਿਸ ਹੋਊਗਾ ਜੇ ਇੱਥੇ ਪੰਜਾਬ ਦੇ ਵਿੱਚ ਆਪਣਾ ਜੱਟ ਸਿੱਖ ਨੂੰ ਨਾ ਬਣਾਇਆ ਜਾਵੇ ਜੰਮੂ ਕਸ਼ਮੀਰ ਚ ਇਨਜਸਟਿਸ ਹੋਊਗਾ ਜੱਟ ਸਿੱਖ ਨੂੰ ਕਿਉਂ ਬਣਾਇਆ ਜਾਵੇ ਸਭ ਤੋਂ ਜ਼ਿਆਦਾ ਉਹ ਨਹੀਂ ਹੈਗੇ ਇਸੇ ਲਈ ਮੈਂ ਗੱਲ ਕਰਦੀ ਹਾਂ ਦਲੀ ਸਭ ਤੋਂ ਜ਼ਿਆਦਾ ਨਹੀਂ ਸਾਡੀ ਵੀ ਸਾਡੀ ਵੀ ਇੱਕ ਕਮਿਊਨਿਟੀ ਹੈ ਸਾਨੂੰ ਇਹ ਨਾ ਗਿਣੋ ਜੇ ਅਸੀਂ ਹਿੰਦੁਸਤਾਨ ਵਿੱਚ ਮਾਈਨੋਰਿਟੀ ਚਾ ਪੰਜਾਬ ਚ ਮੇਜੋਰਿਟੀ ਚਾ ਜਿੱਥੇ ਅਸੀਂ ਮੈਜੋਰਟੀ ਚਾ ਉੱਥੇ ਤਾਂ ਸਾਡੂੰ ਮਾੜਾ ਮੋਟਾ ਸਾਡਾ ਨਾਮ ਜੀ ਸਰ ਪੰਜਾਬ ਜੈ ਮੈਜੋਰਟੀ ਸੀ ਉਹਨਾਂ ਨੇ ਅਸੀਂ ਕਿੱਥੇ ਜਾਵਾਂਗੇ ਫਿਰ ਨਹੀਂ ਬਜਟ ਮੈਜੋਰਟੀ ਸੀ ਉਹਨਾਂ ਨੇ ਮੈਰਿਟ ਤੇ ਕਿਉਂ ਨਹੀਂ ਹੁੰਦਾ ਫੈਸਲਾ ਮੈਂ ਇਹ ਕਹਿੰਦਾ ਮੈਂ ਪੁੱਛਣਾ ਹੈ ਗੱਲ ਇੱਕ ਇੱਕ ਥੋੜਾ ਬ੍ਰੇਕ ਲਾ ਲਈਏ ਮੈਂ ਪੁੱਛਾਂਗਾ ਕਿ ਕਿਉਂ ਨਹੀਂ ਮੈਰਿਟ ਤੇ ਵੀ ਹਾਂ ਸੀ ਨਹੀਂ ਕਿਉਂ ਨਹੀਂ ਕਿੱਦਾਂ ਜੱਜ ਬਣ ਸਕਦਾ ਤੇ ਮੈਂ ਪੁੱਛਾਂਗਾ ਇੱਕ ਬ੍ਰੇਕ ਦੇ ਬਾਅਦ ਅਸੀਂ ਸਿੱਧੀ ਗੱਲ ਕਰ ਰਹੇ ਹਾਂ ਬੀਬੀ ਰਾਜਿੰਦਰ ਕੌਰ ਭੱਟਨ ਲਾਲ ਮੈਂ ਪੁੱਛਿਆ ਸੀ ਕਿ ਤੁਸੀਂ ਕਹਿੰਦੇ ਜੱਟ ਮੈਜੋਰਟੀ ਹੈ 21 ਸਟੇਟ ਜਿੱਥੇ ਜੱਟ ਨੂੰ ਮਿਲਣਾ ਚਾਹੀਦਾ ਪਰ ਕਾਂਗਰਸ ਪਾਰਟੀ ਜਾਤੀਵਾਦ ਵਿੱਚ ਵਿਸ਼ਵਾਸ ਨਹੀਂ ਕਰਦੀ ਪਰਿਵਾਰਵਾਦ ਵਿੱਚ ਵਿਸ਼ਵਾਸ ਨਹੀਂ ਕਰਦੀ ਹਾਲਾਂਕਿ ਕੋਈ ਪਰਿਵਾਰ ਪਿਛਲੇ 18 ਸਾਲ ਤੋਂ ਪ੍ਰੈਜ਼ੀਡੈਂਟ ਹੈ ਕਾਂਗਰਸ ਪਾਰਟੀ ਦਾ ਪਰ ਬਾਕੀ ਜਾਤੀ ਦੇ ਲੋਕ ਕਿਉਂ ਨਹੀਂ ਆ ਸਕਦੇ ਮੈਨੂੰ ਇਹ ਸਮਝ ਨਹੀਂ ਆਉਂਦੀ ਨਹੀਂ ਇੱਥੇ ਆਏ ਨੇ ਬਹੁਤ ਵਾਰ ਆਏ ਨੇ ਸਾਡੇ ਪੰਜਾਬ ਦੇ ਵਿੱਚ ਇੱਕ ਵਾਰ ਕਾਮਰੇਡ ਰਾਮਕ੍ਰਿਸ਼ਨ ਜੀ ਬਣੇ ਸੀ ਮੰਤਰੀ ਉਹਨਾਂ ਦੀ ਪਰਫਾਰਮੈਂਸ ਵੀ ਦੇਖੀ ਹਰਿਆਣਾ ਵਿੱਚ ਹੰਡਿਵਾਇਡ ਪੰਜਾਬ ਦੇ ਜੋ ਵੀ ਸੀ ਬਣੇ ਹੈਗੇ ਨੇ ਲekin ਸਾਡੇ ਇੱਥੇ ਤੁਸੀਂ ਜਿਵੇਂ ਕਹਿੰਦੇ ਹੋ ਕਿ ਕਪੈਸਿਟੀ ਜਾਂ ਕਾਬਲੀਅਤ ਦੇ ਮਤਲਬਕ ਬਣੇ ਇੱਥੇ ਪ੍ਰਤਾਪ ਸਿੰਘ ਕੈਰੋਂ ਵੀ ਬਣੇ ਕਾਂਗਰਸ ਪਾਰਟੀ ਦੇ ਵਿੱਚੋਂ ਜਿੰਨੇ ਸਾਡੇ ਜੱਟ ਸਿੱਖ ਬਣੇ ਨੇ ਉਹਨਾਂ ਦੀ ਕਾਬਲੀਅਤ ਵੱਲ ਉਂਗਲ ਨਹੀਂ ਕੀਤੀ ਜਾ ਸਕਦੀ ਦੇਖੋ ਗਿਆਨੀ ਜਿਹੜੂ ਛੱਡ ਗਏ ਗਿਆਨੀ ਜੀ ਜੱਟ ਸਿੱਖ ਨਹੀਂ ਸਨ ਮੁੱਖ ਮੰਤਰੀ ਬਣੇ ਉਹ ਵੀ ਸਾਡੇ ਤੁਹਾਡੇ ਮਿਨੋਰਟੀ ਚੋਂ ਸੀ ਸਿੱਖ ਸੀਗੇ ਜੱਟ ਨਹੀਂ ਸੀ ਜੱਟ ਨਹੀਂ ਸੀ ਮੈਂ ਸਿੱਖਾਂ ਨਿਕਾਲੇ ਨਹੀਂ ਕਰ ਰਿਹਾ ਮੈਂ ਸਿਰਫ ਜੱਟ ਦੀ ਗੱਲ ਕਰ ਰਿਹਾ ਜੱਟ ਕਿੱਥੇ ਦਾ ਵੀ ਹੋ ਸਕਦਾ ਬਿਲਕੁਲ ਮੈਂ ਸਮਝਦਿਆਂ ਕਾਂਗਰਸ ਪਾਰਟੀ ਦਾ ਆਪੋਜੀਸ਼ਨ ਲੀਡਰ ਵੀ ਜੱਟ ਬਣਾਇਆ ਸੀ ਜਿਹੜਾ ਹਿੰਦੂ ਜਣਾ ਸੀ ਉਹ ਵੀ ਜੱਟ ਸੀ ਜੇ ਗਿਆਨੀ ਜੀ ਵੀ ਨਾਨ ਜੱਟ ਬਣ ਗਏ ਜੇ ਸਾਡੇ ਜਿਵੇਂ ਪਹਿਲਾਂ ਕਿਹਾ ਉਹ ਚੀਫ ਮਿਨਿਸਟਰ ਸਾਡੇ ਰਾਮਕ੍ਰਿਸ਼ਨ ਜੀ ਰਾਮਕ੍ਰਿਸ਼ਨ ਜੀ ਵੀ ਨਾਨ ਜੱਟ ਬਣ ਗਏ ਉਹਦੇ ਬਾਅਦ ਜਨੇ ਤੇ ਇਸ ਲਈ ਜੇ ਕਿਸੇ ਵਕਤ ਜੱਟ ਬਣਿਆ ਤੇ ਇੱਕ ਵਾਰ ਜਾਂ ਦੋ ਵਾਰ ਜਾਂ ਤਿੰਨ ਵਾਰ ਜਦੋਂ ਵੀ ਬਣਿਆ ਪੰਜਾਬ ਦੀ ਛੋਟੀ ਜੀ ਸਟੇਟ ਰਹੇਗੀ ਕਾਲੀਦਲ ਦੀ ਮਿਹਰਬਾਨੀ ਦੇ ਨਾਲ ਨਾ ਕਾਂਗਰਸ ਲੀਡਰਸ਼ਿਪ ਹੀ ਝਗੜਾ ਜੱਟਾਂ ਦਾ ਇਹਦੇ ਵਿੱਚ ਨਹੀਂ ਜੱਟਾਂ ਸਾਡੇ ਚ ਕੋਈ ਝਗੜਾ ਨਹੀਂ ਲੇਕਿਨ ਇੱਕ ਹੋ ਗਿਆ ਤੁਸੀਂ ਹੋ ਗਿਆ ਅਮਰਿੰਦਰ ਸਿੰਘ ਇਹ ਦੇਖੋ ਅੰਬੀਸ਼ਨ ਤਾਂ ਹਰ ਕਿਸਨੂੰ ਹੁੰਦੀ ਹੈਗੀ ਹੈ ਉਹ ਬੰਦਾ ਜਿਉਂਦਾ ਜਾਗਦਾ ਕੀ ਹੈ ਜਿੰਨ ਕੋ ਅੰਬੀਸ਼ਨ ਹੀ ਨਾ ਹੋਵੇ ਹੈਗੀ ਹੈ ਲੇਕਿਨ ਮੈਂ ਇਹ ਕਹਿ ਰਹੀ ਹੈਗੀ ਆ ਕਿ ਜੇ ਪ੍ਰਤਾਪ ਸਿੰਘ ਕਹਿਰੋਂ ਸਾਡੇ ਬਣੇ ਤੁਸੀਂ ਕਾਬਲੀਅਤ ਦੀ ਗੱਲ ਕੀਤੀ ਸੀ ਮੈਂ ਕਹਿੰਨੀ ਉਹਦੋਂ ਕਾਬਲ ਕੋਈ ਚੀਫ ਮਿਨਿਸਟਰ ਐਡਮਿਨਿਸਟ੍ਰੇਟਿਵਲੀ ਹੋ ਨਹੀਂ ਸਕਦਾ ਜਿਹਨੇ ਮਹਾਨ ਪੰਜਾਬ ਦੀ ਗੱਲ ਕੀਤੀ ਔਰ ਜਿਹੜੇ ਕਾਲੀਦਲ ਵਾਲੇ ਆ ਇਹਨਾਂ ਨੇ ਨਿੱਕੀ ਪੰਜਾਬੀ ਸੂਬੇ ਵੰਡ ਕੇ ਹਰਿਆਣਾ ਬਣਾਤਾ ਤੇ ਹਿਮਾਚਲ ਬਣਾਤਾ ਪੰਜਾਬ ਛੱਡਤਾ ਸਿਆਸੀ ਕੁਰਸੀ ਕਰਕੇ ਪ੍ਰਤਾਪ ਸਿੰਘ ਕਹਿਰੋ ਬਣਿਆ ਨਾ ਕਿਸਾਨਾਂ ਦੀ ਜਿਹੜੀ ਹੈਗੀ ਹੈ। ਕੇਂਦਰ ਦੀ ਸਰਕਾਰ ਤੁਹਾਡੀ ਜਿਹੜੀ ਬਣੀ ਹੈ। ਇੱਕ ਇੱਕ ਕਿਸਾਨਾਂ ਦੀ ਕਿਸਾਨਾਂ ਦੀ ਇਹ ਸਾਡੀ ਜਗਣੀ ਜਾਂਦੀ ਹੈ ਪੰਜਾਬ ਸਟੇਟ ਕਿਸਾਨੀ ਸਟੇਟ। ਪ੍ਰਤਾਪ ਸਿੰਘ ਕਹਿਰੋ ਸੀ ਜਿਹਨੇ ਕਿਸਾਨੀ ਵਾਸਤੇ ਐਗਰੀਕਲਚਰ ਯੂਨੀਵਰਸਿਟੀ ਨਵੀਨ ਜੁਗ ਲੈਉਣ ਵਾਸਤੇ ਉਹਨੇ ਕੰਮ ਕੀਤਾ ਪਾਟਾ ਟਾਈਮ ਪੜਾਇਆ। ਗਿਆਨੀ ਜੈਲ ਸਿੰਘ ਸੀ ਜਿਨ੍ਹਾਂ ਨੇ ਧਰਮਾਂ ਦਾ ਸਨਮਾਨ ਕਰਦੇ ਹੋਏ ਉਸ ਵਕਤ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ। ਸਰਦਾਰ ਬਿਆਨ ਸਿੰਘ ਜੀ ਸੀ ਉਹਨਾਂ ਨੇ ਉਸ ਵਕਤ ਅੱਤਵਾਦ ਦੇ ਮੂਰੇ ਜਦੋਂ ਕਾਲੀਦਾ ਲਈ ਭੱਜ ਗਏ ਸਭ ਭੱਜ ਗਏ ਸੀ ਉਹਨਾਂ ਨੇ ਅੱਤਵਾਦ ਖਤਮ ਕਰਕੇ ਇੱਥੇ ਵਾਕਈ ਦਾ ਅਮਨ ਤੇ ਸ਼ਾਂਤੀ ਲਿਆਂਦੀ ਇਹ ਸਾਡੀ ਕਾਬਲੀਅਤ ਹੈ ਕਾਂਗਰਸ ਪਾਰਟੀ ਦੀ ਜੱਟ ਸਿੱਖ ਨਹੀਂ ਤੁਸੀਂ ਠੀਕ ਹੈ ਹੁਣ ਤੁਸੀਂ ਚੋਣਾਂਾਂ ਜਿਹੜਾ ਜਾ ਰਹੇ ਹੋ ਤੁਹਾਡਾ ਕੀ ਏਜੰਡਾ ਕੀ ਹੈਗਾ ਬਾਦਲ ਸਾਹਿਬ ਨੇ ਕਹਿੰਦੇ ਨੇ ਸਾਡਾ ਸੀ ਵਿਕਾਸ ਕੀਤਾ ਇਹਨਾਂ ਸਾਰਾ ਡਿਵੈਲਪਮੈਂਟ ਹੋਇਆ ਸੜਕਾਂ ਵਡੀਆਂ ਵੱਡੀਆਂ ਸੜਕਾਂ ਦਿਖਾਈ ਦਿੰਦੀਆਂ ਨੇ ਇਹ ਗੱਲ ਨਹੀਂ ਜਾਓ ਅਗਰ ਤੁਸੀਂ ਪਿੰਡਾਂ ਸ਼ਹਿਰਾਂ ਵਿੱਚ ਚਾ ਫੋਰ ਲੈਂਡ ਰੋਡ ਬਣ ਗਈਆਂ ਨੇ ਪਾਵਰ ਸਰਪਾ ਥੋੜੀ ਹੋ ਗਈ ਹੈ ਤੇ ਇਹ ਚੀਜ਼ਾਂ ਨਜ਼ਰ ਆਉਂਦੀਆਂ ਨੇ ਤੁਸੀਂ ਇਹਨੂੰ ਕਿੱਥੇ ਕੱਟੋਗੇ ਜਾ ਕੇ ਮੈਨੂੰ ਇਹ ਨਹੀਂ ਸਮਝ ਆਉਂਦੀ ਸੜਕਾਂ ਤਾਂ ਬਣੀਆਂ ਕਿ ਨਹੀਂ ਬਣੀਆਂ ਸਹਰਾਂ ਵਿੱਚ ਬੁਰਾ ਹਾਲ ਹੈ ਜਿੰਨੀਆਂ ਬਣੀਆਂ ਹੈ ਸੈਂਟਰ ਦਾ ਜਿਹੜਾ ਸਾਡਾ ਪਿਛਲਾ ਆਇਆ ਬਾਸਿਸ ਸਕੀਮ ਨੈਸ਼ਨਲ ਨੈਸ਼ਨਲ ਹਾਈਵੇਜ਼ ਇਹਨੂੰ ਸੀ ਕਹਿ ਦਿੱਗੇ ਜਿਹੜਾ ਵੱਡੇ ਸਟੇਟ ਹਾਈਵੇ ਜਿਹਦੇ ਚੋਂ ਉਹਨਾਂ ਦਾ ਪੈਸਾ ਆਇਆ ਉਹ ਬਣੀਆਂ ਅੱਜ ਪੰਜਾਬ ਦੇ ਪਿੰਡਾਂ ਜਾ ਕੇ ਦੇਖੋ ਰੂਰਲ ਸਾਈਡ ਤੇ ਕੀ ਹਾਲ ਹੈ ਮੈਂ ਕਹਿੰਦੀ ਇਹਨਾਂ ਨੂੰ ਚੱਲੇ ਸੁਖਵੀਰ ਬਾਦਲ ਤੁਹਾਨੂੰ ਵੀ ਨਾਲ ਲੈ ਲੈਣੇ ਆ ਆਪਾਂ ਲਹਿਰਾ ਕਾਕਾ ਹੀ ਬਗ ਚਲਦੇ ਆ ਪਹਿਲਾਂ ਜਾ ਕੇ ਜੇ ਉੱਥੇ ਆਪਣੀ ਗੱਡੀ ਰੰਗ ਕੀਤਾ ਇਹ ਕਹਿ ਦੇਵੇ ਸਾਡਾ ਵਿਕਾਸ ਹੋਇਆ ਜਾਂ ਕਿਸੇ ਹੋਰ ਪਿੰਡ ਚਲੇ ਜਾਂਦੇ ਆ ਕਸਤਾਨ ਤੇ ਸਾਡਾ ਅੱਜ ਪੰਜਾਬ 1.2 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਉਹ ਸਾਰੀ ਸਟੇਟਸ ਹੈਗੀਆਂ ਨੇ ਇੱਕ ਪੰਜਾਬ ਨਹੀਂ ਹੈ ਪੰਜਾਬ ਪੰਜਾਬ ਇਸ ਕਰਕੇ ਪੰਜਾਬ ਇਸ ਕਰਕੇ ਉਹਨਾਂ ਨੇ ਗਰੀਬੀ ਰੱਖੀ ਪੰਜਾਬ ਇਸ ਕਰਕੇ ਕਹਿੰਨੀ ਆ ਸਾਰਾ ਕੁਝ ਤਾਂ ਗਰੀਬੀ ਹੋ ਗਿਆ ਹੁਣ ਬਚਿਆ ਕੀ ਹੈ ਸਾਡੇ ਕੋਲੇ ਪੰਚਾਇਤਾਂ ਤੇ ਮਿਨਿਸਪੈਲਟੀਆਂ ਬਚੀਆਂ ਕਿ ਪਿੰਡ ਤੇ ਸ਼ਹਿਰ ਗਰੀਬੀ ਰੱਖ ਦਿਓ ਕਿਸੇ ਸਟੇਟ ਨੇ ਆਪਣੇ ਕਾਰਪੋਰੇਸ਼ਨਾਂ ਨਹੀਂ ਗਰੀਬੀ ਰੱਖੀਆਂ ਹੋਣੀਆਂ ਹਸਪਤਾਲ ਨਹੀਂ ਗਰੀਬੀ ਰੱਖੇ ਹੋਣੇ ਸਕੂਲ ਨਹੀਂ ਗਰੀਬੀ ਰੱਖੇ ਹੋਣੇ ਇਹ ਚੀਜ਼ਾਂ ਨਹੀਂ ਗਰੀਬੀ ਰੱਖੀਆਂ ਹੋਣੀਆਂ ਕੋਈ ਔਰ ਪੰਜਾਬ ਦਾ ਜਿਹੜਾ ਵਿਆਜ ਦਾ ਸੀ ਕਿਸ਼ ਦੇ ਰਹਾਂ 11000 ਕਰੋੜ ਆਜੇ ਦੇ ਰਹੇ ਨੇ ਕੱਲੀ ਕਿਸ਼ਤ ਕਿੰਨੀ ਵਾਰ ਸਾਡਾ ਵੀ ਇਸੇ ਪੰਜਾਬ 'ਚ ਰਾਜ ਰਿਹਾ ਸਾਡੇ ਵੇਲੇ ਜਿਹੜੀ ਟ੍ਰੈਜਰੀ ਸੀ ਕਿਤੇ ਇੱਕ ਵਾਰ ਸਾਡਾ ਖਜ਼ਾਨਾ ਬੰਦ ਹੋਇਆ ਹੋਣਾਗਾ ਇਹਨਾਂ ਦਾ ਬਾਰ-ਬਾਰ ਮਹੀਨੇ ਚੁੰਦਾ ਰਿਹਾ ਹੈ ਇਹ ਤਾਂ ਇਹਨਾਂ ਦੀ ਫਾਈਨੈਂਸ਼ੀਅਲ ਹਾਲਤ ਹੈ ਸਰ ਸਰ ਤਨਖਾਹਾਂ ਮਿਲ ਰਹੀਆਂ ਸਭ ਨੂੰ ਹਰ ਮਹੀਨੇ ਮਿਲਦੀਆਂ ਨੇ ਬਿਲਕੁਲ ਨਹੀਂ ਵਿਕਾਸ ਹੋ ਰਿਹਾ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਤਨਖਾਹਾਂ ਸਾਡੇ ਬੰਦੇ ਦੱਸਦੇ ਆ ਕਿ ਕਿਹੜੀਆਂ ਕਿਹੜੀਆਂ ਤਰੀਕਾਂ ਨੂੰ ਜਾ ਕੇ ਕਿਵੇਂ-ਕਿਵੇਂ ਮਿਲਦੀਆਂ ਸਾਰੇ ਮੁਲਾਜ਼ਮ ਜਿੱਥੇ ਬੰਦੇ ਨਾ ਤਾਰਾਂ ਤੇ ਬੈਠੇ ਨਹੀਂ ਮਿਲਦੀਆਂ ਤਾਂ ਮਿਲਦੀਆਂ ਚਾਹੀਦੀਆਂ ਅੱਜ 10 ਦੇ ਕਿ 10 ਅੱਜ ਪੈਨਸ਼ਨਾਂ ਤੁਸੀਂ ਦੇਖੋ ਇਹ ਕਹਿੰਦੇ ਸਪੈਨਸ਼ਨਾਂ ਦਿੰਨੇ ਆ 6ਵੇਂ ਮਹੀਨੇ ਜਾ ਕੇ ਪੈਨਸ਼ਨਾਂ ਦਿੰਦੇ ਨੇ ਵੀ ਅੱਜ ਦਿੱਤੀਆਂ 5 ਮਹੀਨੇ ਦੀਆਂ ਖਾ ਗਏ ਪਿੰਡਾਂ 'ਚ ਮੈਂ ਤਾਂ ਇਹ ਕਹਿੰਦੇ ਚੱਲੋ ਇੱਕ ਟੀਮ ਬਣਾ ਲੈਣੇ ਵਿਧਾਨ ਸਭਾ ਦੇ ਸਾਰਿਆਂ ਪਾਰਟੀਆਂ ਨੂੰ ਬਿਜਲੀ ਮਿਲਦੀ ਹੈ ਕਿ ਨਹੀਂ ਆਹ ਆਹ ਕਾਰ ਮੱਚੀ ਬਿਜਲੀ ਸਭ ਜਗ੍ਹਾ ਮਿਲਦੀ ਹੈ ਬਿਜਲੀ ਬਿਲਕੁਲ ਜਿਹੜੀ ਤੁਸੀਂ ਕਹਿ ਰਹੇ ਹੋ ਬਿਜਲੀ ਇਹ ਕਹਿੰਦੇ ਸਰਪਲੱਸ ਹੈ ਸਟੇਟ ਦੀ ਗਵਰਨਮੈਂਟ ਸੈਂਟਰਲ ਕੰਪਨੀ ਬਿਜਲੀ ਪਾਰਟ ਤੇ ਆਜੋ ਬਿਜਲੀ ਪਾਰਟ ਕਿੰਨੇ ਦਾ ਲੈ ਰਿਆ ਹੈ 12 ਬਿਜਲੀ ਇੱਕ ਜਿੰਨੇ ਮਰਜ਼ੀ ਲੈਣ 1.79 ਤੇ ਲੈ ਕੇ ਲੋਕਾਂ ਨੂੰ ਕਿੰਨੇ ਤੇ ਦੇ ਰਿਹਾ ਹੈ 750 ਤੇ ਇਹ ਠੱਗੀ ਨੇ ਲੋਕਾਂ ਨਾਲ ਫਿਰ ਇਹ ਕਹਿੰਦੇ ਸਾਡੀ ਬਿਜਲੀ ਸਰਪਲੱਸ ਹੈ ਤੁਹਾਡਾ 21000 ਯੂਨਿਟ ਬੰਦ ਹੋ ਗਿਆ ਇੰਡਸਟਰੀ ਦਾ ਸਾਡੇ ਤੇ ਪੰਜਾਬ 167000 ਜਿਹੜਾ ਹੈਗਾ ਛੋਟੀ ਸਮਾਲ ਸਕیل ਇੰਡਸਟਰੀ ਹੈ ਸਾਡੀ ਮੀਡੀਅਮ ਜਿਹੜੀ ਇੰਡਸਟਰੀ ਹੈਗੀ ਹੈ 550 ਹੈ ਯੂਨਿਟ ਸਾਡੇ ਯੂਨਿਟ ਪਰ ਇੰਡਸਟਰੀ ਤੇ ਸਾਡੀ ਜਿਹੜੀ ਵੱਡੀ ਇੰਡਸਟਰੀ 38 ਹੈ 38 ਵੱਡੇ ਯੂਨਿਟ ਪੰਜਾਬ ਚ ਸਿਰਫ ਅੱਜ ਉਹ ਕਿਉਂ ਬੰਦ ਹੋ ਗਏ ਕਿਉਂ ਬਾਹਰ ਗਏ ਨੇ ਕਿਉਂ ਦੂਜੀਆਂ ਸਟੇਟਾਂ ਚ ਚਲੇ ਗਏ ਉੱਥੇ ਇਨਫਰਾਸਟ੍ਰਕਚਰ ਦਾ ਹਾਲ ਜਿਹੜਾ ਕਹਿੰਦੇ ਸਾਡਾ ਵਿਕਾਸ ਤੁਹਾਨੂੰ ਸੈਟਿਸਫਾਈ ਪਤਾ ਹੈ ਹਾਰ ਸਟੇਟਡ ਮੈਨੂਫੈਕਚਰੀ ਕਿ ਸਮਾਲ ਸਕیل ਜਿਹੜੀਆਂ ਹੈ ਮੱਧ ਪ੍ਰਦੇਸ਼ ਰਾਜਸਥਾਨ ਪੰਜਾਬ ਬਿਹਾਰ ਮੈਨੂਫੈਕਚਰੀ ਸੈਕਟਰ 3% ਤੇ ਆ ਗਿਆ ਹੈ ਪੰਜਾਬ ਉਹਦੇ ਚ ਅਲੱਗ ਤਾਂ ਹੋ ਨਹੀਂ ਸਕਦਾ ਪਰ ਉਥੋਂ ਦੀ ਇੰਡਸਟਰੀ ਇੱਥੇ ਕਿਉਂ ਨਹੀਂ ਆਈ ਪੰਜਾਬ 'ਚ ਫਿਰ ਨਹੀਂ ਕਿਹੜੇ ਗੁਜਰਾਤ ਦੀ ਮੱਧ ਪ੍ਰਦੇਸ਼ ਦੀ ਸਾਡੇ ਕਿਉਂ ਨਹੀਂ ਆਈ ਗੁਜਰਾਤ ਹੀ ਬੰਦ ਹੋ ਰਹੀ ਸੀ ਸਾਡੀ ਪੰਜਾਬ ਦੀ ਬਾਹਰ ਕਿਉਂ ਜਾ ਰਹੀ ਹੈ ਨਹੀਂ ਮੈਨੂਫੈਕਚਰਿੰਗ ਇੰਡਸਟਰੀ ਸਾਰੇ ਸਟੇਟ ਦੀ ਸਾਰੇ ਸਾਡਾ ਜਿਹੜਾ ਹੈਗਾ ਨਾ ਜੀ 5 15 ਅਗਰੀਕਲਚਰ ਥੱਲੇ ਆ ਗਿਆ 15 ਲੱਖ ਸਾਡਾ ਮੈਨੂਫੈਕਚਰਿੰਗ ਜਿਹੜਾ ਜੁਨਟ ਹੈ ਉਹ ਬਾਹਰ ਚਲੇ ਗਿਆ ਤੁਹਾਡਾ ਐਗਰੀਕਲਚਰ ਤਾਂ ਠੀਕ ਹੈ ਨਾ ਹਲੇ ਨਹੀਂ ਸਾਡਾ ਐਗਰੀਕਲਚਰ ਐਗਰੀਕਲਚਰ ਦੇ ਵਿੱਚ ਮੈਨੂੰ ਦੁੱਖ ਹੁੰਦਾ ਦੇ ਪ੍ਰੋਕਿਊਰਮੈਂਟ ਤੁਹਾਡੀ ਪਿਛਲੇ ਸਾਲ ਕੇ 4-4 ਮਹੀਨੇ 3-3 ਮਹੀਨੇ ਮੰਡੀਆਂ ਚ ਬਹਿ ਕੇ ਕਿਸਾਨ ਰੋ ਕੇ ਹਰਿਆਣੇ ਚ ਫਸਲਾਂ ਲੈ ਕੇ ਗਏ ਨੇ ਤੇ ਕਹਿੰਦੇ ਕੀਆ ਜਦ ਕਿ ਤੁਸੀਂ ਕਹਿੰਦੇ ਕੰਪੈਰੀਸ਼ਨ ਕਾਂਗਰਸ ਦੇ ਰਾਜ ਸ਼ਾਵਨ ਫਸਲਾਂ ਚੱਕਦੇ ਸੀ ਤੜਕੇ ਨੂੰ ਪੈਸੇ ਜੇਬ ਚ ਆਉਂਦੇ ਸੀ ਅੱਜ 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 ਪ੍ਰੋਡਕਸ਼ਨ ਯਾਦਾ ਅਗਰ ਹੋਈ ਹੈ ਅੱਜ 3000 ਪਿਛਲੇ ਸਮੇਂ ਦੇ ਵਿੱਚ 3000 ਕਿਤਾਨਾ ਕੁਦਕਚੀਆਂ ਕੀਤੀਆਂ ਸਾਡੇ ਵੇਲੇ ਵੀ ਹੋਈ ਹੋਣੀ ਹੈ ਪਰ ਇੰਨੀ ਰੇਸ਼ੋ ਨਹੀਂ 3000 ਕੁਦਕਚੀਆਂ ਮੈਂ ਤੁਹਾਨੂੰ ਇੱਕੋ ਹੀ ਕੇਸ ਬਹੁਤ ਮਸਾਲਾ ਦੇ ਸਕਦੀਆਂ ਇੱਕੋ ਕੇਸ ਦੱਸਦੀਆਂ ਅਸੀਂ ਫਰੀਦਕੋਟ ਵਗੈਰਾ ਪਿੱਛੇ ਜਦੋਂ ਗਏ ਆ ਕਿਸਾਨਾਂ ਮੈਂ ਮੰਨ ਗਈ ਤੁਹਾਡੀ ਗੱਲ ਕਿਸਾਨਾਂ ਦੇ ਖੁਦਕਸ਼ੀਆਂ ਤੁਸੀਂ ਲੋਕਲ ਸਟੇਟ ਗਵਰਨਮੈਂਟ ਦੇ ਨਾਮ ਉੱਤੇ ਰਹਾ ਹੋ ਬਿਲਕੁਲ ਜ਼ਿੰਮੇਵਾਰ ਜੀ ਕਿਉਂ ਇਸ 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 ਕਾਰਨ ਕਰਕੇ ਐਮਐਸਵੀ ਫਿਕਸ ਕਰਦੇ ਨੇ ਇਸ ਕਾਰਨ ਕਰਕੇ ਮਹਾਰਾਸ਼ਟਰ ਜੇ ਸਭ ਤੋਂ ਜ਼ਿਆਦਾ ਮਰੇ ਨੇ ਸਰ ਲੋਕਾਂ ਨੇ ਕਰ ਲਿਆ ਹੁਣੇ ਵੀ ਕਰ ਰਹੇ ਨੇ ਉਥੇ ਤੁਹਾਡੀ ਪਾਰਟੀ ਸਰਕਾਰ ਹੈਗੀ ਹੈ ਖਾਂ ਸੁਸਾਈਡ ਕਰ ਰਹੇ ਨੇ ਇਹਦੀ ਗੱਲ ਕੁਝ ਹੈ ਪਰ ਸਾਰੇ ਦੇਸ਼ ਵਿੱਚ ਹੋ ਰਿਹਾ ਹੈ ਨਾ ਕਿਸਾਨ ਦੀ ਹਾਲਤ ਜਿਹੜੀ ਪਾਲਿਸੀਜ਼ ਸੈਂਟਰਲ ਗਵਰਨਮੈਂਟ ਜਿਹੜੀ ਕਾਂਗਰਸ ਦੀਸ ਪਹਿਲੇ 10 ਸਾਲ ਤੁਹਾਡੀ ਸਰਕਾਰ ਨਹੀਂ ਕੇਂਦਰੀ ਸਾਰੇ ਦੇਸ਼ ਤੋਂ ਵੀ ਮਰੇ ਲੋਕ ਹੁਣ ਇਹ ਅੱਦੇ ਬੜੇ ਵੀ ਮਰੀ ਕਾਂਗਰਸ ਸਰਕਾਰ ਚ ਮੈਂ ਜਿਹੜਾ ਕਹਿ ਰਹੀ ਹਾਂ ਕੰਪੈਰੀਸ਼ਨ ਕਰਨ ਨੂੰ ਇੰਨੀ ਕਿ ਛੋਟੀ ਸਟੇਟ ਚ ਵੱਡੀਆਂ ਸਟੇਟਾਂ ਦੇ ਨਾਲ ਮੁਕਾਬਲਾ ਕਰਕੇ ਦੇਖੋ ਕਿੰਨੇ ਕੋ ਹਜ਼ਾਰਾਂ ਗੁਣਾ ਜ਼ਿਆਦਾ ਹੋਏ ਨੇ ਆ ਤੁਹਾਡਾ ਪਿੱਛੇ ਜਿਹੜਾ ਪੋਪੂਲੇਸ਼ਨ ਵੀ ਕਿੰਨੀ ਹੈ ਪਿੱਛੇ ਜਿਹੜਾ ਚਿੱਟੀ ਮੱਖੀ ਆਈ ਪੰਜਾਬ ਦੇ ਵਿੱਚ ਸਾਡੇ ਬੜੇ ਤੱਕ ਸੁਣਿਆ ਨਹੀਂ ਚਿੱਟੀ ਮੱਖੀ ਦੇ ਨਾਲ ਅੱਧਾ ਮਾਲਵਾ ਛੱਟੀਆਂ ਵੀ ਸੜ ਗਈਆਂ ਕਪਾਹ ਵੀ ਸੜ ਗਈ ਸਾਰ ਨਹੀਂ ਪੁੱਛੀ ਗਈ ਇਹਨਾਂ ਨੇ ਐਕਸ਼ਨ ਲਿਆ ਕੋਈ ਉਸ ਦਿੱਤੇ ਪੈਸਾ ਜਿਹੜਾ ਦੇਣਾ ਸੀ ਸੈਂਟਰ ਗੌਰਮੈਂਟ ਦਿੱਤਾ ਤੁਹਾਡੀ ਪੰਜਾਬ ਸਰਕਾਰ ਇਹ ਬਾਦਲ ਸਾਹਿਬ ਕਹਿੰਦੇ ਸੀ ਟਰੱਕ ਪਰੇ ਆਉਣਗੇ ਮੋਦੀ ਸਾਹਿਬ ਨੂੰ ਦਿਤਾ ਦਿਓ ਹੂ ਇ ਇਹ ਬਾਦਲ ਸਾਹਿਬ ਨੇ ਕਿਹਾ ਸੀ ਰਿਕਾਰਡਡ ਹੈ ਸਟੇਟਮੈਂਟਾਂ ਨੇ ਕਿ ਬੋਦੀ ਸਾਹਿਬ ਨੂੰ ਜਿਤਾਓ ਨਹੀਂ ਮੈਂ ਜੋ ਗੱਲ ਕਰ ਰਿਹਾ ਸਟੇਟ ਗਵਰਨਮੈਂਟ ਜਿਹੜੀ ਪੈਸਾ ਗਵਰਨਮੈਂਟ ਪੋਲਿਸੀ ਦੀ ਗਲਤ ਸਟੇਟਮੈਂਟ ਹੋਵੇ ਜਾਂ ਨੈਚੁਰਲ ਕੈਲੇਮिटीज ਕੋ ਯੋਡੰਦੀਆਂ ਨੇ ਉਹਦੇ ਸਟੇਟ ਗਵਰਨਮੈਂਟ ਦਾ ਕੀ ਕਸੂਰ ਹੈ ਤੁਹਾਡੇ ਜ਼ਮਾਨੇ 'ਚ ਜੇ ਤੁਸੀਂ ਮੰਨਦੇ ਤੁਹਾਡੇ ਜ਼ਮਾਨੇ 'ਚ ਕੀ ਹੈ ਇਸ ਕਰਕੇ ਕਸੂਰ ਕਹਿੰਦੀਆਂ ਕਿ ਸਾਡੇ ਵੇਲੇ ਪੈਸਾ ਮਿਲਦਾ ਸੀ ਕਾਂਗਰਸ ਵੇਲੇ ਫਿਰ ਵੀ ਇਹ ਕਹਿ ਦਿੰਦੇ ਹਾਲਾਂਕਿ ਮਤਾ ਪਾਇਆ ਸੀ ਨਾ ਪੰਜਾਬ ਦੇ ਵਿਧਾਨ ਸਭਾ ਦੇ ਸੈਸ਼ਨ ਰਿਕਾਰਡ ਕਿ ਹਾਂ ਸੀਵਨ ਮੋਰ ਸਿੰਘ ਦਾ ਧੰਨਵਾਦ ਕਰਦੇ ਹਾਂ ਸਾਨੂੰ ਬਹੁਤ ਪ ਪਰ ਬਾਹਰ ਬਿਆਨ ਦਿੰਦੇ ਸੀ ਕਿ ਸਾਡੇ ਨਾਲ ਮਤੇਈ ਮਾਲਾ ਵਰਤਾਉ ਹੁੰਦਾ ਹੈ ਅੱਜ ਇਹਨਾਂ ਦੀ ਸਕੀਮਾ ਆ ਗਈ ਮੋਦੀ ਵਾਲੀ ਤੇ ਅੱਜ ਇਹ ਕਿਉਂ ਕਿਉਂ ਨਹੀਂ ਕਹਿੰਦੇ ਸਾਡੇ ਨਾਲ ਬਿਤਕਰਾ ਹੁੰਦਾ ਅੱਜ ਬਾਦਲ ਸਾਹਿਬ ਦੀ ਕੋਈ ਸਟੇਟਮੈਂਟ ਪੜ੍ਹੀ ਹੈ ਅੱਜ ਕਿਉਂ ਨਹੀਂ ਜਾ ਕੇ ਧਰਨਾ ਦਿੰਦੇ ਅੱਜ ਕਿਉਂ ਨਹੀਂ ਜਾ ਕੇ ਉੱਥੇ ਛੱਡਦੇ ਆਪਣੀਆਂ ਮਿਨਿਸਟਰੀਆਂ ਸੈਂਟਰ ਫੀਲ ਮਿਨਿਸਟਰੀ ਇਹਨਾਂ ਦੇ ਇੱਥੇ ਵੀ ਹੈਗੀਆਂ ਇਹਨਾਂ ਦੀ ਵੈਸੇ ਜਿ ਪੜ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਤੁਸ ਤਾਨੂੰ ਤੋ ਕਿਸੇ ਅਖਬਾਰੀ ਪੜਿਆ ਹੈ ਜਾਂ ਕਿਸ ਜਗ੍ਹਾ ਕਿ ਸੁਖਵੀਰ ਤੁਹਾਨੂੰ ਬੂਆ ਕਹਿੰਦਾ ਹੈ ਨਾ ਮੈਂ ਤਾਂ ਨਾ ਦੀ ਪੂਆ ਪੜਾਈ ਨਾ ਅਗਲੇ ਜਨਮ ਚ ਵੀ ਤਾਂ ਪੜਾਈ ਦੀ ਇਹਨਾਂ ਨੇ ਅਟੈਕ ਕਰੀ ਜਾ ਰਹੇ ਅੱਜ ਉਹਨਾਂ ਦੇ ਜੀ ਦਾ ਤੁਹਾਡੇ ਤੇ ਚਾਰਜ ਹੈ ਕਿ ਤੁਸੀਂ ਉਹਨਾਂ ਦੇ ਬੜੇ ਕੋਲੋਜ਼ ਹੈਗੇ ਐਸਾ ਤੁਹਾਨੂੰ ਬਿਲਕੁਲ ਮੈਂ ਸਾਰਿਆਂ ਦੇ ਕੋਲੋਜ਼ ਆ ਮੇਰੀ ਇੱਕੋ ਰਾਜਨੀਤਿਕ ਪੂਆ ਕਹਿੰਦੇ ਨਾ ਤੁਹਾਨੂੰ ਨਹੀਂ ਜੀ ਮੈਨੂੰ ਬਿਲਕੁਲ ਪੂਆ ਨਹੀਂ ਕਹਿੰਦਾ ਪਤਾ ਨਹੀਂ ਤੁਸੀਂ ਤੁਹਾਨੂੰ ਕੀ ਨਾ ਪੜ ਰਿਹਾ ਕਿਤੇ ਇੱਕ ਵਾਰ ਹੀ ਬੜਿਆ ਨਹੀਂ ਬਿਲਕੁਲ ਪੂਆ ਨਹੀਂ ਕਹਿੰਦਾ ਲੇਕਿਨ ਜੇ ਕਹੇ ਵੀ ਜਾਂ ਰਿਸ਼ਤੇ ਹੁੰਦੇ ਆ ਸਮਾਜ ਗੱਲਾਂ ਹੁੰਦੀਆਂ ਸਾਡੀਆਂ ਉਹ ਵੱਖਰੀਆਂ ਗੱਲਾਂ ਹੈਗੀਆਂ ਲੇਕਿਨ ਇਹਦੇ ਬਾਵਜੂਦ ਵੀ ਮੈਂ ਸਮਝਦੀ ਹੈਗੀ ਆ ਕਿ ਮੇਰਾ ਤੇ ਮੇਰੇ ਟੱਬਰ ਦੀ ਕਾਤ ਰਹੀ ਹੈ ਕਈ ਵਾਰੀ ਮੇਰੇ ਤੇ ਇਹ ਜਿਹੇ ਇਲਜ਼ਾਮ ਲੱਗੇ ਆ ਜਿਹੜੀ ਗੱਲ ਤੁਸੀਂ ਕਹੀ ਹੈਗੀ ਆ ਲੱਗੇ ਨੇ ਤੇ ਬੜੇ ਸਾਫਟ ਹੈਗੇ ਮਿਲ ਗਏ ਫਲਾਣਾ ਲੇਕਿਨ ਕਾਰਨ ਕੀ ਹੈਗਾ ਮੈਂ ਅੱਜ ਤੱਕ ਵੀ ਤੇ ਆਖਰੀ ਦਮ ਤੱਕ ਵੀ ਰਹਿਣਾ ਮੇਰੀ ਪਰਿਵਾਰ ਦੀ ਟ੍ਰੈਡੀਸ਼ਨ ਹੈ ਅਸੀਂ ਕਿਸੇ ਤੇ ਨਿੱਜੀ ਹਮਲੇ ਨਹੀਂ ਕੀਤੇ ਪਰਿਵਾਰ ਦੇ ਹਮਲੇ ਨਹੀਂ ਕੀਤੇ ਇਸ ਤਰੀਕੇ ਦੇ ਨਾਲ ਇਲਜ਼ਾਮ ਕਿ ਜਿਹਦੇ ਅਪਮਾਨਿਤ ਕਰਨ ਵਾਲਾ ਹੋਇਆ ਨਹੀਂ ਕੀਤੇ ਸਿਆਸੀ ਵਿਰੋਧ ਤਾਂ ਰਹੀ ਹੈ ਜੇ ਮੈਨਾਂ ਨਾ ਮਿਲੀ ਹੁੰਮਾ ਤਾਂ ਮੈਂ ਤਾਂ ਉਹਦੀ 50 ਸਾਲਾਂ ਦੀ 40 ਸਾਲਾਂ ਦੀ ਆਪਣੀ ਸਿਆਸੀ ਜ਼ਿੰਦਗੀ ਚ ਮੈਂ ਤਾਂ ਇੱਕ ਵਾਰ ਵੀ ਨਿਕਾਲੀ ਦਲਵਾਂ ਦੇ ਉਹਨਾਂ ਦੇਖ ਬਾਦਲ ਸਾਹਿਬ ਨੂੰ ਦੇਖਿਆ ਕਾਫੀ ਪੁਰਾਣੇ ਸੀਨੀਅਰ ਹੈ ਮੈਂ ਕਦੇ ਵੀ ਨਹੀਂ ਤਸਵੀਰ ਨੂੰ ਵੀ ਦੇਖਿਆ ਤਾਂ ਲੱਗਦਾ ਸੁਖਪੀਰ ਕੋਈ ਅੱਛਾ ਐਡਮਿਨਿਸਟਰਰ ਹੈ ਨਾ ਬਿਲਕੁਲ ਨਹੀਂ ਜਿ ਉਹ ਆਪਣਾ ਜਿਹਨੂੰ ਕਹਿੰਦੇ ਨੇ ਨਾ ਆਪਣਾ ਇੱਕ ਤਾਂ ਮੈਨਾ ਮਾਨੂ ਵਾਲਾ ਇੱਕ ਉਹ ਜਿਹੜਾ ਹੁੰਦਾ ਕਪਾਸਟਾਨ ਨਹੀਂ ਹੈ ਫੇਸ ਹੈ ਉਹ ਇੱਕ ਇੰਡਸਟਰੀਅਲਿਸਟ ਹੈਗਾ ਉਹ ਪਲੈਨਰ ਤੇ ਬਿਜ਼ਨਸਮੈਨ ਹੈਗਾ ਉਹ ਪਲੈਨਿੰਗ ਦੇ ਨਾਲ ਵੋਟਾਂ ਕਿੱਥੋਂ ਖਰੀਦਣੀਆਂ ਨੇ ਕਿੱਥੋਂ ਆਹ ਕਰਨਾ ਹੈ ਕਿੱਥੋਂ ਸਾਡੇ ਸਕਬੀਰ ਬਾਦਲ ਇਹ ਉਹਦੀ ਟਰੋਫੀ ਮਿਲਣੀ ਚਾਹੀਦੀ ਹੁੰਦੀ ਉਸਨੇ ਇਸ ਕਰਕੇ ਡਿਵੈਲਪਮੈਂਟ ਦੇ ਅੱਗੇ ਐਡਮਿਨਿਸਟ੍ਰੇਸ਼ਨ ਤੇ ਕਈ ਚੀਜ਼ਾਂ ਇੰਟਰੋਡਿਊਸ ਤੇ ਕੀਤੀਆਂ ਨੇ ਤੁਸੀਂ ਤਾਂ ਮੰਨੋਗੇ ਨਾ ਦੇਖੋ ਉਹ ਤਾਂ ਸਾਰਾ ਕੁਝ ਉਹ ਤਾਂ ਕਹਿੰਦਾ ਸੀ ਜੀ ਅੱਜ ਤੋਂ ਬਾਹਰੋਂ ਪੜ ਕੇ ਆ ਮਾਡਰਨ ਵਾਈਂਡ ਹੈਗਾ ਤੁਸੀਂ ਸ਼ੱਕ ਇਹਦੇ ਉੱਤੇ ਹੈ ਨਾ ਥਿੰਕਿੰਗ ਥੋੜੀ ਅਲੱਗ ਹੈ ਨਾ ਜਿਆਦਾ ਪੜਿਆ ਜਿਹੜਾ ਹੁੰਦਾ ਹੈ ਕੋ ਉਹ ਦੂਜਿਆਂ ਤੋਂ ਵੀ ਮਹਾਨ ਲਾਇਕ ਹੁੰਦਾ ਕਈ ਵਾਰੀ ਇਸ ਕਰਕੇ ਜਿਹੜਾ ਤੁਸੀਂ ਇਹ ਪਹਿਲੀ ਸਰਕਾਰ ਦੇ ਟਿਨਯੋਰ ਚ ਕਹਿੰਦਾ ਸੀ ਮੈਂ ਲੁਧਿਆਣਾ ਬਣਾ ਦਊਗਾ ਆਪਣਾ ਮੈਟਰੋ ਚਲਾ ਦਊਗਾ ਚੱਲ ਗਈ ਅੱਜ ਕੀ ਵਿਕਾਸ ਕੀਤਾ ਜੀ ਕਿੱਥੇ ਜਾ ਅੱਜ ਤੁਸੀਂ ਕਿਸਾਨ ਦਾ ਸੈਕਸ਼ਨ ਤਾਂ ਆ ਜਿਹੜਾ ਮੈਂ ਦੱਸਿਆ ਹੁਣ ਨਵੀਂ ਇੰਡਸਟਰੀ ਥੋੜੇ ਬਹੁਤ ਤਾਇ ਨੇ ਹੈ ਨਾ ਕਿੰਨੀ ਵਰਗੀ ਇੰਡਸਟਰੀ ਸਾਡੀ ਪੁਰਾਣੀ ਮੈਂ ਨਵੀਂ ਇੰਡਸਟਰੀ ਲਾਉਣ ਦੇ ਖਿਲਾਫ ਨਹੀਂ ਆ ਸਾਡੇ ਸਮੇਂ ਚ ਵੀ ਸੀ ਲਿਆਏ ਸੀ ਕੱਲ ਨੂੰ ਹੀ ਲਾਉਣਾ ਚਾਹੁੰਦੇ ਅੱਜ ਪ੍ਰੈਕਟੀਕਲੀ ਕਿੱਥੇ ਆਈ ਹੈ ਫਰਮਾਨ ਜੋ ਪੁੱਛਿਆ ਸੁਖਵੀਰ ਔਰ ਬਾਦਲ ਸਾਹਿਬੇ ਕੀ ਫਰਕ ਦੇਖਦੇ ਤੁਸੀਂ ਦੋਹਾਂ 'ਚ ਨਹੀਂ ਬਾਦਲ ਸਾਹਿਬ ਜਿਹੜੇ ਹੈਗੇ ਨੇ ਉਹ ਪੁਰਾਣੇ ਐ ਮੈਚੋਰ ਨੇ ਉਹਨੇ ਕੀ ਗੱਲ ਝੂਠ ਬੋਲਦੇ ਜਿੰਨੀਕ ਜੱਜ ਜਵੇ ਲੇਕਿਨ ਇਹ ਤਾਂ ਜੂਠ ਬੋਲਦੇ ਪੋਲੀਟਿਸ਼ੀਅਨ ਬੋਲਦੇ ਤੁਸੀਂ ਕਿ ਜੂਠ ਬੋਲਣ ਦਾ ਪੋਲੀਟਿਸ਼ੀਅਨ ਦਾ ਧਰਮ ਹੈਗਾ ਲੱਗਦਾ ਨਹੀਂ ਮੈਂ ਕਹਿੰਦੀ ਆ ਪਰ ਕਿੰਨਾ ਬੋਲਣਾ ਕਿੱਥੇ ਬੋਲਣਾ ਸੱਚ ਬੋਲ ਰਿਹਾ ਮੈਨੂੰ ਥੋੜਾ ਕੋਈ ਕਾਂਗਰਸ ਕੋਲ ਆਰਡਰ ਨਹੀਂ ਕਿੱਥੇ ਹੈਗਾ ਤੁਸੀਂ ਅਮਰਿੰਦਰ ਸਿੰਘ ਲੋਕਾਂ ਨੇ ਦੇਖ ਲਿਆ ਪਹਿਲੇ ਚਲੋ ਨਾਰਾ ਇਹ ਹੈ ਕਿ ਅਕਾਲੀਆਂ ਦਾ ਨੈਗੇਟਿਵ ਨਾਰਾ ਤੁਹਾਡੇ ਕੋਲ ਹੈਗਾ ਪੋਜ਼ਿਟਿਵ ਨਾਰਾ ਤਾਂ ਕੁਝ ਹੈ ਨਹੀਂ ਨਹੀਂ ਪੋਜ਼ਿਟਿਵ ਹੈ ਜੀ ਕੀ ਅੱਛੀ ਕਿਸਾਨ ਅਕਾਲੀ ਸਰਕਾਰ ਹਟਾ ਦਿਓ ਅਸੀਂ ਬਾਦਲਾਂ ਨੂੰ ਹਟਾ ਦਿਓ ਅਸੀਂ ਇਸ ਕਰਕੇ ਕਿ ਜੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਬਚਾਉਣੀ ਹੈ ਜੇ ਪੰਜਾਬ ਦੀ ਇੰਡਸਟਰੀ ਬਚਾਉਣੀ ਹੈ ਜੇ ਪੰਜਾਬ ਦੇ ਵਿੱਚ ਅਮਨ ਕਾਇਮ ਰੱਖਣਾ ਹੈ ਜੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸੈਕੂਲਰਾਂ ਸਾਰੇ ਧਰਮਾਂ ਦਾ અપਮਾਨ ਜਿਹਾ ਹੋਇਆ ਤਾਂ ਅੱਜ ਪਹਿਲੀ ਵਾਰ ਕਾਲੀ ਦਲ ਦੀ ਉਹ ਪਾਰਟੀ ਜਿਹੜੀ ਧਰਮ ਦੀ ਨੁਮਾਇੰਦਾ ਜਮਾਤ ਕਹਿੰਦੀ ਹੈ ਕਮਿਊਨਲ ਟੈਨਸ਼ਨ ਤਾਂ ਹੁੰਨੀ ਨਹੀਂ ਹੈ ਕਿ ਜਿਹੜੀ ਪਹਿਲੇ ਤੁਹਾਡੇ ਦੇ ਜ਼ਮਾਨੇ ਤੇ ਬਹੁਤ ਜ਼ਿਆਦਾ ਹੋ ਗਈ ਸੀ ਕਾਂਗਰਸ ਨੇ ਪਹਿਲੇ ਸਰਕਾਰ ਚੋਂ ਬਹੁਤ ਵਾਰ ਸ਼ਾਂਤੀ ਹੋਈ ਹੈ ਟੈਰਰਿਜ਼ਮ ਸੀਗਾ ਤਾਂ ਉਹ ਇਹ ਤਾਂ ਨਹੀਂ ਜਾਏ ਇਹ ਤਾਂ ਅੱਤਵਾਦੀਆਂ ਨੇ ਜਿਹੜੇ ਬੱਸ ਦੇ ਵਿੱਚੋਂ ਜਿਹਦੇ ਸਿਰ ਤੇ ਕੇਸ ਤੇ ਨਹੀਂ ਦਾੜੀ ਉਹਨਾਂ ਨੂੰ ਜੋ ਬੱਸਾਂ ਚੋਂ ਖੜਾ ਕੇ ਮਾਰਦੇ ਸੀ ਇਹ ਉਹਨਾਂ ਨੂੰ ਭਾਈ ਬਾਬੇ ਕਹਿੰਦੇ ਰਹੇ ਸੀ ਕਾਂਗਰਸ ਪਾਰਟੀ ਨੇ ਸਟੈਂਡ ਲਿਆ ਜਾਨਵਾਲੀ ਮੈਨੂੰ ਪਤਾ ਕਿ ਮੇਰੇ ਤੇ ਕਿਤਨੀ ਚਿੱਠੀ ਪੈ ਚੁੱਕੀ ਤੇਰੀ ਪਰਚੀ ਪੈ ਚੁੱਕੀ ਕਹਿ ਵਾਰੀ ਮੇਰੇ ਰਾਹਾਂ ਤੇ ਖੜੇ ਲੋਕ ਕਿਸ ਤਰੀਕੇ ਨਾਲ ਜਾਓਗੇ ਤੁਸੀਂ ਵੀ ਜਾਓਗੇ ਤੇ ਉਹ ਵੀ ਜੜ ਕੇ ਤੁਹਾਡੀ ਵੀ ਗੱਲਾਂ ਖੁੱਲਣਗੀਆਂ ਹੁਣ ਤੁਹਾਡੇ ਮੁੱਖ ਮੰਤਰੀ ਦੇ ਕੈਂਡੀਡੇਟ ਜਿਹੜਾ ਪ੍ਰਧਾਨ ਉਸ ਲੈ ਖਾਲੀ ਪਾਰਟੀ ਚ ਜਾਗੇ ਸੀ ਉਹਨਾਂ ਨੇ ਕੀ ਗੱਲਾਂ ਕੀਤੀਆਂ ਉਹ ਤਾਂ ਉੱਥੇ ਇਹ ਅਪੋਰਚਨਿਜ਼ਮ ਚੱਲਦਾ ਰਹਿੰਦਾ ਪਾਰਟੀ ਪਰ ਸਵਾਲ ਇਹ ਹੈ ਕਿ ਸੁਖਵੀਰ ਬਾਦਲ ਜਾਂ ਬਾਦਲ ਸਾਹਿਬ ਇਹਨਾਂ ਖਿਲਾਫ ਤੁਸੀਂ ਇਹ ਤਾਂ ਨਹੀਂ ਕਹਿੰਦੇ ਕਮਿਊਨਿਟ ਦੰਦੇ ਇੱਥੇ ਠੀਕ ਹੈ ਸ਼ਰਾਰਤੀ ਹਰ ਤੱਕ ਤਾਂ ਹੈਗੇ ਨੇ ਕਰਦੇ ਰਹਿੰਦੇ ਨੇ ਆਪਣੀ ਗੱਲਾਂ ਪਰ ਤੁਹਾਡੇ ਕੋਲ ਅਲਟਰਨੇਟਿਵ ਅਜੰਡਾ ਹੈ ਕਿ ਤੁਸੀਂ ਕਿਸਾਨੀ ਬਚਾਣੀ ਹੈ ਜਵਾਨੀ ਬਚਾਣੀ ਇਹ ਇਹ ਗੱਲ ਹੈ ਕਿ ਇੱਥੇ ਡਰਗ ਹੈ ਗਿਆ ਇਹ ਨਸ਼ੇ ਖਤਮ ਕਰਨੇ ਆ ਹੋਰ ਲੋਕ ਚਾਹੁੰਦੇ ਕੀ ਆ ਪਰ ਨਸ਼ੇ ਦੇ ਮੈਂ ਸਟੈਟਸ ਦੇਖੀ ਉਹਨਾਂ ਨੇ ਤੁਸੀਂ ਇੰਟਰਵਿਊਸ ਦੇਖਿਆ ਵੀ ਹੋਣਾ ਕਿ ਨਸ਼ੇ ਦੇ ਬਾਕੀ ਸਟੇਟਸ ਇਸ ਤੋਂ ਵੀ ਜ਼ਿਆਦਾ ਨੇ ਪ੍ਰੋਪਗੈਂਡਾ ਹੋਣਾ ਹੈ ਕਹਿੰਨਾ ਕਿ ਪ੍ਰੋਪਗੈਂਡਾ ਤੁਸੀਂ ਲੋਕ ਜ਼ਿਆਦਾ ਕਰਦੇ ਹੋ ਅਸੀਂ ਅਕਚੁਅਲ ਘਟ ਹੈਗਾ ਅਸੀਂ ਆਪਣੇ ਐਬ ਨੂੰ ਲੁਕਾਉਣ ਲਈ ਇਹ ਕਹਿ ਦਈਏ ਕਿ ਦੂਜੇ 'ਚ ਮੇਰੇ ਤੋਂ ਵੱਧ ਐਬ ਨੇ ਇਹ ਤਾਂ ਕੋਈ ਜਸਟੀਫਿਕੇਸ਼ਨ ਨਹੀਂ ਹੈ ਨਸ਼ਾ ਤਾਂ ਹਰ ਸਟੇਟ 'ਚ ਹੈ ਨਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਹਰ ਸਟੇਟ 'ਚ ਹੈ ਮੈਂ ਨਹੀਂ ਕਹਿੰਦੀ ਉਹ ਵਿਆਹ ਹੀ ਦੇਖੋ ਉਹਨੇ ਬੰਦ ਹੀ ਕਰ ਛੱਡਿਆ ਮੈਂ ਹੀ ਕਹਿੰਨੀ ਆ ਨਾ ਅ ਪੰਜਾਬ ਦੀ ਗੁਰਸਿੱਖਾਂ ਦੀ ਸਟੇਟ ਜੀ ਨੂੰ ਕਹਾਉਂਦੇ ਆ ਆਪਣੇ ਆਪ ਨੂੰ ਗੁਰਸਿੱਖਾਂ ਦੀ ਸਟੇਟ ਹੈ ਧਰਮ ਦੀ ਰਖਵਾਲੀ ਪਾਰਟੀ ਇੱਥੇ ਹੈਗੀ ਹੈ ਅਸੀਂ ਇਸ ਨਸ਼ਾ ਮੁਕਤ ਬਣਾਤਾ ਇਹ ਮੁਕਾਬਲਾ ਕਿਉਂ ਕਰਦੇ ਸਾਡੇ ਵੱਧ ਦਾ ਜਾਂ ਘੱਟ ਹੈ ਔਰ ਕਿਵੇਂ ਵੱਧ ਦਾ ਜਾਂ ਘੱਟ ਹੈ ਅੱਜ ਜਿਸ ਤਰੀਕੇ ਦਾ ਨਸ਼ੇ ਦੇ ਤੁਸੀਂ ਨਾਮ ਸੁਣਿਆ ਹੈ ਮੇਰੀ ਉਮਰ ਦੇ ਵਿੱਚ ਇੰਨੇ ਸਾਲ ਹੋ ਗਏ ਆ ਜਾਂ ਹੋਰ ਵੀ ਲੋਕ ਹੋਣਗੇ ਕਿਸੇ ਨੇ ਇਹ ਨਸ਼ਿਆਂ ਦਾ ਨਾਮ ਨਹੀਂ ਸੁਣਿਆ ਸੈਂਥੈਟਿਕ ਡਰੱਗ ਇਹਨਾਂ ਦੇ ਰਾਤ ਕਿਉਂ ਆਈ ਤੁਸੀਂ ਅੱਜ ਰਾਤ ਕਿਉਂ ਆਇਆ ਤੁਸੀਂ ਵੀ ਦਾ ਇੰਟਰਵਿਊ ਦੇਖਿਆ ਉਹਨੇ ਕਿ ਅਸੀਂ ਇਹ ਸਧਾਰਨ ਲੋਕਾਂ ਦਾ ਇੰਟਰਵਿਊ ਕੀਤਾ ਪੁਲਿਸ ਵਿੱਚ ਬੰਦੇ ਆ ਸਾਰਾ ਡਾਇਰੈਕਟ ਟੈਸਟ ਪਹਿਲੀ ਵ ਇੱਕ ਬੰਦਾ ਨੇ ਨਿਕਲਿਆ ਕੌਣ ਹੈ ਕਰਨ ਵਾਲਾ ਟੈਸਟ ਜੀ ਦੱਸ ਇੱਕ ਗਿੱਲੀ ਨੂੰ ਦੁੱਧੇ ਰੱਖੀ ਬਿਠਾਓ ਤੁਸੀਂ ਆ ਕੇ ਅੱਛਾ ਮੀਡੀਅਮ ਤਾਂ ਇਹਨੇ ਦਿੰਦੇ ਦਿਆ ਤੂੰ ਵੀ ਕਹੋ ਜੀ ਡਾਕਟਰ ਜਿਵੇਂ ਫੜੇ ਜਾਣਾ ਫੜੇ ਜਾਣਾ ਦੇਖੋ ਗੱਲ ਸੁਣੋ ਇਹਨਾਂ ਦੀ ਤੁਸੀਂ ਗੱਲ ਦੇ ਉੱਤੇ ਤਾਂ ਯਕੀਨ ਕਰੋ ਜੇ ਤੁਸੀਂ ਕਹੋ ਵੀ ਭਾਈ ਕਾਂਗਰਸ ਵੇਲੇ ਵੀ ਇੰਨਾ ਸੀ ਕਾਂਗਰਸ ਵੇਲੇ ਕਿਉਂ ਨਹੀਂ ਸੀ ਇੰਨਾ ਪ੍ਰਚਾਰ ਕਾਂਗਰਸ ਵੇਲੇ ਕਿਉਂ ਨਹੀਂ ਸੀ ਤੁਹਾਡੇ ਵੇਲੇ ਜਿੰਨਾ ਪ੍ਰਚਾਰ ਕਿਉਂ ਹੈ ਅੱਜ ਪਿੰਡਾਂ ਸ਼ਹਿਰਾਂ ਜਾ ਕੇ ਦੇਖੋ ਸੱਤਾਂ ਚ ਬੈਠ ਕੇ ਦੇਖੋ ਬੁੜੀਆਂ ਮਾਵਾਂ ਰੋਂਦੀਆਂ ਸਾਡੇ ਮੁੰਡੇ ਚ ਮੈਂ ਜਾਨੀਆ ਭੋਗਾਂ ਤੇ ਮੈਂ ਤੁਹਾਡੀ ਗੱਲ ਤੇ ਨਹੀਂ ਮੈਂ ਉਹਨਾਂ ਜਿਹੜੀ ਉਹ ਕਹਈਏ ਕਿ 5000 10000 ਅਗਰ ਟੈਸਟ ਦੇਣ ਜਾਂ ਮੁੰਡੇ ਆਏ ਨੇ ਅਗਰ ਤੇ ਟੈਸਟ ਦਿੱਤਾ ਇੱਕ ਵੀ ਨਹੀਂ ਰਿਕਲੇ ਡਰਗਾ ਕਿ ਟੈਸਟ ਇਹ ਤਾਂ ਉਹਨਾਂ ਦਾ ਯਾਦ ਚੁੰਡ ਚੁੰਡ ਕੇ ਲਿਆ ਸਾਰਾ ਪੰਜਾਬ ਕੱਲਾ ਟੈਸਟਾਂ ਚ ਆ ਗਿਆ ਜੀ ਨਹੀਂ ਜਿੰਨੇ ਆਪਾਂ ਕਿਹਾ ਕਿ ਨਹੀਂ ਆਏਗਾ ਨਾ ਮੈਂ ਇੱਕ ਇਹਨੇ ਇੱਕ ਉਹ ਲਾਉਂਦੇ ਲਾਉਂਦੇ ਅੰਕੜੇ ਕੇਸ ਤੋਂ ਅਸੀਂ ਪਰਚਾ ਲਾਉਂਦੇ ਹਾਂ ਉਹ ਜੂਠਾ ਜੂਠਾ ਉਹਦੇ ਵਿੱਚ ਤੁਹਾਡੇ ਕਹਿੰਦੇ ਜੂਠਾ ਟੋਆ ਮੈਂ ਨੂੰ ਸੀ ਪੰਜਾਬ ਦੀ ਸਰਕਾਰ ਦੇ ਕਿਸ ਕਿਸੇ ਗੱਲ ਉਤੇ ਤੇ ਕੋਈ ਯਕੀਨ ਅਜ ਮੈਂ ਹੀ ਨਹੀਂ ਪੰਜਾਬ ਹੀ ਨਹੀਂ ਕੋਈ ਲੋਕ ਯਕੀਨ ਕਰਦੇ ਨਾ ਤੇ ਇਹ ਬਿਲਕੁਲ ਕੋਰੇ ਝੂਠੇ ਨੇ ਚਲੋ ਮੈਂ ਇੱਕ ਹੋਰ ਬ੍ਰੇਕ ਲੈ ਲੈਣਾ ਉਹਦੇ ਬਾਅਦ ਪੁੱਛਾਂਗਾ ਕਿ ਤੁਸੀਂ ਆਪ ਨੂੰ ਜੇ ਦੁਸ਼ਮਣ ਸਮਝਦੇ ਹੋ ਜਾਂ ਅਕਾਲੀ ਸੁਲਤਾਨ ਹੋ ਤੁਸੀਂ ਚਾਣੋ ਚਾਣੋ ਤੁਹਾਡਾ ਚੈਲੰਜ ਕਿਹਦੇ ਨਾਲ ਹੈਗਾ ਇਹ ਮੈਂ ਪੁੱਛਾਂਗਾ ਇੱਕ ਬ੍ਰੇਕ ਦੇ ਬਾਅਦ ਰਜਿੰਦਰ ਕੌਰ ਭੱਟਲ ਨਾਲ ਸਾਡੀ ਸਿੱਧੀ ਗੱਲ ਜਾਰੀ ਹੈ ਮੈਂ ਸਰੂਲ ਸਵਾਲ ਪੁੱਛਣਾ ਚਾਹਨਾ ਚੋਣ ਹੋ ਰਹੀ ਹੈ ਤੁਹਾਨੂੰ ਲੱਗਦਾ ਚੈਲੰਜ ਤੁਹਾਨੂੰ ਆਪ ਕੋ ਲੱਗਾ ਇਹ ਅਕਾਲੀ ਦਾ ਤੁਹਾਡੀ ਲੜਾਈ ਕੀ ਦਿਨ ਆ ਗਈ ਇਹ ਦੇਖੋ ਜੀ ਜਿੱਦ ਤੱਕ ਆਪ ਦੀ ਗੱਲ ਹੈ ਤੁਸੀਂ ਬੁਰਾਈ ਕੀਤੀ ਹੈ ਅਕਾਲੀ ਦਲ ਦੀ ਲੱਗਦਾ ਉਹ ਤਾਂ ਜ਼ੀਰੋ ਹੋ ਗਏ ਨੇ ਮਤਲਬ ਆਪ ਨਾਲ ਤੁਹਾਨੂੰ ਚੈਲੰਜ ਆਪ ਉਸ ਤੋਂ ਵੀ ਜ਼ੀਰੋ ਵੱਡੀ ਜ਼ੀਰੋ ਹੈ ਦੇਖੋ ਜੀ ਭੀੜਾਂ ਇਕੱਠੀਆਂ ਹੋ ਰਹੀਆਂ ਉੱਥੇ ਬੜੇ ਬੜੇ ਲੋਕ ਛੜਕ ਛੜ ਕੇ ਪਾਰਟੀਆਂ ਜਾ ਰਹੇ ਨੇ ਅਕਾਲੀ ਦਲ ਤੋਂ ਕਾਂਗਰਸ ਤੋਂ ਭਾਜਪਾ ਤੋਂ ਸਾਰੇ ਜਾ ਰਹੇ ਨੇ ਜਿੱਥੇ ਇੰਨੇ ਲੋਕ ਛੱਡ ਕੇ ਜਾ ਰਹੇ ਆ ਉਹਨਾਂ ਲੋਕਾਂ ਦੀ ਜਿਹੜ ਹੋਈ ਹੈਗੀ ਆ ਪਟਿਆਲੇ ਵਿੱਚ ਇੰਨੀਆਂ ਭੀੜਾਂ ਵਾਲੀ ਪਾਰਟੀ ਜਿੱਥੇ ਭੀੜਾਂ ਇਕੱਠੀਆਂ ਕਰ ਰਹੀ ਹੈ ਤੇ ਉਹਨਾਂ ਜਵਾਨ ਚੱਪਤ ਕਿਉਂ ਹੋ ਗਈ ਜੀ ਇਸ ਪੰਜਾਬ ਦੇ ਲੋਕਾਂ ਨੇ ਜਵਾਨ ਚੱਪਤ ਔਰ ਮੁੜ ਕੇ ਮੂੰਹ ਕਿਉਂ ਨਹੀਂ ਕਰ ਚਿੱਤਨੋ ਬਾਈ ਇਲੈਕਸ਼ਨ ਬਾਈ ਇਲੈਕਸ਼ਨ ਜਿਹੜੀ ਪਾਪੂਲਰਟੀ ਵਾਲੀ ਪਾਰਟੀ ਹੈ ਅਸੀਂ ਵੀ ਤਾਂ ਬਾਈ ਇਲੈਕਸ਼ਨ ਦਿੱਤੇ ਨੇ ਸਿੰਗਰ ਐਕਟਰ ਅਸੀਂ ਅੱਛੇ ਅੱਛੇ ਪਾਪੂਲਰ ਲੋਕ ਨੇ ਸਾਰੇ ਉੱਥੇ ਜਾ ਰਹੇ ਨੇ ਨਹੀਂ ਨਹੀਂ ਇਹਨਾਂ ਕੋਲੇ ਬਹੁਤ ਕੁਝ ਹੈ ਇਹਨਾਂ ਕੋਲ ਤਾਂ ਆਪ ਬਥੇਰੇ ਤਿੱਗੜਨ ਬਾਜ ਤੇ ਸਿੰਗਰ ਤੇ ਆਰਾ ਵਗੈਰਾ ਬਹੁਤ ਕੁਝ ਨਟੰਕੀ ਤਾਂ ਇਹਨਾਂ ਕੋਲ ਸਭ ਤੋਂ ਵੱਧ ਹੈ ਨੋਟਾਂਕੀ ਮਾਸਟਰ ਤਾਂ ਆਪਾਂ ਲਈ ਗਨੇ ਜਾਂਦੇ ਆਂ ਬਈ ਦਿੱਲੀ ਦੇਖਿਆ ਦੇਖੇ 7 ਸੀਟੇ 70 ਚ ਜਿੱਤ ਕੇ ਲਾਏ ਗਏ ਕਿੰਨੀ ਆ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਦਾ ਜਨਾਜ਼ਾ ਨਹੀਂ ਨਿਕਲਿਆ ਪਿੱਛੇ ਇੱਕ ਵੀਰੋ ਤੋਂ 5 ਜਿੱਤ ਗਿਆ ਇੱਕ ਵੀ ਨਹੀਂ ਸੀ ਉਸੋ ਲੈ ਜੀ ਸਰਕਾਰ ਸੀ ਅੱਜ ਇਹਨਾਂ ਦੀ ਪਤਾ ਕੋਈ ਨਹੀਂ ਸੀ ਅੱਜ ਸਰਕਾਰ ਦੇ ਤੋਂ ਹੋਣ ਤੋਂ ਬਾਅਦ ਸਰਕਾਰ ਹੋਣ ਤੋਂ ਬਾਅਦ ਤਾਂ ਇਹ ਪੂਰੀ ਕਾਰਪੋਰੇਸ਼ਨ ਤੇ ਕਬਜ਼ਾ ਹੋਣਾ ਚਾਹੀਦਾ ਸੀ ਕਿਉਂਕਿ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਇਹਨਾਂ ਨੇ ਕਿਹਾ ਸੀ ਕੇਜਰੀਬਾਲ ਜੀ ਨੇ ਕਿ ਮੈਂ ਤੁਹਾਨੂੰ ਤਨਖਾਹਾਂ ਵਧਾਉਂ ਪੱਤੇ ਵਧਾਉਂ ਫਲਾਣਾ ਵਧਾਉਂ ਉਹ ਤੋਂ ਮੁਕਰ ਗਏ ਉਹਨਾਂ ਲੋਕਾਂ ਨੇ ਅੱਪ ਦੀ 4 ਲੱਖ ਕਰ ਲਈ 4.4 ਲੱਖਾਂ ਲਈ ਤਨ ਉਹਨਾਂ ਲੋਕਾਂ ਨੇ ਇਹਦੇ ਜਵਾਨ ਜ਼ਬਤ ਕਰਾਈਏ ਮੈਂ ਜਵਾਨ ਸਬਦ ਗਿੰਦੀਆਂ ਪੰਜ ਸੀਟਾਂ ਨਹੀਂ ਮੈਨਿੰਦੀ ਮੈਂ ਕਹਿੰਦੇ ਜਵਾਨ ਜ਼ਬਤ ਹੋਈ ਹੈ ਕਿਉਂਕਿ ਸਰਕਾਰ ਹੋ ਕੇ ਹਾਰੇ ਹੈ ਬੁਰੀ ਤਰ੍ਹਾਂ ਹਲਥੇ ਇਸੇ ਲਈ ਪੰਜਾਬ ਦੇ ਵਿੱਚ ਜਵਾਨਤਾ ਜ਼ਬਤ ਕਰਾਖਦੀਆਂ ਨੇ ਦੋਨਾਂ ਦੀਆਂ ਹਾਰੇ ਹੀ ਨਹੀਂ ਕੱਲੇ ਪੰਜਾਬ ਦੇ ਵਿੱਚ ਕਿ ਬਾਈ ਇਲੈਕਸ਼ਨਾਂ ਚਲੋ ਜਿੱਤੇਗੇ ਜਾਂ ਹਾਰਗੇ ਕਿੱਥੇ ਸਿਕਿਉਰਿਟੀ ਡਿਪੋਜ਼ਿਟ ਹੋਣੀ ਇਹਨਾਂ ਦੀਆਂ ਜਵਾਨਤਾ ਜ਼ਬਤ ਹੋਈਆਂ ਪੰਜਾਬ ਦੇ ਲੋਕਾਂ ਨੇ ਕੀਤੀਆਂ ਹੈਗੀਆਂ ਮੁੜ ਕੇ ਮੂੰਹ ਨਹੀਂ ਕਰ ਸਕੇ ਕੋਈ ਇਲੈਕਸ਼ਨ ਲੜਨ ਵਾਸਤੇ ਦੇਖੋ ਇੱਕ ਗੱਲ ਦੇਖੋ ਇਹਨਾਂ ਨੂੰ ਤਾਂ ਮੈਂ ਆਪਣੀ ਗਿੰਦੀ ਨਹੀਂ ਹਾਂ ਜੀ ਕਿ ਕੋਈ ਪੋਲੀਟੀਕਲ ਪਾਰਟੀ ਸਾਡੇ ਮੁਕਾਬਲੇ ਚ ਤਾਂ ਇੱਕ ਪ੍ਰਾਈ ਜਿਹੜੀ ਆਪਣਾ ਕਦੇ ਪੈਸੇ ਨਾਲ 500 ਕਰੋੜ ਰੁਪਏ ਆਪਣੀ ਪਬਲਿਸਿਟੀ ਤੇ ਖਰਚਦੇ ਆ ਸਭ ਤੋਂ ਵੱਧ ਅਟੈਕ ਅਕਾਲੀ ਦਲ ਔਰ ਤੁਸੀਂ ਆਪ ਤੇ ਕਰ ਰਹੇ ਹੋ ਹਮੇਸ਼ਾ ਅਸੀਂ ਇਸ ਕਰਕੇ ਕਰ ਰਹੇ ਹੈਗੇ ਤੁਹਾਨੂੰ ਲੱਗਦਾ ਕਿ ਡਰਦਾ ਹੈ ਨਾ ਕੋਈ ਬੂਸ ਸਾਹਮਣੇ ਨਜ਼ਰ ਆ ਰਿਹਾ ਕਿ ਖਾ ਜਾਏਗਾ ਸਾਨੂੰ ਇਸ ਕਰਕੇ ਇਹਨਾਂ ਕੋਲ ਪ੍ਰੋਗਰਾਮ ਕੋਈ ਨਹੀਂ ਇਨਾਂ ਕੋਲੇ ਜਿਹੜੇ ਗੁੰਮਰਾਹ ਕਰਨ ਵਾਲੀ ਮਾਸਟਰੀ ਹੈ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਉਹਨੂੰ ਅਸੀਂ ਗੁੰਮਰਾਹ ਹੋਣ ਤੋਂ ਲੋਕਾਂ ਨੂੰ ਚੱਕਣਾ ਕਰਦੇ ਲੋਕੀ ਦੁਖੀ ਤੋਂ ਹੋ ਜਾਂਦੇ ਕਾਂਗਰਸ ਵੀ ਦੇਖ ਲਿਆ ਅਸੀਂ ਕਾਲੀਦਲ ਨੇ ਦੇਖ ਲਿਆ ਹੁਣ ਇਹਨਾਂ ਨੂੰ ਵੀ ਦੇਖ ਲਓ ਅੱਜ ਬਿਲਕੁਲ ਕੋਈ ਨੋਵਲਟੀ ਦਾ ਨਵੀਂ ਚੀਜ਼ ਨਜ਼ਰ ਆਉਂਦੀ ਹੈ ਨਾ ਕਾਦੀਦਲ ਨਾਲ ਇਸ ਕਰਕੇ ਮੁਕਾਬਲਾ ਕਹਿੰਦੇ ਆ ਕਿ ਕਾਲੀਦਲ ਨਾਲ ਸਾਡੀ ਲੜਾਈ ਹੋਊਗੀ ਉੱਥੇ ਕੋਈ ਜਾਤੀਵਾਦ ਨਹੀਂ ਆਇਆ ਕੋਈ ਨਾ ਜੱਟ ਹੈ ਨਾ ਕੋਈ ਦਿੱਲੀ ਹੈ ਨਾ ਕੁਝ ਹੈ ਇੱਕੋ ਆਪ ਆਪ ਆਤ ਨਹੀਂ ਜੀ ਕਿਉਂ ਨਹੀਂ ਹੈ ਸਾਰਾ ਕੁਝ ਹੈਗਾ ਹੁਣ ਇਹ ਜਿਹੜੇ ਰੋਲੇ ਪਏ ਆ ਟਿਕਟਾਂ ਦੇ ਸਾਡੇ ਜਦੋਂ ਉਹਨਾਂ ਨੇ ਕਿ ਉੱਥੇ ਕਹਿ ਰਹੇ ਆ ਕਿ ਜੀ 3-3 ਕਰੋੜੀਆਂ ਨੂੰ ਪੁੱਛਿਆ ਗਿਆ ਇਹ ਇਲਜ਼ਾਮ ਲੱਗੇ ਆ ਮੈਂ ਨਹੀਂ ਲਾ ਰਹੀ ਲੇਕਿਨ ਉੱਥੇ ਇਹਨਾਂ ਦੇ ਆਪਣੇ ਐਮਪੀਆ ਨੇ ਕਿਹਾ ਜਿਹੜੇ ਦੋ ਛੱਡ ਕੇ ਬੱਕਰੇ ਹੋ ਗਏ ਅਜੇ ਕੱਲ ਜੰਮੀ ਪਾਰਟੀ ਐ ਮੈਂ ਤਾਂ ਹੀ ਉਹਨੂੰ ਪਾਰਟੀ ਨਹੀਂ ਕਹਿੰਦੀ ਸਾਡੀ ਪਿੰਨੀ ਨਵੀਂ ਪਾਰਟੀ ਹੈ ਦਿੱਲੀ ਰਾਜ ਕਰ ਰਹੀ ਹੈ ਮੇਰਾ ਭਾਬ ਕੇ 5 ਐਮਬੀ ਲਾ ਕੇ ਗਏ 5 10 10 ਸਾਲ ਲਾ ਲਓ 5 ਸਾਲ ਲਾ ਲਓ 10 ਸਾਲ ਤਾਂ ਪੂਰੇ ਹੋਏ ਵੀ ਨਹੀਂ ਸਾਡੇ 6.5 ਸਾਲ ਲਾ ਲੋ ਇਹਨਾਂ ਸਾਰੇ ਐਮਬੀਕੇ ਵਿੱਚ ਜਿੱਤ ਗਏ ਉਹਨਾਂ ਸਾਡੇ ਜਿਹੜੇ ਹੈਗੇ 2014 ਇਹਨਾਂ ਸਨ ਐਮਬੀਕੇ ਵਿੱਚ ਜਿੱਤ ਗਏ ਮੁਦ ਕਰੰਸੀ ਚ ਉਸ ਵਕਤ ਦਿੱਲੀ ਦੇ ਵਿੱਚ ਸਾਡੇ ਤੇ ਸਰਕਾਰ ਤੋਂ ਵੀ ਲੋਕ ਤੰਗ ਸੀ ਐਂਟੀ ਇਨਸਟੈਬਲਿਸ਼ਮੈਂਟ ਹੁੰਦਾ ਹੈਗਾ ਸਾਡੀ ਦਿੱਲੀ ਸਰਕਾਰ ਸਾਤੋਂ ਵੀ ਤੰਗ ਸੀ ਇੱਥੇ ਸਟੇਟ ਚ ਕਾਲੀ ਦਲ ਤੋਂ ਵੀ ਤੰਗ ਸੀ ਉਹ ਲੋਕਾਂ ਨੇ ਇੱਕ ਤਜਰਬਾ ਕਰਕੇ ਦੇਖਿਆ ਦਿੱਲੀ ਦਾ ਜੇ ਉਹਨਾਂ ਨੂੰ ਫਾਰਮੂਲਾ ਨਹੀਂ ਸੀ ਦੇਖਿਆ ਦਿੱਲੀ ਦਾ ਦ੍ਰਿਸ਼ਟੀ ਜਿਹੜਾ ਇਹਨਾਂ ਦੀ ਫੇਲਰ ਸਰਕਾਰ ਦਾ ਸਾਹਮਣੇ ਨਹੀਂ ਸੀ ਆਇਆ ਉਹਨਾਂ ਨੇ ਇਹ ਸੀ ਕਿ ਸ਼ਾਇਦ ਦਿੱਲੀ ਸਰਕਾਰ ਬਣ ਗਈ ਵਧੀਆ ਪਾਰਟੀ ਹੈ ਵਧੀਆ ਦੋਨੋਂ ਮਾੜੀਆਂ ਦੇਖੋ لیکن ਉਹ ਦੋ ਚਾਰਜਤਾ ਕੇ ਉਹਨਾਂ ਨੂੰ ਇੱਕ ਸਬਕ ਮਿਲ ਗਿਆ ਉਸ ਤੋਂ ਬਾਅਦ ਮੁੜ ਕੇ ਉਹਨਾਂ ਨੇ ਆਪ ਵੱਲ ਮੂੰਹ ਨਹੀਂ ਕੀਤਾ ਜਿਵੇਂ ਪਰ ਸਵਾਲ ਨਜ਼ਰਾਂ ਦਾ ਦਿਸਣ ਦਿਖਾਈ ਦਿੰਦਾ ਮੈਂ ਤਾਂ ਉਹਦੀ ਗੱਲ ਕਰ ਰਿਹਾ ਕਿ ਇੰਨੀ ਵੀਰ ਤੁਹਾਡੀ ਮੀਟਿੰਗਾਂ ਨਹੀਂ ਆਉਂਦੀ ਜਿੰਨੀ ਉਹਨਾਂ ਦੀ ਕੋਈ ਨਹੀਂ ਬਿਲਕੁਲ ਨਹੀਂ ਜੀ ਤੁਸੀਂ ਆਪਣਾ ਮੇਰੇ ਖਿਆਲ ਤੇ ਤੁਹਾਨੂੰ ਕੋਈ ਵਟਸਐਪ ਮੈਂ ਭੇਜ ਦੂੰਗੀ ਜੇ ਨਹੀਂ ਹੈਗਾ ਇਹਨਾਂ ਦਾ ਸਭ ਤੋਂ ਵਧੀਆ ਸੈਲੀਬ੍ਰਿਟੀ ਕਿਹਨੂੰ ਕਹਿੰਦੇ ਆ ਭਗਵੰਤ ਮਾਨ ਨੂੰ ਉਹ ਮੈਦਾਨ ਸੈਂਬਲ ਇਲੈਕਸ਼ਨ ਲੜਿਆ ਸੀ ਤੀਜੇ ਨੰਬਰ ਤੇ ਆਇਆ ਸੀ ਹੁਣ ਫੇਰ ਉਹ ਉਸ ਟਾਈਮ ਬਣਿਆ ਕਿੰਨੇ ਵੋਟਾਂ ਨਾਲ ਜਿੱਤਿਆ ਬਣ ਗਿਆ ਮੈਂ ਦੱਸ ASCII ਉਸ ਵਕਤ ਵੋਟਾਂ ਜਿਹੜੀ ਮੈਂ ਕਿ ਲੋਕ ਇਹ ਸਮਝਦੇ ਸੀ ਕਿ ਆ ਵੀ ਸਾਨੂੰ ਦੁਖੀਆਂ ਨਾਲ ਤੋਂ ਇਹਨਾਂ ਤੋਂ ਦੁਖੀਆਂ ਨਾਲ ਉਹ ਪਾਤੀਆਂ ਬਣ ਗਿਆ ਤੇ ਚੁਟਕਲੇ ਸੁਣਾਏ ਲੇਕਿਨ ਜਿਹੜਾ ਭਗਵਾਨਤਮਾਨ ਦਾ ਦ੍ਰਿਸ਼ ਜਿਵੇਂ ਆਪ ਕਹਿੰਦੇ ਜਿੱਤ ਕੇ ਐਮਪੀ ਬਣ ਗਿਆ ਐਮਪੀ ਬਣਨ ਤੋਂ ਬਾਅਦ ਅਸਲੀਅਤ ਸਾਹਮਣੇ ਆਈ ਉਹ ਪਹਿਲਾਂ ਨਹੀਂ ਸੀ ਸਾਹਮਣੇ ਆਈ ਹਾਲੇ ਵੀ ਭੀੜ ਮਿਲਦੀ ਮੈਂ ਦੇਖਿਆ ਉਹ ਤੇ ਪਿਛੇ ਕੀ ਆਖੀ ਮੇਰੇ ਹੱਥ ਤੇ ਜਾ ਕੇ ਦੇਖੋ ਉੱਤਰ ਕੇ ਸਪੀਚ ਨਹੀਂ ਕਰ ਸਕਿਆ ਲਹਿਰਾ ਕਾਕਾ ਹਲਕੇ ਚ ਉੱਤਰ ਕੇ ਜਾ ਕੇ ਬਰਨਾਲਾ ਹਲਕੇ ਜਾ ਕੇ ਦੇਖੋ ਮਲੇਰਕੋਟਲਾ ਹਲਕੇ ਦੇਖੋ ਤੁਸੀਂ ਭੀੜ ਦੀ ਗੱਲ ਕਰਦੇ ਭੀੜ ਨੂੰ ਬਾਹਰ ਕੱਢਣ ਵਾਲੀ ਹੁੰਦੀ ਆ ਉਹ ਕਿ ਚਲੋ ਚਲੋ ਬੋਲਣਾ ਨਹੀਂ ਚਲ ਬਾਰ ਗਾਲ੍ਹਾਂ ਬੁਰਾ ਹਾਲ ਉਹ ਟਕ ਕੇ ਸਪੀਚ ਨਹੀਂ ਕਰ ਸਕਦੇ ਤੁਹਾਨੂੰ ਆਪ ਤੋ ਕੋਈ ਖਤਰਾ ਤਾਂ ਉਹ ਨਹੀਂ ਹੈ ਸਾਾਨੂੰ ਬਿਲਕੁਲ ਆਪ ਦਾ ਕੋਈ ਖਤਰਾ ਨਹੀਂ ਆਪ ਦੇ ਪੱਲੇ ਕੁਛ ਨਹੀਂ ਹੈ ਆਪ ਦਾ ਝਾੜੂ ਖਿੱਲਰ ਗਿਆ ਤੀਲ੍ਹਾਂ ਬਿਖਰ ਗਈਆਂ ਉਸ ਦੀਆਂ ਕੇਜਰੀਬਾਲ ਜੀ ਅੱਜ ਇਹੀ ਸਮਝ ਕੇ ਸੈਂਸਿਟਿਵ ਸਿਚੁਏਸ਼ਨ ਸਮਝ ਕੇ ਉਹਨਾਂ ਨੇ ਤਾਂ ਹੀ ਐਮਰਜੈਂਸੀ ਡਿਕਲੇਅਰ ਕਰਕੇ ਆਪ ਇਨਚਾਰਜ ਬਣ ਰਏ ਆ ਉਹਨਾਂ ਨੂੰ ਪਤਾ ਹੈ ਕਿ ਮੇਰਾ ਪੱਤਾ ਸਾਫ਼ ਹੈ ਤੇ ਨਹੀਂ ਬਾਹਰ ਦੇ ਬੰਦੇ ਨੂੰ ਸ਼ਾਇਦ ਨਹੀਂ ਕਿ ਦੇਂਗੇ ਸਾਡੇ ਤਾਂ ਬਾਹਰਲੇ ਨੂੰ ਹੀ ਨਹੀਂ ਮੰਨਦੇ ਸਾਡੇ ਤਾਂ ਕਹਿੰਦੇ ਘਰ ਦਾ ਉਹ ਤੁਹਾਡੇ ਕੋਲ ਤਾਂ ਲੀਡਰਸ਼ਿਪ ਹੀ ਰੇ ਕੋਣੇ ਸਾਰੇ ਲੀਡਰ ਹੈਗੇ ਤੁਸੀਂ ਤੁਹਾਡਾ ਲਗਦਾ ਅਮਰਿੰਦਰ ਸਿੰਘ ਹੀ ਬਣਨਗੇ ਨਾ ਉਹਨੇ ਨਾਂ ਤੇ ਵੋਟ ਮੰਗੂਗਾ ਨਾ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਤਾਂ ਕੈਂਡੀਟ ਹੈ ਨਹੀਂ ਨਹੀਂ ਮੈਂ ਤਾਂ ਕੈਂਡੀਡੇਟ ਕਦੇ ਵੀ ਨਹੀਂ ਬਣੀ ਮੈਨੂੰ ਜਦੋਂ ਪ੍ਰਧਾਨ ਬਣਾਇਆ ਗਿਆ ਮੈਂ ਉਦੋਂ ਵੀ ਕੈਂਡੀਡੇਟ ਨਹੀਂ ਸੀ ਬਣੀ ਜਦੋਂ ਮੈਂ ਸੀਐਮ ਬਣਾਇਆ ਮੈਂ ਉਦੋਂ ਵੀ ਕੈਂਡੀਡੇਟ ਨਹੀਂ ਸੀ ਬਣੀ ਤੇ ਤੁਹਾਡੇ ਸੀਐਮ ਦਾ ਕੈਂਡੀਡੇਟ ਡਿਕਲੇਅਰਡ ਹੈ ਨਾ ਇਹਦਾ ਮਤਲਬ ਡਿਕਲੇਅਰ ਹੈਗਾ ਜਾਂ ਕਰ ਦੇਣਾ ਜਾਂ ਹੋ ਹੋ ਜਾਣਾ ਚਾਹੀਦਾ ਮਤਲਬ ਉਹ ਇਹ ਹੋਣਗੇ ਸਮਝ ਜਾ ਕਿ ਕੈਪਟਨ ਸਾਹਿਬ ਦੇ ਸਮਝ ਜਾ ਕਿ ਇਹ ਫੈਸਲਾ ਪਰ ਇਥੇ ਉਹਨੇ ਨਾਂ ਤੇ ਵੋਟ ਮਿਲਣਗੇ ਮਤਲਬ ਬਾਕੀ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਕੋਈ ਉੱਥੇ ਇਹ ਤਾਂ ਨਹੀਂ ਹੈਗਾ ਇਹ ਤਾਂ ਨਹੀਂ ਹੁੰਦਾ ਮੌਜੂਦਾ ਲੀਡਰਸ਼ਿਪ ਦਾ ਰੋਲ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਐ ਇਮਪ੍ਰੈਸ਼ਨ ਜਿਹੜਾ ਹੈ ਰਿਜ਼ਲਟ ਪਿਛਲੇ ਜੋ ਆਏ ਨੇ ਪਾਸ ਦਾ ਸਿਲੈਕਸ਼ਨ ਦੇ ਪਰਲਮੈਂਟ ਤੋਂ ਲੈ ਕੇ ਹੁਣ ਤੱਕ ਅੱਜ ਇਹ ਲੱਗਦਾ ਕਿ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਅਪੀਲ ਖਤਮ ਹੋਦੀ ਜਾ ਰਹੀ ਹੈ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਉਹਨਾਂ ਨਾਂ ਦੇ ਕੋਰਡ ਲੈ ਕੇ ਰਾਜੀ ਨਹੀਂ ਕੋਈ ਤੁਹਾਨੂੰ ਅੱਜ ਸੱਚ ਹੈ ਯਾਨੀ ਇਹ ਵਿਰੋਧੀ ਤਰਕ ਹੈ ਤੁਸੀਂ ਸੋਨੀਆ ਗਾਂਧੀ ਜੀ ਜੁਪੀ ਚ ਗਏ ਨੇ 1 ਲੱਖ ਜਾਂ 2 ਲੱਖ ਦੀ ਨਹੀਂ 5 5 7 7 ਲੱਖ ਦਾ ਕੱਟ ਦੇਖਿਆ ਉਸ ਥਾਂ ਤੇ ਜਦੋਂ ਹੁਣ ਜਾ ਕੇ ਆਏ ਨੇ ਲੋਕਾਂ ਨੇ ਇੱਕ ਵਾਰ ਤਜਰਬਾ ਕਰਨ ਦੀ ਆਦਤ ਹੁੰਦੀ ਹੈ ਮੈਟਾਇਟੀਕ ਦੇਖੀ ਇਹਨ ਆਉਣ ਵਾਲੇ ਸਮੇਂ ਤੋਂ ਦੇਖੋਗੇ ਕਿ ਕਿਤਰੀ ਬੀਜੇਪੀ ਰੁੱਲ ਜਾਣੀ ਹੈ ਅਗਲੀਆਂ ਪਾਰਲੀਮੈਂਟ ਇਲੈਕਸ਼ਨਾਂ ਚ ਵੱਜਦੇ ਬਾਜੇ ਕਾਂਗਰਸ ਦਾ ਰਾਜ ਆਊਗਾ 2017 ਦੇ ਵਿੱਚ ਵੱਜਦੇ ਬਾਜੇ ਵਧੀਆ ਮੈਜੋਰਟੀ ਨਾਲ ਕਾਂਗਰਸ ਪਾਰਟੀ ਦੀ ਪੰਜਾਬ ਦੀ ਸਰਕਾਰ ਬਣੂਗੀ ਇਹ ਪਰ ਮੈਂ ਜੋ ਗੱਲ ਕਰ ਰਿਹਾ ਸੋਨੀਆ ਗਾਂਧੀ ਹੋ ਰਾਹੁਲ ਗਾਂਧੀ ਕਿਉਂਕਿ ਹਮੇਸ਼ਾ ਇੰਦਰਾ ਗਾਂਧੀ ਨਾਤੇ ਰੋਡ ਜਿੱਤੇ ਤੁਸੀਂ ਰਾਜੀ ਗਾਂਧੀ ਜਿੱਤ ਗਿਆ ਉਹਦੇ ਬਾਅਦ ਤੁਸੀਂ ਉਹਦੇ ਬਾਅਦ ਪਹਿਲੇ ਰਾਜੀ ਗਾਂਧੀ ਪ੍ਰਾਈਮ ਮਿਨਿਸਟਰ ਸਨ ਜਿਹੜੇ ਦੂਜੀ ਵਾਰੀ ਚੋਣਾਂ ਨਹੀਂ ਜਿੱਤੇ ਸਕੇ ਚੋਣਾ ਹਾਰ ਕੇ ਦੂਜੀ ਵਾਰੀ ਇੰਦਰਾ ਗਾਂਧੀ ਤਿੰਨ ਤਿੰਨ ਵਾਰੀ ਜਿੱਤੇ ਦੋ ਦੋ ਵਾਰੀ ਦਿੱਤੀ ਇਹਨਾਂ ਇਥੇ ਅਮਰਿੰਦਰ ਸਿੰਘ ਦੇ ਨਾਂ ਤੇ ਿਆਦਾ ਲੋਕ ਆਉਂਦੇ ਨੇ ਰਾਹੁਲ ਗਾਂਧੀ ਦੇ ਨਾਂ ਤੇ ਘੱਟ ਆਉਂਦੇ ਨੇ ਸੋਨੀਆ ਗਾਂਧੀ ਜੀ ਬਾਹਰ ਦਾ ਬੰਦਾ ਤੁਸੀਂ ਲੈ ਕੇ ਆਇਆ ਜਿਨੇ ਮੋਦੀ ਨੂੰ ਮਦਦ ਕੀਤਾ ਚੋਣਾਂ ਦਾ ਸੋਨੀਆ ਗਾਂਧੀ ਜੀ ਨੂੰ ਦੇ ਨਾਂ ਤੇ ਜਿਨ੍ਹਾਂ ਨੂੰ ਸਾਰੀ ਐਡੀ ਬੱਡੀ ਸੈਕਰੀਫਾਈਸ ਜਿਨ੍ਹਾਂ ਨੂੰ ਕਹਿੰਦੇ ਸੀ ਕਿ ਪ੍ਰਾਈਮ ਮਿਨਿਸਟਰ ਬਣੋ ਕਾਮਰੇਡਾਂ ਨੇ ਵੀ ਕਿਹਾ ਸਭ ਨੇ ਕਹਿਤਾ ਸੀ ਸਾਡੀ ਆਪਣੀ ਜੁਪੀਏ ਨੇ ਲੇਕਿਨ ਉਹਨਾਂ ਨੇ ਕਿਹਨੂੰ ਚੁਣਿਆ 2% ਵਾਲੇ ਪੰਜਾਬ ਦੇ ਨਿਰਪੱਖ ਤੇ ਬੇਦਾਗ ਇਨਸਾਨ ਮਨਮੋਹਨ ਸਿੰਘ ਸਿਕਸ ਚੁਣਿਆ ਅੱਜ ਜੇ ਤੁਸੀਂ ਉਸ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਜਾਣ ਵਾਲੇ ਸੀ ਤਾਂ ਭਲਾ ਹੀ ਨਹੀਂ ਸਕਦੇ ਸੋਨੀਆ ਗਾਂਧੀ ਦੀ ਇੱਕ ਕੁਰਬਾਨੀ ਕਿ ਪੰਜਾਬ ਨੂੰ ਪਹਿਲੀ ਕੁਰਸੀ ਜਿਹੜੀ ਹੈਗੀ ਹੈ ਪ੍ਰਾਈਮ ਮਿਨਿਸਟਰਸ਼ਿਪ ਦੀ ਪੰਜਾਬ ਨੂੰ ਸਿੱਖ ਨੂੰ ਦਿੱਤੀ ਇੱਕ ਨੂੰ ਨੰਬਰ 2 ਪੰਜਾਬ ਭਲਾਈ ਨਹੀਂ ਸਕਦਾ ਸੋਨੀਆ ਜੀ ਦੀਆਂ ਸੈਕਰੀਫਾਈਸਸ ਨੂੰ ਪੰਜਾਬ ਦਾ ਕਰਜ਼ਾ ਕਦੇ ਨਹੀਂ ਅਜੇ ਤੱਕ ਮਾਫ ਹੋਇਆ ਸੀ ਕਿਸਾਨ ਦਾ ਤੇ ਮਜ਼ਦੂਰ ਦਾ ਫਸਟ ਟਾਈਮ ਇਨ ਦਾ ਹਿਸਟਰੀ ਮੈਂ ਸਟੇਟ ਦੀ ਪ੍ਰਧਾਨ ਸੀ ਮੈਂ ਮੁੱਦਾ ਲੈ ਕੇ ਗਈ ਸੋਨੀਆ ਜੀ 올 ਇੰਡੀਆ ਦੇ ਪ੍ਰਧਾਨ ਸੀ ਕਿ ਸਾਡਾ ਕਰਜ਼ਾ ਮਾਫ ਕਰੋ ਹਰੀਆਂ ਫਸਲਾਂਾਂ ਦੇਖੋ ਹਰੀਆਂ ਫਸਲਾਂਾਂ ਚ ਕਿਵੇਂ ਕਿਸਾਨ ਖੂਨ ਪਾਉਂਦੇ ਆ ਆਪਦਾ ਤਾਏ ਹੁੰਦੀਆਂ ਸਾਰਾ ਕੁਝ ਵਿਕ ਜਾਂਦਾ ਹੈ ਪਹਿਲੀ ਵਾਰ ਉਹ ਮੇਰੇ ਨਾਲ ਸਾਡੇ ਨਾਲ ਚੱਲ ਕੇ ਗਏ ਮਨਮੋਹਨ ਸਿੰਘ ਜੀ ਕੋਲ ਤੇ ਸਾਡਾ 75000 ਕਰੋੜ ਦਾ ਕਰਜ਼ਾ ਪੰਜਾਬ ਦੇ ਕਿਸਾਨ ਦਾ ਮਾਪੋਸ ਸੋਨੀਆ ਜੀ ਨੇ ਕਰਵਾਇਆ ਅਸੀਂ ਕਿਵੇਂ ਹਾਰਦੇ ਚੋਣ ਆ ਗਏ ਤੁਸੀਂ ਇੱਥੇ ਚੋਣ ਨਹੀਂ ਨਹੀਂ ਹਾਰ ਗਏ ਹਾਰਨ ਦੇ ਤਾਂ ਬਹੁਤ ਸਾਰੇ ਹੋਰ ਕਾਰਨ ਨੇ ਹਾਰਨ ਦੇ ਕਾਰਨ ਜਿੱਤੇ ਮੈਂ ਕਿਹਾ ਸੀਖ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ ਤੇ ਹਾਰ ਦੇ ਇੱਕ ਤਾਂ ਸਾਡਾ ਓਵਰ ਕੌਨਫੀਡੈਂਟ ਅਸੀਂ ਹੋ ਗਏ ਇਸ ਜਿੱਤੇ ਹੀ ਪਾਇਆ ਹੈਗਾ ਉਹਦੇ ਬਾਅਦ ਵੀ ਇਹਨੇ ਚੋਣਾ ਹੋਣੀ ਆ ਤੁਹਾਡੀ ਅਸੈਂਬਲੀ ਸੀਟਾਂ ਤੁਸੀਂ 18 ਅਸੈਂਬਲੀ ਸੀਟਾਂ ਰਾਜ ਕਰਦੇ ਸੀ 980 ਤੋਂ 14 ਕਰਦੇ ਸੀ ਹੁਣ ਤੇ ਸੱਤ ਤੇ ਆ ਗਏ ਹੋ ਤੁਸੀਂ ਕਿੱਥੇ 44 ਸੀਟਾਂ ਤੇ ਆ ਗਏ ਮੈਂ ਮੈਂ ਸਭ ਦੇਖਦੀ ਆ ਕਿ ਸਮਝਦੇ ਆ ਕਿ ਮੋਦੀ ਸਾਹਿਬ ਦਾ ਜਿਹੜੇ ਸੱਚ ਝੂਠ ਸੀ ਉਹ ਚਾਹ ਦੇ ਬਾਗਾਂ ਵਾਲੀ ਗੱਲ ਤੇ ਚਾਹ ਦੇ ਬੰਦੇ ਵਾਲੀ ਗੱਲ ਜਿਹੜੇ 15 15 ਲੱਖ ਦੀ ਪੇਸ਼ਾਕ ਦੇਊਂਗਾ ਮੈਂ ਉਹ ਲੋਕਾਂ ਨੇ ਦੇਖ ਲਿਆ ਸਾਰੇ ਹਿੰਦੁਸਤਾਨ ਦੇ ਲੋਕ ਸਾਰੇ ਆਗੇ ਕਿ 15 ਲੱਖ ਸਾਨੂੰ ਦੇਓ ਫਰੇਕ ਦੀ ਜੇ ਵਿੱਚ 15 ਲੱਖ ਪਾਊਗਾ ਇਹ ਕਾਲਾ ਤਾਂ ਲਿਆਊਗਾ ਇਹ ਸਾਡਾ ਸਾਰੀ ਕਰੂਗਾ ਅੱਜ ਜਿਹੜੇ ਹੈਗੇ ਮੋਦੀ ਜੀ ਸਾਡਾ ਕਾਲਾ ਧਨ ਤੱਕ ਹੀ ਲਿਆਉਣਾ ਚਿੱਟਾ ਧਨ ਵੀ ਜਾ ਕੇ ਬਾਹਰ ਸੱਤ ਅੱਠ ਮੁਲਕਾਂ 'ਚ ਸਾਡਾ ਪੈਸਾ ਵੰਡ ਕੇ ਆਇਆ ਖੂਨ ਪਸੀਨੇ ਦੀ ਕਮਾਈ ਵਾਲਾ ਅੱਜ ਉਹ 15 ਲੱਖ ਜਿਹੜਾ ਕਹਿੰਸੀ ਪੰਜਾਬ ਨੂੰ ਦੇਵਾਂਗੇ ਇੱਕ ਨਵਾਂ ਪੈਸਾ ਨਹੀਂ ਆਇਆ ਬਾਦਲ ਸਾਹਿਬ ਕਹਿੰਦੇ ਨਾ ਟੱਕਾਂ ਦੇ ਪਰੇ ਨੋਟਾਂ ਦੇ ਪਰੇ ਟਰੱਕ ਕੋਲ ਇੱਕ ਟਰੱਕ ਨਹੀਂ ਆਇਆ ਜੇ ਆਇਆ ਤਾਂ ਨਸ਼ਿਆਂ ਦੇ ਆਏ ਨੇ ਬਾਦਲ ਸਾਹਿਬ ਕਹਿੰਦੇ ਤੁਸੀਂ ਦੇਖਿਆ ਇੰਟੂ ਹੈਟ੍ਰਿਕ ਹੋਏਗਾ ਸਾਡਾ ਹੁਣ ਇਹਨਾਂ ਦਾ ਹੁਣ ਇਹਨਾਂ ਨੂੰ ਤੁਸੀਂ ਦੇਖ ਲਿਓ ਕਿ 15-20 ਸਾਲ ਤੱਕ ਹੁਣ ਇਹਨਾਂ ਨੂੰ ਮੁੜ ਕੇ ਘਰੇ ਮਾਲਾ ਫੜਾ ਦੇਣਗੇ ਮੈਂ ਤਾਂ ਹੁਣ ਵੀ ਕ ਤੁਸੀਂ ਉਹੋ ਦੋ ਬੀ ਕੁਰਸੀ ਨਹੀਂ ਛੱਡ ਰਹੇ ਹੁਣ ਤਾਂ ਲੋਕ ਚ ਦੌੜਨਗੇ ਕੁਰਸੀ ਇਧਾਂ ਤੋਂ ਲੋਕ ਆਕਗੇ ਇਧਾਂ ਤੋਂ ਆਕੇ ਤੋ ਤਾਂ ਕਹਿੰਦੇ ਨੇ ਅਗਲੀ ਵਾਰੀ ਜਿੱਤਾਂਗੇ ਉਹਨਾਂ ਦਾ ਰਿਸਪੈਕਟ ਸਭ ਤੋਂ ਜ਼ਿਆਦਾ ਹੈ ਇਧਾਂ ਤੋਂ ਸਭ ਕੁਝ ਕਹਿੰਦੇ ਆ ਪੀਡੀਐਨ ਪੋਲ ਦੇਖੋ ਸਭ ਬਾਦਲ ਸਾਹਿਬ ਹਲੇ ਵੀ ਰਿਸਪੈਕਟ ਕਰਦੇ ਸਭ ਇਹ ਤਾਂ ਇਹ ਤਾਂ ਜੀ ਇਹਨਾਂ ਦੇ ਕਹਿਣ ਦੀਆਂ ਗੱਲਾਂ ਆ ਇਹ ਤਾਂ ਕਹਿੰਦੇ ਪਾਣੀ ਦੀ ਬਸਤਾ ਹਾਲੇ ਵੀ ਬਦਲ ਸਾਹਿਬ ਨੰਬਰ 1 ਚੀਫ ਮਿੰਸਟਰ ਮੰਨੇ ਜਾਣਾ ਹੈ ਅਮਿੰਦਰ ਸਿੰਘ ਨੰਬਰ 2 ਦੇ ਨੇ ਪਪੂਲਰ ਓਪੀਨੀਅਨ ਪੋਲ ਮੈਂ ਕਿਸੇ ਥਾਂ ਤੇ ਉੱਤੇ ਕਿਸੇ ਤੇ ਕ੍ਰਿਟਿਸਿਜ਼ਮ ਕਿਸੇ ਦੇ ਕੈਰੇਕਟਰ ਤੇ ਨਹੀਂ ਕਰਦੀ ਜਿਵੇਂ ਮੈਂ ਕਿਹਾ ਕਿ ਮੇਰੀ ਪਰਿਵਾਰਕਾਤਰੀਕ ਪੰਜਾਬੀ ਟਿੱਪਣੀ ਕਰਾਂ ਮੈਂ ਸਿਆਸੀ ਟਿੱਪਣੀ ਉਹਨਾਂ ਦੇ ਵਿੱਚ ਕੰਮਾਂ ਦੇ ਵਿੱਚ ਜਿੱਥੇ ਫੇਲ ਹੋਏ ਉੱਥੇ ਟਿੱਪਣੀ ਕਰਾਂ ਮੈਂ ਤਾਂ ਬੀਨਾਂ ਦੀ ਪੋਲ ਦੀ ਗੱਲ ਕਰ ਰਿਹਾ ਮੇਰਾ ਕੋਈ ਦੇਖ ਸਰਕਾਰ ਦੇ ਬਾਰੇ ਕੁਝ ਹੋਰ ਪੀਨੇ ਬਦਲ ਸਾਹਿਬ ਦੇ ਬਾਰੇ ਕੋਰ ਹੋਰ ਪੀਨੇ ਉਹੀ ਇਹੀ ਪੋਲ ਸਾਡੇ ਪਿਛਲੀ ਵਾਰ ਸਾਨੂੰ ਕਾਂਗਰਸ ਸਰਕਾਰ ਬਣਾ ਰਿਹਾ ਸੀ ਨੇ ਤੋ ਬੱਜੋ ਦੋ ਇਲੈਕਸ਼ਨ ਹੁਣੇ ਵੀ ਦੇਖੋ ਪਪੂਲਾਰਿਟੀ ਰਾਹੁਲ ਗਾਂਧੀ ਬੜੇ ਥੱਲੇ ਆ ਗਏ ਨੇ ਮੈਂ ਤਾਂ ਇਹ ਕਹਿੰਨੀ ਆ ਕਿ ਜਿਹੜੇ ਪੋਲ ਦੀ ਤੁਸੀਂ ਗੱਲ ਕਰਦੇ ਹੋ ਇਸ ਪੋਲ ਨੇ 2012 ਸਾਡੀ ਸਰਕਾਰ ਬਣਾਈ ਸੀ ਕਿੱਥੇ ਗਿਆ ਉਹ ਪੋਲ ਨਹੀਂ ਉਹਦੇ ਬਾਅਦ ਦੋ 2014 ਇਲੈਕਸ਼ਨ ਹੋਇਆ ਸੀ ਬਾਦਲਾਂ ਦੀ ਤੁਹਾਡੀ ਸਰਕਾਰ ਜੁ ਬਣਾਈ ਸੀ ਉਹ ਐਗਜ਼ਿਟ ਪੋਲ ਨਹੀਂ ਐਗਜ਼ਿਟ ਪੋਲ ਸਾਨੂੰ ਦੇ ਰਿਹਾ ਸੀ ਬੰਠ ਠੀਕ ਹੈ ਗਲਤੀ ਹੋ ਸਕਦੀ ਹੋਵੇ ਉਹ ਵੀ ਮੈਂ ਕਹਿੰਦਾ ਹੁਣ ਵੀ ਗਲਤੀ ਹੋਊਗੀ ਨਹੀਂ ਗਲਤੀ ਪਰ ਬਾਕੀ ਠੀਕ ਨਿਕਲੇ ਇਹਨਾਂ ਦਾ 100 ਪੋਲ ਚ 99 ਪੰਜਾਬ ਦੀ ਜਨਤਾ 98 ਅਗਰ ਠੀਕ ਨਿਕਲੇ ਤਾਂ ਦੋ ਤਾਂ ਗਲਤ ਨਿਕਲੇ ਅੱਜ ਅ ਦੋ ਟਰਮਾਂ ਲਗਾਤਾਰ ਸਰਕਾਰ ਰਹਿ ਕੇ ਅੰਤਾਂ ਦਾ ਜਿਹੜਾ ਪਰਸ ਖਾਇਨ ਸਰਮਾਇਦਾਰੀ ਸਿਸਟਮ ਉਹਨਾਂ ਦੇ ਹੱਥ ਚ ਆ ਗਿਆ ਜਿਹਦੇ ਨਾਲ ਸਾਰੀਆਂ ਚੀਜ਼ਾਂ ਕੀ ਸਰਵੇ ਕੀ ਨਾ ਅੱਗੇ ਵੀ ਨਾ ਸਰਵੇ ਕਰਾਇਆ ਸੀ ਪਿਛਲੀ ਵਾਰ ਸਰਵੇ ਕਰਾ ਸੀ ਉਹ ਨਹੀਂ ਅਸੀਂ ਤਾਂ ਆਪਣੀਆਂ ਅਖਬਾਰਾਂ ਸਰਵੇ ਦੀ ਗੱਲ ਕਰ ਰਹੇ ਹਾਂ ਉਹਦੇ ਬਾਅਦ ਉਹ ਇਹ ਤੁਹਾਡੇ ਸਾਹਮਣੇ ਸਰਵੇ ਗਲਤ ਹੋਣੇ ਆ ਔਰ ਪੰਜਾਬ ਦੇ ਲੋਕਾਂ ਨੇ ਗਲਤ ਕਰ ਦੇਣੇ ਨਹੀਂ ਤੁਸੀਂ ਅਗਰ ਅਗਰ ਹਾਰ ਗਏ ਮਨ ਲਈ ਤੁਹਾਡੇ ਕਰ ਤੇ ਕਿੰਨੇ ਦੇ ਮਾਠ ਰਹਾ ਕਿ ਤੁਸੀਂ ਬਟਲ ਜ਼ਿੰਮੇਵਾਰ ਹੋ ਗਏ ਅਮਰਿੰਦਰ ਸਿੰਘ ਜ਼ਿੰਮੇਵਾਰ ਹੋ ਗਏ ਮੈਂ ਹਾਰ ਹੀ ਨਹੀਂ ਮੰਨਦੀ ਮੈਂ ਜ਼ਿੰਮੇਵਾਰ ਤਾਂ ਬਾਅਦ ਦੀ ਗੱਲ ਆਉਂਦੀ ਹੈਗੀ ਹੈ ਪੰਜਾਬ ਦੇ ਵਿੱਚ ਅੱਜ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈ ਹੈ ਮੈਂ ਇਹ ਨਹੀਂ ਕਹਿੰਦੀ ਨਹੀਂ ਉਹ ਤਾਂ ਆਰਾ ਪਾਰਟੀ ਕਹਿੰਦੀ ਹੈ ਉਹ ਵੀ ਕਹਿ ਕੇ ਕਿਨੇ ਸੁਖਵੀਰ ਨੇ ਕਿਹਾ ਟਿੱਟਿਆ ਇਹ ਮੈਂ ਨਹੀਂ ਮੈਂ ਕਹਾਂ ਜਾਂ ਸੁਖਵੀਰ ਕਹੇ ਉਹ ਨਹੀਂ ਗੱਲ ਬਣਦੀ ਤੁਸੀਂ ਆਪ ਆਪਣੇ ਤੌਰ ਤੇ ਜਿੱਤ ਹਾਰ ਦੋਵਾਂ ਚ ਇੱਕ ਚੀਜ਼ ਹੋਣੀ ਹੈ ਤੁਸੀਂ ਜਿੱਤੀ ਜਿੱਤੀ ਹੋਣੀ ਮੈਂ ਪੁੱਛਿਆ ਘਰ ਹਾਰ ਕੇ ਤੇ ਠੀਕ ਰੱਖ ਕੇ ਤੇ ਤਰਕ ਹੋ ਗਿਆ ਮੈਂ ਹੁਣ ਹਾਰ ਬਹੁਤ ਵਾਰੀ ਹਾਰਖ ਦੇਖ ਲਿਆ ਹੁਣ ਅਸੀਂ ਹਾਰਨ ਦੀ ਗੱਲ ਨਹੀਂ ਕਰਦੇ ਨਾ ਅਸੀਂ ਹਾਰ ਲਈ ਸੋਚੀਏ ਅਸੀਂਾਂ ਚ ਜ਼ਿੰਦਗੀ ਤੇ ਮੌਤ ਦਾ ਸਵਾਲ ਬਣਾਇਆ ਹੈ ਕਿ ਪੰਜਾਬ ਦੀ ਜਨਤਾ ਨੂੰ ਬਚਾਉਣ ਲਈ ਇੱਥੇ ਕਾਂਗਰਸ ਸਰਕਾਰ ਲਿਆਉਣੀ ਹੈ ਇਹਨਾਂ ਨੇ ਜ਼ਿੰਦਗੀ ਤੇ ਮੌਤ ਦਾ ਸਵਾਲ ਬਣਾਇਆ ਕਿ ਅਸੀਂ ਪੰਜਾਬ ਨੂੰ ਬਿਲਕੁਲ ਬਰਬਾਦੀ ਦੇ ਜਿਹੜਾ ਆਦ ਮਰਿਆ ਅੱਜ ਪੰਜਾਬ ਦੀ ਤੀਜੀ ਵਾਰ ਜਿੱਤ ਕੇ ਦਿਖਾਣਾ ਹੈ ਅੱਜ ਪੰਜਾਬ ਦੀ ਇੰਡਸਟਰੀਆਂ ਦੀਆਂ ਜਿਹੜੀਆਂ ਸਭ ਨੇ ਚਿਮਨੀਆਂ ਚੋਂ ਧੂਆਂ ਅੱਜ ਪੰਜਾਬ ਦੀ ਜਿਹੜੀ ਇੰਡਸਟਰੀ ਦੀ ਛੜੀ ਨਹੀਂ ਤੁਸੀਂ ਰਿਪੀਟ ਕਰੇ ਜਾ ਰਹੇ ਮੈਨੂੰ ਕਾਂਗਰਸ ਇਹ ਮੈਨੂੰ ਇਹ ਨਹੀਂ ਨਜ਼ਰ ਆਉਂਦਾ ਕਿ ਇਸ ਵੇਲੇ ਕਾਂਗਰਸ ਆਇਆ ਕਹਿੰਦਾ ਕਿ 네ਗੇਟਿਵ ਵਾਧੇ ਬਾਰ ਬਾਰ ਮੈਂ ਰਿਪੀਟ ਕਰ ਰਹੇ ਹਾਂ ਕਿ ਪੋਜ਼ਿਟਿਵ ਕੀ ਹੈ ਕਿ ਪੋਜ਼ਿਟਿਵ ਤੁਰਦੀ ਕੀ ਕਰੋਗੇ ਚਲੋ ਮੈਂ ਹੀ ਦੱਸਦਾ ਅਸੀਂ ਦੇਵਾਂਗੇ ਅਸੀਂ ਮੈਕਸਿਮਮ ਜਿਹੜੀ ਸਾਡੀ ਆਪਣੀ ਜਿਹੜੀ ਇੰਡਸਟਰੀ ਹੈ ਪਹਿਲਾਂ ਪੰਜਾਬ ਦੀ ਦੋਨੋਂ ਤਰ੍ਹਾਂ ਦੀਆਂ ਇੰਡਸਟਰੀਆਂ ਅਸੀਂ ਜਿਹੜੀ ਸਾਡੇ ਆਪਣੀ ਇੰਡਸਟਰੀ ਹੈ ਜਿਹਨੂੰ ਮੈਂ ਕਿਹਾ ਕਿ ਐਨੇ ਪਾਉਣੇ 2 ਲੱਖ ਵੱਡੀ ਚ ਜਿਹੜੀ ਇੰਡਸਟਰੀ ਬੰਦ ਆਖੜੇ ਘਰ ਮੈਂ ਪੜਨਾ ਸ਼ੁਰੂ ਕਰਾ ਦਿੱਤਾ ਵਾ ਇੱਕ ਆਖੜੇ ਇੰਡਸਟਰੀ ਬੰਦ ਹੋਣੀ ਸ਼ੁਰੂ ਹੋਈ ਸੀ 2006 ਦੇ ਬਾਅਦ ਤੁਹਾਡੀ ਸਰਕਾਰ ਕੇਂਦਰੀ ਚ ਗਈ ਉਸ ਵਕਤ ਜਦੋਂ ਕੇਂਦਰ ਸਰਕਾਰ ਸੀ ਸ਼ੁਰੂ ਹੋਈ ਸੀ ਲੇਕਿਨ ਕਿੰਨੇ ਲੈਵਲ ਤੇ ਚਲੀ ਗਈ 2009 ਤੱਕ ਤੁਹਾਡੀ ਸਰਕਾਰ ਨਹੀਂ 21000 ਇੰਡਸਟਰੀ ਯੂਨਿਟਾਂ ਦਾ ਕਦੋਂ ਮਾਰ ਗਿਆ 21000 ਦੀ ਲਿਮਿਟ ਦਾ ਉਹਦਾ ਕਾਰਨ ਕੀ ਹੋਇਆ ਨਹੀਂ ਕਾਰਨ ਇਹਨਾਂ ਦੇ ਪਹਿਲਾਂ ਤੋਂ ਡਿਸਕਸ਼ਨ ਕਰਾਂਗੇ ਜਦੋਂ ਕੇਂਦਰ ਸਰਕਾਰ ਦੀ ਇੰਡਸਟਰੀਅਲ ਪਾਲਿਸੀ ਜਿਹੜੀ ਹੈ ਮੈਨੂਫ ਉਹ ਕਾਂਗਰਸ ਦੀ ਲਿਬਰਲ ਪਾਲਿਸੀ ਕੀ ਮਲਟੀਨੇਸ਼ਨਲ ਅਨੁਕਾਲੀ ਕਰਨਾ ਇਹ ਵੀ ਇੱਕ ਚਾਰਜ ਹੋ ਸਕਦਾ ਤੁਹਾਡੇ ਤੇ ਅੱਜ ਬੈਠ ਦੀ ਜਿਹੜੀ ਲਿਮਿਟ ਹੈਗੀ ਹੈ ਹਿੰਦੁਸਤਾਨ ਭਰ ਦੇ ਵਿੱਚੋਂ ਸਾਡੀ ਸਟੇਟ ਸਭ ਤੋਂ ਵੱਧ ਹੈ ਅੱਜ ਜਿਹੜਾ ਸਾਡੇ ਆਪਣੇ ਨਾਲ ਦੀ ਸਟੇਟਾਂ ਲੱਗਦੀਆਂ ਹਰਿਆਣਾ ਲੱਗਦੀ ਹੈ ਹੋਰ ਲੱਗਦੀ ਹੈ ਸਾਡਾ ਜਿਹੜਾ ਹੈਗਾ ਕਾਟਨ ਦਾ ਉਹ 3.63% ਉਹਦਾ ਲੈਂਦੇ ਹੈਗੇ ਐਂਟਰੀ ਚਾਰਜ ਪਹਿਲਾਂ ਇਕਾਲੀਦਾਲ ਵਾਲੇ ਕਹਿੰਦੇ ਸੀ ਐਡਵਾਂਸ ਟੈਕਸ ਕਿਉਂ ਦੇਣ ਜੀ ਐਡਵਾਂਸ ਟੈਕਸ ਲੋਕ ਪਹਿਲਾਂ ਐਡਵਾਂਸ ਦੇ ਦਿਓ ਇਹਨਾਂ ਸਰਕਾਰ ਚ ਚਲਾਉਣ ਨੂੰ ਫਿਰ ਉਹਨਾਂ ਨੇ ਕੋਰਟ ਨੇ ਰੱਦ ਕਰਤਾ ਫਿਰ ਐਂਟੀ ਟੈਕਸ ਬਣ ਗਿਆ ਅੱਜ ਸਾਡੇ ਪਾਲੀਸਟਰ ਦੇ ਉੱਤੇ ਹੈਗਾ 5.3% ਆ ਰਿਹਾ ਉਹ ਤਾਂ ਜੀਐਸਟੀ ਆ ਗਿਆ ਉਹ ਤਾਂ ਅਗਲੀ ਗੱਲ ਹੈਗੀ ਮੈਂ ਇਹਨਾਂ ਦੀ ਰੋਲ ਦੱਸਦੀਆਂ ਸਰਕਾਰ ਤਾਂ ਉਹ ਤਾਂ ਜੀਐਸਟੀ ਆ ਗਿਆ ਤਾਂ ਅੱਛੀ ਗੱਲ ਹੈਗੀ ਮੈਂ ਸਮਝਦੀਆਂ ਇਹ ਸਾਰਿਆਂ ਸਮਿਆਂ ਦੇ ਵਿੱਚ ਹਰਿਆਣਾ ਵਿੱਚ ਕੋਈ ਐਂਟਰੀ ਟੈਕਸ ਨਹੀਂ ਸਾਡੀਆਂ ਤਾਂ ਹੀ ਜੁਰਟ ਬਾਹਰ ਚਲੇ ਗਏ ਰਾਜਸਥਾਨ ਦੇ ਵਿੱਚ ਜਾ ਕੇ ਦੇਖੋ ਤੁਸੀਂ ਸਾਡੇ ਹੈਗਾ 14% ਟੈਕਸ ਸਾਡੇ ਆਪਣੇ ਟਰੱਕਾਂ ਦੇ ਉੱਪਰ ਨਹੀਂ ਨਹੀਂ ਉਹ ਸਾਡੇ ਸਰਾਂਦ ਬਾਡੇ ਸੀ ਉੱਥੇ ਜੇ ਹਿਮਨਾਨ ਕੀ ਚਲਦਾ ਬਾ 4% ਕਹਿੰਦੇ ਆਂਦੇ ਉਹਨਾਂ ਉਹਨਾਂ ਕੋਲ ਅਸੀਂ ਇਹ ਲੈ ਕੇ ਆਵਾਂਗੇ ਜਿਹੜਾ ਬਾਲ ਵਰਗੇ ਥੋੜੇ ਯੰਗ ਆ ਲੀਡਰਸ਼ਿਪ ਤੁਹਾਡੀ 올ਡ ਲੀਡਰਸ਼ਿਪ ਕੈਪਟਨ ਹੋ ਲੋ ਜਾਂ ਬਾਕੀ ਲੋਕ ਸਾਡੀ ਜਗ ਵੀ ਹੈ ਜੰਗ ਵੀ ਹੈ ਨਹੀਂ ਚੀਫ ਵੀ ਕੈਂਡੀਡੇਟ ਸਾਰੇ ਸੀਐਲਪੀ ਸਰਬ ਉੱਪਰ ਹੈਗੇ ਨੇ ਨਾ ਸੀਐਲਪੀ ਲੀਡਰ ਜੰਗਾ ਸਾਡਾ ਨਹੀਂ ਨਹੀਂ ਤੇ ਜਿਹੜਾ ਚੀਫ ਵੀ ਕੈਂਡੀਡੇਟ ਨਾ ਆਣਿਆ ਅੱਜ ਸਰਪ ਉਧਰ ਵੀ ਬਾਦਲ ਸਾਹਿਬ ਬੈਠੇ ਨੇ ਵੱਡੇ ਬਾਦਲ ਸਾਹਿਬ ਬਾਦਲ ਸਾਹਿਬ ਸੁਖਵੀਰ ਵੀ ਤਾਂ ਹੈ ਨਾ ਜੀ ਨਹੀਂ ਸੁਖਵੀਰ ਤਾਂ ਡਿਪਟੀ ਸੀਐਮ ਹੈ ਜੀ ਹਾਂ ਡਿਪਟੀ ਸੀਐਮ ਸੀਐਮ ਤਾਂ ਬਣਨਾ ਹੀ ਹੈ ਨਾ ਬਾਈਕਰ ਵੱਡਣਾ ਕਿ ਨਹੀਂ ਬਣਨਾ ਤਾਂ ਲੋਕ ਦੱਸਣਗੇ ਜੀ ਆਉਣ ਵਾਲਾ ਸਮਾਂ ਦੱਸੂਗਾ ਕਿ ਬਣਨਾ ਕਿ ਨਹੀਂ ਤੁਸੀਂ ਹਾਲੇ ਵੀ ਦੇਖੋ ਨਾ ਕਾਂਗਰਸ ਪਾਰਟੀ ਸ਼ੀਲਾ ਦੇ ਦਿੱਤੀ ਸ਼ੀਲਾ ਦੇਖੇ ਨੂੰ ਭੇਜਿਆ ਯੂਪ ਇੱਥੇ ਅਮਰਿੰਦਰ ਸਿੰਘ 75 ਸਾਲ ਦੇ ਉੱਪਰ ਕੀ ਗਲਤ ਤਜਰਬਾ ਹੈਗਾ ਉਹ ਕਿ ਅਸੀਂ ਸੀਨੀਅਰ ਤੇ ਜੂਨੀਅਰ ਦੇ ਕੰਬੀਨੇਸ਼ਨ ਨਾਲ ਸੀਨੀਅਰ ਲੋਕਾਂ ਦੀ ਐਕਸਪੀਰੀਅੰਸ ਤਜਰਬਾ ਔਰ ਜਿਹੜੇ ਜੰਗਸਟਰ ਹੈ ਉਹਨਾਂ ਦੀ ਅਗਰੈਸਿਵਨੈਸ ਤੇ ਉਹਨਾਂ ਦੀ ਭੱਜ ਦੌੜ ਅਸੀਂ ਦੋਨਾਂ ਦੇ ਕੰਬੀਨੇਸ਼ਨ ਬਣਾ ਕੇ ਹਮੇਸ਼ਾ ਚੱਲੇ ਆ ਤੇ ਹੁਣ ਵੀ ਚੱਲਣਾ ਹੁਣ ਹੋਰ ਬਿਲਕੁਲ ਬਿਲਕੁਲ ਹੀ ਰਾਹੁਲ ਗਾਂਧੀ ਵੀ ਆਉਣਗੇ ਤੇ ਕਿਆ ਗਾਂਧੀ ਵੀ ਕੈਂਪੇਨ ਕਰਨਗੇ ਇੱਥੇ ਬਿਲਕੁਲ ਅਸੀਂ ਸੱਦਾ ਦੇਣ ਚਾਹਾਂਗੇ ਜੇ ਉਹ ਸਾਡਾ ਐਕਸੈਪਟ ਕਰਨਗੇ ਤਾਂ ਨਹੀਂ ਤੁਸੀਂ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਲਿਆਉਣ ਦੇ ਅਸੀਂ ਪਹਿਲੇ ਤਾਂ ਨਹੀਂ ਕੀਤਾ ਨਾ ਕੈਂਪੇਨ ਅਸੀਂ ਪ੍ਰਿਆਨਕਾ ਜੀ ਨੂੰ ਵੀ ਅਸੀਂ ਰਾਹੁਲ ਜੀ ਨੂੰ ਗਾਂਧੀ ਪਰਿਵਾਰ ਇੱਕ ਐਸਾ ਪਰਿ ਜਿਸ ਪਰਿਵਾਰ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਦੇਸ਼ ਦੀ ਆਪਣੀ ਵਿਕਾਸ ਤੱਕ ਆ ਕੇ ਇੱਕ ਕੰਟੀਨਿਊਸਲੀ ਲਗਾਤਾਰ ਪੰਡਿਤ ਜਵਾਹਰ ਲਾਲ ਨਹਿਰੂ ਜੀ ਤੋਂ ਲੈ ਕੇ ਅੰਗਰੇਜ਼ਾਂ ਤੋਂ ਰਾਜ ਖੋਣਾ ਵੀ ਔਖਾ ਸੀ ਲੇਕਿਨ ਤੁਹਾਡਾ ਕਹਿਣਾ ਮਤਲਬ ਗਾਂਧੀ ਪਰਿਵਾਰ ਦਾ ਪੂਰਾ ਸਦਉਪਯੋਗ ਕਰੋਗੇ ਦੂਜੇ ਚੁਣਾਵ ਚੜਾ ਲੈਣਾ ਗਾਂਧੀ ਪਰਿਵਾਰ ਤੋਂ ਬਿਨਾ ਸਾਡੀ ਕਾਂਗਰਸ ਅਸੀਂ ਸੋਚ ਵੀ ਨਹੀਂ ਸਕਦੇ ਸੋਚ ਪੰਜਾਬ ਵਿੱਚ ਜਿੱਤ ਨਹੀਂ ਸਕਦੇ ਉਹਨਾਂ ਦੇ ਬਿਨਾ ਵੀ ਨਹੀਂ ਪੰਜਾਬ ਲਾਓ ਜਾਂ ਹਿੰਦੁਸਤਾਨ ਲਾਓ ਨਹੀਂ ਅਗਰ ਨਹੀਂ ਆਣ ਤਾਂ ਨਹੀਂ ਜਿੱਤੋਗੇ ਨਾ ਤੁਸੀਂ ਨਹੀਂ ਅਸੀਂ ਮੈਂ ਕਹਿੰਦੇ ਕਿ ਅਸੀਂ ਕਿਉਂ ਨਹੀਂ ਆਉਣਗੇ ਅਸੀਂ ਲੈ ਕੇ ਆਉਂਗੇ ਉਹਨਾਂ ਬਿਨਾ ਸਾਡਾ ਕੱਲ ਅਧੂਰਾ ਰਹਿ ਸਕਦੀ ਹੈ ਮੈਂ ਤੁਸੀਂ ਰਾਹੁਲ ਸੋਨ ਪ੍ਰਿਅੰਕਾ ਸੋਨੀਆ ਤਿੰਨਾਂ ਨੂੰ ਚੁਣਾਵ ਵਿੱਚ ਅਸੀਂ ਜ਼ਰੂਰ ਸੱਦਾਂਗੇ ਸਾਡੇ ਲੀਡਰ ਨੇ ਉਹ ਲੀਡਰ ਹਮੇਸ਼ਾ ਹੁੰਦੇ ਰਹੇ ਐ ਅੱਗੇ ਨੂੰ ਪਿਛਲੇ ਕਿਉਂ ਉਹਨਾਂ ਦੇ ਬਿਨਾਂ ਥੋੜੀ ਨਹੀਂ ਥੇ ਪਰ ਦੂਜਾ ਜਿਹੜੀ ਮੈਂ ਕਹਿਆ ਤੁਹਾਡੀ ਪੋਜੀਟਿਵ ਵਾਲੀ ਗੱਲ ਕਿ ਸਾਡੀ ਆਪ ਪੋਜੀਟਿਵ ਐ ਅਸੀਂ ਪਹਿਲਾਂ ਜਿਹੜੀ ਮਰਦੀ ਹੋਈ ਇੰਡਸਟਰੀ ਉਹਨੂੰ ਵੀ ਬਚਾਵਾਂਗੇ ਬਾਹਰਲੀ ਇੰਡਸਟਰੀ ਵੀ ਲੈ ਕੇ ਆਵਾਂਗੇ ਰੋਜ਼ਗਾਰ ਵੀ ਦੇਵਾਂਗੇ ਨਸ਼ਾ ਛਡਾਵਾਂਗੇ ਪਰ ਜਿੱਤਣ ਵਾਸਤੇ ਤੇ ਪ੍ਰਚਾਰ ਕਰਨ ਵਾਲੇ ਚੰਗੇ ਲੋਗ ਹੋਣੇ ਚਾਹੀਦੇ ਨੇ ਮੋਤੀ ਸਾਹਿਬਾ ਦੇ ਪ੍ਰਚਾਰ ਕਰਾ ਜੀ ਤੁਸੀਂ ਤੁਸੀਂ ਆਪਣੇ ਸਾਹਮਣੇ ਬਿਠਾ ਲਓ ਇਹਨਾਂ ਨੂੰ ਕਿਸੇ ਨੂੰ ਇਹ ਜਿਹੜੇ ਸਰਕਾਰੀ ਅੰਕੜੇ ਲੈ ਕੇ ਆਉਂਦੇ ਐ ਤੇ ਦੂਜੇ ਪਾਸੇ ਮੈਂ ਇਹ ਕਹਿੰਦੇ ਇੱਕ ਟੀਮ ਬਣਾ ਲੈਣੋ ਇੱਕ ਇੱਕ ਆਪਾਂ ਉਹੀ ਅੰਕੜੇ ਲੈ ਕੇ ਮੈਨੂੰ ਨਾ ਪੁੱਛੋ ਹੋਰ ਨਾ ਪੁੱਛੋ ਜਾ ਕੇ ਤੁਸੀਂ ਇੰਡਸਟਰੀ ਸਟਨ ਪੁੱਛਣ ਲੱਗੋ। ਚਲੋ ਚਾਣਾ ਚੋਣਾ ਆ ਰਹੀ ਨੇ ਦੇਖਾਂਗੇ ਕਿੰਨਾ ਸੱਚ ਨਿਕਲਦਾ ਹੈ। ਤੁਹਾਡੀ ਸਾਡੇ ਸੁਡੀਟ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਫਿਰ ਏ ਸੀ ਅੱਜ ਦੀ ਸਿੱਧੀ ਗੱਲ। ਅਗਲੇ ਹਫਤੇ ਅਸੀਂ ਫਿਰ ਕਰਾਂਗੇ ਗੱਲ ਕਿਸੇ ਹੋਰ ਅਸਤੀ ਨਾਲ। ਤਾਂ ਤੱਕ ਪ੍ਰਭੂ ਚਾਵਲਾ ਦਾ ਧੰਨਵਾਦ ਸਤਿ ਸ੍ਰੀ ਅਕਾਲ।